ਇਹ ਅਹਿਸਾਸ ਕਿ ਹੋ ਜਾ ਕਿ ਹੁਣ ਦਵਿੰਦਰ ਸਿੰਘ ਸਿੱਧੂ ਦੇ ਨਾਂ ਦੇ ਨਾਲ ਜੱਜ ਦਵਿੰਦਰ ਸਿੰਘ ਸਿੱਧੂ ਲੱਗਦਾ ਸੁਪਨੇ ਨੂੰ ਮੈਂ ਜੀ ਰਿਹਾ ਆਪਣੇ ਨੂੰ ਪਹਿਲੀ ਰਾਤ ਤੋਂ ਉਸ ਦਿਨ ਤਾਂ ਮੈਂ ਸੁੱਤਾ ਹੀ ਨਹੀਂ ਸਾਰੀ ਰਾਤ ਕਿ ਮੈਨੂੰ ਇਹ ਲੱਗ ਰਿਹਾ ਸੀ ਮੈਨਾਂ ਡਰ ਰਿਹਾ ਸੀ ਕਿ ਮੈਂ ਕਿਤੇ ਸੌਂ ਕੇ ਉੱਠਾਂ ਤੇ ਮੈਨੂੰ ਇਹ ਨਾ ਲੱਗੇ ਕਿ ਇਹ ਸੁਪਨਾ ਸੀ ਇੱਕ ਸਿੱਧੂ ਮੂਸੇ ਵਾਲਾ ਜਿੰਨੇ ਦੁਨੀਆ ਦੇ ਵਿੱਚ ਤਿੱਬਿਆਂ ਦਾ ਏਰੀਆ ਜਾਣਿਆ ਜਾਂਦਾ ਥੋੜਾ ਕਿਉਂਕਿ ਮਾਨਸਾ ਨੂੰ ਪਹਿਲਾਂ ਤਾਂ ਲੋਕ ਬਹੁਤ ਬੈਕਵਰਡ ਮੰਨਦੇ ਸੀਗੇ ਔਰ ਇੱਕ ਦਵਿੰਦਰ ਸਿੰਘ ਸਿੱਧੂ ਦੇ ਵੀ ਹੁਣ ਪੰਜਾਬ ਦੇ ਵਿੱਚ ਚਰਚੇ ਹੋ ਰਹੇ ਹਨ ਉਹਨਾਂ ਦਾ ਵੀ ਪੰਡਾਵੇਂ ਦਾ ਸੀ ਕਿ ਉਹਨਾਂ ਦੇ ਪਿੰਡ ਨੂੰ ਬਸ ਨਹੀਂ ਹੁੰਦਾ ਤੇ ਤੁਸੀਂ ਖੁਦ ਬਹੁਤ ਕਵਰ ਕੀਤਾ ਉਸ ਸਾਡੇ ਪਿੰਡ ਵੀ ਬਸ ਨਹੀਂ ਮੈਂ ਖੁਦ ਜਦੋਂ ਜਾਂਦਾ ਹੁੰਦਾ ਸੀ ਮੈਂ ਸਵੇਰ 4 ਵਜੇ ਤੋਂ ਬਸ ਲੈਂਦਾ ਹੁੰਦਾ ਸੀ ਮੇਰੇ ਡੈਡੀ ਮੈਨੂੰ 10 ਕਿਲੋਮੀਟਰ 12 ਕਿਲੋਮੀਟਰ ਰਤਿਆ ਪੈਂਦਾ ਥਾਂ ਨੂੰ ਉੱਥੋਂ ਚੜਾ ਕੇ ਆਉਂਦੇ ਸੀ ਡਾਇਰੈਕਟ ਚੰਡੀਗੜ੍ਹ ਦੀ ਬੱਸ ਕੁਈ ਆਪਦਾ ਕੈਨੇਡਾ ਛੱਡ ਕੇ ਫਿਰ ਸਿੱਧੂ ਆਇਆ ਸੀਗਾ ਇੱਥੇ ਔਰ ਤੁਸੀਂ ਵੀ ਕਿਹਾ ਕਿ ਵੀ ਮੈਂ ਨਹੀਂ ਜਾਣਾ ਚਾਹੁੰਦਾ ਮੈਂ ਨਹੀਂ ਜਾਣਾ ਚਾਹੁੰਦਾ 12ਵੀਂ ਤੋਂ ਬਾਅਦ ਮੈਨੂੰ ਬੜੇ ਲੋਕਾਂ ਨੇ ਸੁਜੈਸਟ ਕੀਤਾ ਸੀ ਕਿ ਆਇਲਸ ਕਰ ਲਓ ਜੀ ਲੰਘ ਜਾਓ ਬਾਹਰ ਪੱਲੇ ਕੱਲੇ ਹੈਗੇ ਹਾਂ ਜਾਓ ਕੋਈ ਨਹੀਂ ਲੰਘੋ ਮੈਂ ਕਿਹਾ ਨਹੀਂ ਜੀ ਮੈਂ ਨਹੀਂ ਬਾਹਰ ਜਾਣਾ ਇਹ ਕੋਈ ਇਧਰ ਅਜਮਾ ਕੇ ਤਾਂ ਦੇਖੋ ਆਪਣੇ ਆਪ ਨੂੰ ਤੁਸੀਂ ਆਪਣੇ ਕੋਈ ਕੋਸ਼ਿਸ਼ ਕਰੇ ਬਿਨਾ ਇਹ ਕਿਵੇਂ ਕਹਿ ਸਕਦੇ ਹੋ ਕਿ ਪੰਜਾਬ 'ਚ ਕੁਝ ਨਹੀਂ ਹੈਗਾ ਕਿੰਨੇ ਘੰਟੇ ਮੈਂ ਥੋੜਾ ਜਿਹਾ ਇਸ ਚੀਜ਼ ਬਾਰੇ ਜਾਨਣਾ ਚਾਹੁੰਦਾ ਜਿਹੜੇ आ, बच्चे स्टूडेंट्स खास तौर पे जज बनना चहंदे ਆ ਜਾਂ ਤਿਆਰੀ ਕਰਨਾ ਚਾਹੁੰਦੇ ਉਹਨਾਂ ਨੂੰ ਕੀ ਗਾਈਡ ਕਰੋਗੇ ਕਿੰਨੇ ਘੰਟੇ ਤੁਸੀਂ ਕਿੰਨੇ ਘੰਟੇ ਪੜ੍ਹੇ ਪਹਿਲਾਂ ਮੈਂਟਲੀ ਤੁਹਾਨੂੰ ਜੱਜ ਬੰਨਣਾ ਪੈਂਦਾ ਹਾਈ ਕੋਰਟ ਨੇ ਤਾਂ ਬਸ ਮੋਰ ਲਾਉਣੀ ਹੈ ਕਿ ਬੰਦਾ ਜੀ ਜੱਜ ਬੰਨਣ ਦੇ ਕਾਬਿਲ ਹੈ ਮੈਂ ਇਸ ਵਾਰ ਜਿਹੜੇ ਪੰਜਾਬ ਚ ਕੁਝ ਬੱਚੇ ਸਿਲੈਕਟ ਹੋਏ ਨੇ ਮੈਂ ਉਹਨਾਂ ਨੂੰ ਪੜਾਇਆ ਵੀ ਹੈ ਬੜੀ ਖੁਸ਼ੀ ਹੋ ਰਹੀ ਹੈ ਮੈਨੂੰ ਦੱਸਦੇ ਹੋਏ ਕਿ ਕੁਝ ਮੇਰੇ ਸਟੂਡੈਂਟ ਮੇਰੇ ਨਾਲ ਹੁਣ ਅਸੀਂ ਕਲੀਗਸ ਬਣਾਂਗੇ ਜਿਹੋ ਜਿਹੇ ਪਰਿਵਾਰਾਂ ਚੋਂ ਆਉਨੇ ਆ ਔਰ ਸਾਡੇ ਖਾਸ ਤੌਰ ਤੇ ਹੁੰਦਾ ਕਿ ਮਾਪੇ ਜਰੂਰ ਸੁਖ ਲੈਂਦੇ ਕਿ ਭਾਈ ਬਾਬਾ ਜੀ ਲੱਡੂ ਚੜਾਵਾਂਗੇ ਤੁਹਾਡੇ ਲੱਡੂ ਸੁੱਕੇ ਹੋਏ ਸੀ ਸੁੱਕੇ ਹੋਏ ਸੀ ਜੀ ਕਾਪਾ ਝੂਠ ਨਹੀਂ ਮਾਰਦੇ ਕਿ ਮੈਂ ਹਮੇਸ਼ਾ ਜਦੋਂ ਵੀ ਅਰਦਾਸ ਕਰਦਾ ਹਾਂ ਮੈਂ ਇਹੀ ਮੰਗਦਾ ਹਾਂ ਜੀ ਕਿ ਰੱਬਾ ਕਿਸੇ ਹੱਕ ਕਿਸੇ ਦਾ ਨਹੀਂ ਹੱਕ ਮਾਰਦਾ ਮੈਨੂੰ ਮੇਰਾ ਹੱਕ ਔਰ ਜੋ ਉਸਨੇ ਸਾਡੇ ਸੁਪਨੇ ਸੱਚ ਕੀਤੇ ਨੇ ਜੋ ਅਸੀਂ ਸੋਚੇ ਸੀ ਕਦੇ ਕਿ ਸਾਡੇ ਨਾਲ ਵੀ ਸਾਡਾ ਵੀ ਕਦੇ ਬੱਚਾ ਅਫਸਰ ਬਣੂਗਾ ਉਹ ਅੱਜ ਬਣ ਕੇ ਨੇ ਬਖਾ ਤੁਹਾਨੂੰ ਕਿੰਨੀ ਖੁਸ਼ੀ ਸੀ ਕਿ ਫਿਰ ਬਹੁਤ ਜ਼ਿਆਦੀ ਜੀ ਜਦੋਂ ਇਹਨਾਂ ਨੇ ਸਾਨੂੰ ਦੱਸਿਆ ਸਾਡਾ ਤਾਂ ਮੇਰੀਆਂ ਤਾਂ ਲੱਤਾਂ ਹੀ ਕੰਮਣ ਲੱਗ ਗਈਆਂ ਜੀ ਚੰਡੀਗੜ੍ਹ ਭੇਜਿਆ ਸੀ ਫਿਰ ਟੈਨਸ਼ਨ ਹੁੰਦੀ ਸੀ ਕਿ ਦੂਰ ਭੇਜ ਮੈਂ ਤਾਂ ਭੇਜਦੀ ਨਹੀਂ ਸੀ ਬਹੁਤ ਜ਼ਿਆਦੀ ਟੈਨਸ਼ਨ ਹੁੰਦੀ ਸੀ ਮਾੜਾ ਇਹ ਫੋਨ ਨਾ ਚੁੱਕੇ ਮੈਂ ਉਹਦੀ ਕਹਿਣ ਲੱਗ ਜਾਂਦੀ ਮੈਂ ਕਹਾਂ ਫੋਨ ਨਹੀਂ ਚੁੱਕਦਾ ਫੋਨ ਨਹੀਂ ਚੁੱਕਦਾ ਤੇ ਵੀ ਰਿਪੋਰਟ ਤੁਸੀਂ ਲੈਂਦੇ ਰਹਿੰਦੇ ਸੀ ਵੀ ਹੁਣ ਕਿੱਥੇ ਆ ਤੇ ਹੁਣ ਕਿੱਥੇ ਪੂਰੀ ਜੀ ਪੂਰੀ ਮੈਂ ਉਹਨਾਂ ਇਹਦਾ ਡੈਡੀ ਨਹੀਂ ਸੀ ਲੈਂਦਾ ਮੈਂ ਤਾਂ ਮਿੰਟ ਮਿੰਟ ਬਾਅਦ ਰਿਪੋਰਟ ਲੈਂਦੇ ਪੂਰੀ ਜੀ ਪੂਰੀ ਮੈਂ ਤਾਂ ਹੀ ਪੂਰੀ ਕਰ ਰਹੀ ਪੂਰੀ ਜੀ ਮੈਰਾ ਮਾੜੇ ਮਾੜੇ ਗੱਲ ਤੇ ਵੀ ਸਮਝਾਉਣਾ ਪੁੱਤ ਵੇਖ ਲਾ ਮੈਂ ਤਾਂ ਤੇਰੇ ਆਸਰੇ ਹੀ ਆ ਬੀਬੀ ਠੀਕ ਠਾਕ ਹੋ ਤੁਸੀਂ ਠੀਕ ਨੇ ਕੱਲ ਦਾ ਮੇਰੇ ਸਾਰੇ ਦੁੱਖ ਟੁੱਟ ਗਏ ਨੇ ਤੁਹਾਨੂੰ ਕੀ ਪਤਾ ਲੱਗਿਆ ਕਦੋਂ ਪਤਾ ਲੱਗਿਆ ਵੀ ਕੀ ਹੋ ਗਿਆ ਮੈਂ ਇੱਥੇ ਹੀ ਬੈਠੀ ਚ ਅੱਛਾ ਜਦੋਂ ਇੱਕੇ ਰੀਟ ਮਾਰ ਕੇ ਪੱਗਿਆ बन ਗਿਆ ਓਏ ਅੱਛਾ ਆ ਗਿਆ ਕੀ ਹੋਇਆ ਫਿਰ ਉਹਨਾਂ ਨੇ ਕਿ ਬਣ ਗਿਆ ਤੇ ਵੇਖ ਕੇ ਫੇਰਾਂ ਦਾ ਬਣ ਗਿਆ ਹੁਣ ਫਿਰ ਜੱਫੀਆਂ ਪਾਈਆਂ ਬਹੁਤ ਬੜੀ ਖੁਸ਼ੀ ਹੁੰਦੀ ਆ ਭਰਾਵਾਂ ਦਾ ਤਾਂ ਵੈਸੇ ਹੀ ਬਹੁਤ ਵੱਡਾ ਆਸਰਾ ਹੁੰਦਾ ਤੇ ਹੁਣ ਜੱਜ ਬਣ ਗਿਆ ਸੋ ਹੌਸਲਾ ਹੋਰ ਵੀ ਇਹਨਾਂ ਦਾ ਜ਼ਿਕਰ ਕਰ ਰਹੀ ਸੀ ਇੰਟਰਵਿਊ ਕਰਾਦਾ ਤੋਂ ਆਏਗੇ ਤੇ ਸੀ ਹੁਣ ਤੱਕ ਮਿਹਨਤ ਕੀਤੀ ਹੁਣ ਸੈਟੀਸਫਾਈ ਹਾਂ ਆਹੀ ਗੋਲ ਸੀਗਾ ਫਿਰ ਤਾਂ ਜ਼ਿੰਦਗੀ ਦਾ ਕੀ ਫਾਇਦਾ ਜੀ ਜੇ ਅਜੇ ਇੱਥੇ ਰੁਕ ਗਏ ਆਪਾਂ ਪੂ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਕੌਣ ਕਹਿੰਦਾ ਕਿ ਸੁਪਨੇ ਸੱਚ ਨਹੀਂ ਹੁੰਦੇ ਸੁਪਨੇ ਸੱਚ ਹੁੰਦੇ ਆ ਪਰ ਸੁਪਨੇ ਸੱਚ ਕਰਨ ਦੇ ਲਈ ਮਿਹਨਤ ਬਹੁਤ ਕਰਨੀ ਪੈਂਦੀ ਹੈ ਔਰ ਸਹੀ ਗਾਈਡੈਂਸ ਮਿਲ ਜਾਵੇ ਤਾਂ ਫਿਰ ਮੰਨ ਲੂ ਕਿ ਸੌਨੇ ਤੇ ਸੁਹਾਗਾ ਹੋ ਜਾਂਦਾ ਇਸ ਵਾਰ ਪੰਜਾਬ ਦੇ ਬਹੁਤ ਸਾਰੇ ਆਮ ਘਰਾਂ ਦੇ ਧੀਆ ਪੁੱਤ ਜੱਜ ਬਣਿਆ ਬਹੁਤ ਖੁਸ਼ੀ ਦੀ ਗੱਲ ਹੈ ਕੋਈ ਕਿਸਾਨੀ ਪਰਿਵਾਰ ਚੋਂ ਹੈ ਕੋਈ ਕੰਡਕਟਰ ਡਰਾਈਵਰ ਦੀ ਬੇਟੀ ਹੈ ਤੇ ਕੋਈ ਪੁਲਿਸ ਮੁਲਾਜ਼ਮ ਦੀ ਬੇਟੀ ਹੈ ਔਰ ਇਸੇ ਤਰ੍ਹਾਂ ਅਸੀਂ ਮਾਨਸਾ ਦੇ ਨੇੜੇ ਆ ਔਰ ਖੇਤਾਂ ਦੇ ਵਿੱਚ ਇਸ ਕਰਕੇ ਬੈਠੇ ਆ ਕਿਉਂਕਿ ਇੱਕ ਕਿਸਾਨ ਦਾ ਪੁੱਤ ਜੱਜ ਬਣ ਗਿਆ ਬਾਈ ਦਵਿੰਦਰ ਸਿੱਧੂ ਸਾਡੇ ਨਾਲ ਨੇ ਇਹਨਾਂ ਦਾ ਸੈਲੈਕਸ਼ਨ ਹੋਇਆ ਪੂਰਾ ਪਰਿਵਾਰ ਤੇ ਰਿਸ਼ਤੇਦਾਰ ਕੁਝ ਨੇ ਬਾਈ ਹੁਣ ਉਹਨਾਂ ਨਾਲ ਗੱਲ ਕਰਦੇ ਆ ਇਹਨਾਂ ਦੀ ਜਰਨੀ ਕਿਹੋ ਜਿਹੀ ਰਹੀ ਬਾਈ ਬਹੁਤ-ਬਹੁਤ ਸਵਾਗਤ ਹੈ ਮੁਬਾਰਕਾਂ ਤੁਹਾਨੂੰ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਮੁਬਾਰਕ ਦੇਣ ਲਈ ਤੇ ਸਾਡੇ ਕੋਲ ਇੱਥੇ ਆਉਣ ਦੇ ਲਈ ਬਹੁਤ-ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤਾਂ ਮੈਂ ਜਾਨਣਾ ਚਾਹਣਾ ਇਹ ਅਹਿ ਦਵਿੰਦਰ ਸਿੰਘ ਸਿੱਧੂ ਦੇ ਨਾਂ ਦੇ ਨਾਲ ਜੱਜ ਦਵਿੰਦਰ ਸਿੰਘ ਸਿੱਧੂ ਲੱਗ ਜਾਣਾ। ਬਸ ਜਿਵੇਂ ਤੁਸੀਂ ਗੱਲ ਕਹੀ ਹੈ ਜੀ ਕਿ ਸੁਪਨੇ ਸੱਚ ਹੁੰਦੇ ਨੇ ਤੇ ਉਹ ਸੁਪਨੇ ਨੂੰ ਮੈਂ ਜੀ ਰਿਹਾ ਆਪਣੇ ਨੂੰ। ਹਾਂ ਜਦੋਂ ਦਾ ਰਿਜ਼ਲਟ ਆਇਆ ਮੈਨੂੰ ਇਹ ਲੱਗ ਰਿਹਾ ਕਿ ਉਹ ਸੁਪਨਾ ਹੈ ਕਿ ਕਦੇ-ਕਦੇ ਮੈਨੂੰ ਪਹਿਲੀ ਰਾਤ ਤੋਂ ਉਸ ਦਿਨ ਤਾਂ ਮੈਂ ਸੁੱਤਾ ਹੀ ਨਹੀਂ ساری ਰਾਤ ਕਿ ਮੈਨੂੰ ਇਹ ਲੱਗ ਰਿਹਾ ਸੀ ਮੈਨੂੰ ਡਰ ਰਿਹਾ ਸੀ ਕਿ ਮੈਂ ਕਿਤੇ ਸੌਂ ਕੇ ਉੱਠਾਂ ਤੇ ਮੈਨੂੰ ਇਹ ਨਾ ਲੱਗੇ ਕਿ ਯਾਰ ਸੁਪਨਾ ਸੀ ਕਿ ਇੰਨਾ ਯਕੀਨ ਹੀ ਨਹੀਂ ਹੋ ਰਿਹਾ ਸੀ। ਹਾਂ ਬਿਲਕੁਲ ਇੱਕ ਸੁਪਨਾ ਦੇਖਿਆ ਮੈਂ ਜੋ ਆਪਣੀ ਜਰਨੀ ਦੇ ਵਿੱਚ ਮੈਂ ਉਸ ਤੋਂ ਬਾਅਦ ਆਪਣੇ ਆਪ ਨੂੰ ਚੁੱਕਿਆ ਦਿਨ ਰਾਤ ਮਿਹਨਤ ਕੀਤੀ ਔ ਟੁੱਟ ਮਿਹਨਤ ਕੀਤੀ ਤੇ ਰੱਬ ਨੇ ਮੇਰੀ ਝੋਲੀ ਉਸ ਦਾ ਫਲ ਪਾਇਆ ਮਹਾਰਾਜ ਦੀ ਕਿਰਪਾ ਹੋਈ ਹੈ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਉਸ ਅਕਾਲ ਪੁਰਖ ਦਾ ਮੇਰੇ ਮਾਂ ਪਿਓ ਦਾ ਮੇਰੇ ਅਧਿਆਪਕ ਸਹਿਬਾਨ ਦਾ ਮੇਰੇ ਸੱਜਣਾ ਮਿੱਤਰਾਂ ਦਾ ਜਿਨ੍ਹਾਂ ਦੀ ਸਪੋਰਟ ਦੇ ਨਾਲ ਜਿਨ੍ਹਾਂ ਦੀ ਸਹਾਇਤਾ ਦੇ ਨਾਲ ਤੇ ਆਪਣੀ ਮਿਹਨਤ ਦੇ ਨਾਲ ਮੈਂ ਇਹ ਚੀਜ਼ ਮੁਕਾਮ ਹਾਸਲ ਕਰ ਪਾਇਆ ਤੇ ਬਹੁਤ ਖੁਸ਼ੀ ਹੈ ਜੀ ਮਿਹਨਤ ਕਿੰਨੀ ਕੁ ਕਰਨੀ ਪਈ ਹੈ ਜੱਜ ਬਣਨ ਦੇ ਲਈ ਤੁਹਾਨੂੰ ਮਿਹਨਤ ਦਾ ਜੀ ਕੋਈ ਅੰਤ ਨਹੀਂ ਉਸ ਦਾ ਕੋਈ माप दंडਨੀ ਹੈ ਕਿ ਜਿਸ ਨੂੰ ਆਪਾਂ মাপ ਸਕੀਏ ਕਿ ਮੈਂ ਕਹਿ ਸਕਾਂ ਕਿ ਮੈਂ ਦਿਨ ਚ ਐਨੇ ਪੱਕੇ ਘੰਟੇ ਮੇਰੀ ਪੜ੍ਹਾਈ ਸੀ ਮੈਂ 2019 ਦੇ ਵਿੱਚ ਆਪਣੀ ਇਹ ਜਰਨੀ ਨੂੰ ਸ਼ੁਰੂ ਕੀਤਾ ਸੀ ਤੇ ਉਸ ਤੋਂ ਬਾਅਦ ਮੈਂ ਦਿਨ ਦੇ ਘਟੋ-ਘਟ ਜਦੋਂ ਵੀ ਮੇਰਾ ਮਤਲਬ ਨਾਰਮਲ ਮੇਰਾ ਰੁਟੀਨ ਸੀ ਕਿ 10 ਘੰਟੇ ਮੈਂ ਇਸ ਨੂੰ ਦੇਣੇ ਹੀ ਦੇਣੇ ਆ ਕਿ ਜਦੋਂ ਮੈਂ 2019 ਦੇ ਵਿੱਚ ਤਾਂ ਮੇਰਾ ਹਜੇ ਲਾਅ ਚੱਲ ਰਿਹਾ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੈਂ ਉਦੋਂ ਹੀ ਇਸ ਦੀ ਤਿਆਰੀ ਸ਼ੁਰੂ ਕਰਤੀ ਸੀ ਕੋਚਿੰਗ ਲੈਣੀ ਸ਼ੁਰੂ ਕਰਤੀ ਸੀ ਮੈਂ ਨਾਮ ਲਾਉਂਗਾ ਉਰਵਿਜੇ ਬਰਾੜ ਸਰ ਨੇ ਮੈਨੂੰ ਸੁਣਨ ਗਏ ਉਹ ਤੇ ਮੈਂ ਉਹਨਾਂ ਨੂੰ ਸਪੈਸ਼ਲ ਸ਼ੁਕਰੀਆ ਕਰਨਾ ਚਾਹੁੰਗਾ ਉਹ ਮੇਰੇ ਗਾਈਡ ਰਹੇ ਨੇ ਮੇਰੇ ਮੈਂਟਰ ਰਹੇ ਨੇ ਇੱਕ ਵੱਡੇ ਭਰਾ ਦੀ ਤਰ੍ਹਾਂ ਰਹੇ ਨੇ ਉਹਨਾਂ ਦੀ ਅਕੈਡਮੀ ਦੇ ਵਿੱਚ ਮੈਂ ਕੋਚਿੰਗ ਲਈ ਤੇ ਉਸ ਤੋਂ ਬਾਅਦ 2 ਸਾਲ ਦੀ ਮੇਰੀ ਕੋਚਿੰਗ ਦੀ ਜਰਨੀ ਰਹੀ 1 ਸਾਲ ਮੈਂ ਉੱਥੇ ਹੀ ਚੰਡੀਗੜੀ ਸੀ ਕਿਉਂਕਿ ਆਪਣਾ ਮੇਰਾ ਫਾਈਨਲ ਇਅਰ ਚੱਲ ਰਿਹਾ ਸੀ ਲਾ ਦਾ ਤੇ ਬਟ ਜਦੋਂ ਕੋਵਿਡ ਆ ਗਿਆ ਫਿਰ 20 ਦੇ ਵਿੱਚ ਮੇਰੇ ਘਰੇ ਬੈਠੇ ਦੀ ਮੇਰੀ ਡਿਗਰੀ ਹੋ ਗਈ ਐਂਡ ਜਦੋਂ ਉਸ ਤੋਂ ਬਾਅਦ ਕੀ ਹੋਇਆ ਕਿ ਕੋਵਿਡ ਦੇ ਕਾਰਨ ਆਪਾਂ ਨੂੰ ਘਰੇ ਆਉਣਾ ਪੈ ਗਿਆ ਤੇ ਮੋਦੋਂ ਮੈਂ ਆਪਣੇ ਮਨ ਨੂੰ ਕਿ ਰੱਬ ਦੀ ਮਿਹਰ ਹੋਈ ਕਿ ਮੈਂ ਸੋਚਿਆ ਕਿ ਇਸ ਟਾਈਮ ਬੱਚੇ ਥੋੜੇ ਜਿਹਾ ਰਿਲੈਕਸ ਮੋਡ 'ਚ ਚਲੇ ਗਏ ਕਿ ਸਭ ਨੂੰ ਹੁੰਦਾ ਕਿ ਹਾਂ ਚਲੋ ਸ਼ੁਕਰ ਹੈ ਪੜ੍ਹਾਈ ਤੋਂ ਕਿਹੜਾ ਛੁੱਟਿਆ ਥੋੜੇ ਬਹੁਤ ਵੇਲੇ ਹੋ ਗਏ ਬਟ ਮੈਂ ਇੱਕ ਪਲੈਨਿੰਗ ਨਾਲ ਚੱਲਿਆ ਕਿ ਹੁਣ ਜਿੰਨਾ ਟਾਈਮ ਵੀ ਕੋਵਿਡ ਕੋਵਿਡ ਹੈ ਮੇਰੇ ਕੋਲ ਇੱਕ 골ਡਨ ਓਪਰਚ्युनिटी ਹੈ ਕਿ ਜੇ ਇਸ ਨੂੰ ਮੈਂ ਕੈਸ਼ ਇਨ ਕਰ ਲਿਆ ਮੈਂ ਕੁਝ ਇਹਦੋਂ ਇਸ ਟਾਈਮ ਮਿਹਨਤ ਕਰ ਲਿਆ ਕਰ ਗਿਆ ਤਾਂ ਮੇਰੇ ਕੰਮ ਆਏਗੀ ਕਿਉਂਕਿ ਕੋਵਿਡ ਜਦੋਂ ਜਾਏਗਾ ਤਾਂ ਐਕਸਪੈਕਟਿਡ ਸੀ ਕਿ ਪੰਜਾਬ ਜੁਡੀਸ਼ਰੀ ਦਾ ਪੇਪਰ ਆਏਗਾ ਹੀ ਆਏਗਾ ਤਾਂ ਮੈਂ ਉਸ ਚੀਜ਼ ਸੋਚ ਨੂੰ ਲੈ ਕੇ ਚੱਲ ਰਿਹਾ ਸੀ ਕਿ ਇਸ ਟਾਈਮ ਲੋਕ ਘੱਟ ਮਿਹਨਤ ਕਰ ਰਹੇ ਨੇ ਓਬਵੀਅਸਲੀ ਬਹੁਤ ਲੋਕਾਂ ਨੇ ਕੀਤੀ ਹੈ ਜਿਹੜੇ ਮੇਰੇ ਨਾਲ ਕੁਝ ਸਿਲੈਕਟ ਹੋਏ ਨੇ ਬੱਚੇ ਜਿਹੜੇ ਤੁਸੀਂ ਵੀ ਉਹਨਾਂ ਨੂੰ ਜਾਣੋਗੇ ਕਿ ਉਹਨਾਂ ਨੇ ਉਦੋਂ ਮਿਹਨਤ ਕੀਤੀ ਕੋਵਿਡ ਦੇ ਵਿੱਚ ਤੇ ਉਹਨਾਂ ਨੂੰ ਸਫਲਤਾ ਮਿਲੀ ਹੈ ਤਾਂ ਉਦੋਂ ਵੀ ਮੈਂ ਸਵੇਰ 10 ਜਿੰਨੇ ਵਜੇ ਵੀ ਮੈਂ ਸ਼ੁਰੂਆਤ ਕਰਦਾ ਕਈ ਵਾਰੀ ਮੈਂ 8-9 ਵਜੇ 10 ਵਜੇ ਸ਼ੁਰੂਆਤ ਕਰਦਾ 12 1 ਵਜੇ ਤੱਕ ਮੈਂ ਸਵੇਰ ਘੱਟ ਪੜਦਾ ਸੀ ਉਦੋਂ ਮੈਂ ਥੋੜਾ ਬਹੁਤ ਨਿਊਜ਼ਪੇਪਰ ਪੜ ਲੈਣਾ ਉਹ ਵੀ ਫੋਨ ਤੇ ਇੱਥੇ ਕੋਈ ਨਿਊਜ਼ਪੇਪਰ ਵੀ ਨਹੀਂ ਆਉਂਦਾ ਇਹ ਮੈਂ ਦੱਸਣਾ ਚਾਹਾਂਗਾ ਮੈਂ ਆਨਲਾਈਨ ਹੀ ਪੜਦਾ ਹੁੰਦਾ ਸੀ ਨਿਊਜ਼ਪੇਪਰ ਥੋੜੇ ਪਿੰਡ ਇੱਧਰ ਅਖਬਾਰ ਨਹੀਂ ਆਉਂਦਾ ਅਖਬਾਰ ਰਵਾਜ ਹੀ ਨਹੀਂ ਜੀ ਕੋਈ ਪੜਦਾ ਹੀ ਨਹੀਂ ਪਹਿਲੀ ਗੱਲ ਤਾਂ ਤੇ ਦੂਜੀ ਗੱਲ ਜੇ ਆ ਵੀ ਜਾਵੇ ਤਾਂ ਤੁਹਾਨੂੰ ਦੂਰ ਜਾ ਕੇ ਤੁਹਾਨੂੰ ਲੈ ਕੇ ਆਉਣਾ ਪੈਂਦਾ ਤੇ ਇੱਥੇ ਸਹੂਲਤ ਨਹੀਂ ਹੈਗੀ ਉਹ ਤਾਂ ਮੈਂ ਆਨਲਾਈਨ ਪੜਦਾ ਹੁੰਦਾ ਸੀ ਤਾਂ ਮੈਂ ਅਖਬਾਰ ਵੀ ਤੇ ਅਖਬਾਰ ਪੜ ਲੈਣਾ ਥੋੜਾ ਬਹੁਤ ਹੋਰ ਕੋਈ ਨਿੱਕਾ ਮੋਟਾ ਸਬਜੈਕਟ ਹੈ ਮੈਂ ਉਹ ਪੜ ਲੈਣਾ ਉਸ ਤੋਂ ਬਾਅਦ ਹਾਂ 12 ਇੱਕ ਵੇਟ ਤੋਂ ਬਾਅਦ ਫਿਰ ਮੈਂ ਦੁਪਹਿਰੇ ਥੋੜਾ ਆਰਾਮ ਕਰਦਾ ਸੀ ਐਂਡ 2 ਵਜੇ ਫਿਰ ਜਦੋਂ ਮੈਂ ਉੱਠਦਾ ਮੇਰੇ ਮੰਮੀ ਜੀ ਮੈਨੂੰ ਖਾਣਾ ਦਿੰਦੇ ਉਹਨਾਂ ਨੇ ਬਹੁਤ ਮੇਰੀ ਸੇਵਾ ਕੀਤੀ ਮੇਰੀ ਮਿਹਨਤ ਦੇ ਵਿੱਚ ਮੇਰਾ ਸਾਥ ਦਿੱਤਾ 300 ਜਿਆਦਾ ਮਿਹਨਤ ਉਹਨਾਂ ਦੀ ਰਹੀ ਹੈ ਨਿੱਕੀ ਨਿੱਕੀ ਗੱਲ ਦੇ ਵਿੱਚ ਐਂਡ ਫਿਰ ਉਹਨਾਂ ਨੇ ਉਸ ਤੋਂ ਬਾਅਦ ਮੈਂ ਖਾਣਾ ਖਾਣਾ ਮੇਰੀ ਕਲਾਸਾਂ ਹੁੰਦੀਆਂ ਸੀ ਆਨਲਾਈਨ ਮੇਰਾ ਜੀ ਸਿਲੇਬਸ ਨਹੀਂ ਪੂਰਾ ਹੁੰਦਾ ਦੁਪਹਿਰੇ 2 ਵਜੇ ਤੋਂ ਬਾਅਦ ਦੁਪਹਿਰੇ 2 ਵਜੇ ਮੈਂ ਉੱਠ ਜਾਂਦਾ ਸੀ ਤੇ ਉਦੋਂ ਮੈਂ ਕੱਲ ਵੀ ਕਹਿ ਕੇ ਹਟਿਆ ਕਿ ਜਦੋਂ ਮੈਂ ਇੱਥੋਂ ਬਾਹਰ ਨਿਕਲਦਾ ਸੀ ਤੁਸੀਂ ਦੇਖ ਹੀ ਰਹੇ ਹੋ ਵੱਡੀ ਹੋਣ ਵਾਲੀ ਹੈ ਤੇ ਉਦੋਂ ਉਹਨਾਂ ਦਿਨਾਂ ਦੇ ਵਿੱਚ ਉਦੋਂ ਜੂਨ ਜੁਲਾਈ ਦੇ ਦਿਨ ਆਉਂਦਾ ਸੀ ਤੇ ਉਦੋਂ ਝੋਨਾ ਲੱਗ ਰਿਹਾ ਹੁੰਦਾ ਸੀ 45 ਡਿਗਰੀ ਦੇ ਟੈਂਪਰੇਚਰ ਦੇ ਵਿੱਚ ਲੋਕ ਇੱਥੇ ਝੋਨਾ ਲਾ ਰਹੇ ਹੁੰਦੇ ਸੀ ਤੇ ਮੈਂ ਜਦੋਂ ਬਾਹਰ ਆਉਂਦਾ ਸੀ ਤੇ ਮੈਂ ਆਪਦੇ ਆਪ ਨਾਲ ਗੱਲਾਂ ਕਰਦਾ ਸੀ ਕਿ ਭਾਈ ਸਾਹਿਬ ਇਸ ਤੋਂ ਔਖਾ ਕੰਮ ਤਾਂ ਨਹੀਂ ਹੈਗਾ ਆਪਣਾ ਤੇ ਆਪਾਂ ਤਾਂ ਅੰਦਰ ਚ ਬਹਿ ਕੇ ਏਸੀ 'ਚ ਪੜਨਾ ਬਸ ਵੀ ਇੱਥੇ ਕਿੰਨੀ ਲੋਕ ਮਿਹਨਤ ਕਰ ਰਹੇ ਆ ਤੇ ਮੈਨੂੰ ਇੰਨਾ ਵਧੀਆ ਓਪਰਚੁਨਿਟੀ ਆ ਮੇਰੇ ਹੱਥ ਇੰਨਾ ਸੋਹਣਾ ਰੱਬ ਨੇ ਮੈਨੂੰ ਇੱਕ ਮੌਕਾ ਦਿੱਤਾ ਤਾਂ ਮੈਂ ਉਸ ਦੇ ਉੱਪਰ ਖੜਾ ਉੱਤਰਾ ਤੇ ਫਿਰ ਉਸ ਤੋਂ ਬਾਅਦ ਮੈਂ ਸ਼ਾਮ ਨੂੰ 5 6 ਵਜੇ 7 ਵਜੇ ਤੱਕ ਪੜਦਾ ਸੀ 6 ਵਜੇ ਮੈਂ ਸ਼ਾਮ ਨੂੰ ਇੱਕ ਵਾਕ ਕਰਦਾ ਸੀ ਛੋਟੀ ਜੀ ਆਪਣੇ ਖੇਤਾਂ ਚ ਲਾ ਜਾਂਦਾ ਸੀ ਮੈਨੂੰ ਇੱਕ ਚੰਗੀ ਪੋਜ਼ਿਟਿਵਿਟੀ ਮਿਲਦੀ ਸੀ ਇੱਥੇ ਇੱਕ ਬ੍ਰੇਕ ਮਿਲ ਜਾਂਦੀ ਸੀ ਮਾਈਂਡ ਫਰੈਸ਼ ਹੋ ਜਾਂਦਾ ਸੀ ਫਿਰ ਰਾਤ ਨੂੰ ਫਿਰ ਮੈਂ ਆਪਣੇ ਡਿਨਰ ਤੋਂ ਬਾਅਦ 12 1 ਵਜੇ 2 ਵਜੇ ਤੱਕ ਕਦੇ ਟਾਈਮ ਤਾਂ ਜ਼ਿਆਦਾ ਦੇਖਿਆ ਹੀ ਨਹੀਂ ਇਹ ਹੁੰਦਾ ਸੀ ਖੁਦ ਦੇ ਟਾਰਗੇਟ ਹੁੰਦੇ ਸੀ ਕਿ ਅੱਜ ਮੈਂ ਇੰਨਾ ਕਰਨਾ ਹੈ ਇੰਨਾ ਮੈਂ ਪੜ੍ਹਨਾ ਹੈ ਮੇਰੇ ਹਫਤੇ ਦਾ ਟਾਰਗੇਟ ਹੈ ਮੈਂ ਖੁਦ ਉਹ ਸ਼ੈਡਿਊਲ ਬਣਾ ਕੇ ਚੱਲਦਾ ਸੀ ਜਿਵੇਂ ਵੀ ਪੇਪਰ ਦੀ ਡਿਮਾਂਡ ਹੈ ਕਿ ਮੇਰੇ ਪੇਪਰ ਦੇ ਵਿੱਚ ਕੀ ਕੀ ਚੀਜ਼ਾਂ ਆਉਣੀਆਂ ਨੇ ਉਸ ਹਿਸਾਬ ਨਾਲ ਆਪਣੀ ਜਰਨੀ ਨੂੰ ਮੈਂ ਖੁਦ ਪ੍ਰਿਪੇਅਰ ਕਰਦਾ ਸੀ ਮੈਂ ਕਿਸੇ ਦੇ ਸ਼ੈਡਿਊਲ ਨੂੰ ਫੋਲੋ ਨਹੀਂ ਕੀਤਾ ਓਬਵੀਅਸਲੀ ਆਪਣੇ ਸੀਨੀਅਰਸ ਤੋਂ ਗਾਈਡੈਂਸ ਲਈ ਕਿ ਉਹਨਾਂ ਨੇ ਕਿਵੇਂ ਕੁਝ ਅਲੱਗ-ਅਲੱਗ ਮਸ਼ਲਕਾਂ ਨੂੰ ਟੈਕਲ ਕੀਤਾ ਬਟ ਮੈਂ ਆਪਣਾ ਸ਼ੈਡਿ ਦੇ ਵਿੱਚ ਲਾਸਟ ਜੋ ਪੇਜ ਨੇ ਨਾ ਉੱਪਰ ਇਹ ਪਏ ਨੇ ਸ਼ਡਿਊਲਸ ਦੇ ਹੀ ਸਿਰਫ ਹਰ ਰੋਜ਼ ਨਵਾਂ ਸ਼ਡਿਊਲ ਜਾਂ ਹਫਤੇ ਬਾਅਦ ਸ਼ਡਿਊਲ ਚੇਂਜ ਹੋ ਜਾਂਦਾ ਸੀ ਕਿਉਂਕਿ ਸਬਜੈਕਟ ਚੇਂਜ ਹੋ ਜਾਂਦਾ ਸੀ ਰਿਵੀਜ਼ਨ ਕਰਨੀ ਹੁੰਦੀ ਸੀ ਐਂਡ ਫਿਰ ਰਾਤ ਨੂੰ ਵੀ 12 1 2 ਵਜੇ ਤੱਕ ਤਾਂ ਉਹ ਰਿਹਾ ਜੀ ਫਿਰ ਜਦੋਂ ਕੋਵਿਡ ਖਤਮ ਹੋਇਆ ਤਾਂ ਮੈਂ ਹਰਿਆਣਾ ਹਰਿਆਣੇ ਨੂੰ ਜੁਡੀਸ਼ਰੀ ਦੀ ਨੋਟੀਫਿਕੇਸ਼ਨ ਆ ਗਈ ਸੀ ਉਦੋਂ ਤਾਂ ਮੈਂ ਚੰਡੀਗੜ੍ਹ ਚਲਾ ਗਿਆ ਉੱਥੇ ਫਿਰ ਮੈਂ ਲਾਇਬ੍ਰੇਰੀ ਜਾ ਕੇ ਯੂਨੀਵਰਸਿਟੀ ਜਾ ਕੇ ਪੜ੍ਹਦਾ ਹੁੰਦਾ ਸੀ ਤੇ ਉੱਥੇ ਵੀ ਮੈਂ ਸਵੇਰ 8 8:30 ਮੈਂ ਚਲੇ ਜਾਣਾ 9 ਵਜੇ ਚਲੇ ਜਾਣਾ ਇੱਕ ਮੇਰੇ ਮਿੱਤਰ ਹੁੰਦੇ ਸੀ ਰੂਮ ਮੇਟ ਨੇ ਮੇਰੇ ਉਹ ਹੁਣ ਆਰਬੀਆਈ ਦੇ ਵਿੱਚ ਆਫੀਸਰ ਨੇ ਮੇਰੇ ਖਾਸ ਦੋਸਤ ਰਹੇ ਨੇ 2015 ਤੋਂ ਦਿਲਪ੍ਰੀਤ ਸ਼ਰਮਾ ਮੈਂ ਨਾਮ ਲੈਣਾ ਚਾਹੁੰਗਾ ਉਹਨਾਂ ਦਾ ਨਾਮ ਲੈਣਾ ਚਾਹੁੰਗਾ ਤੇ ਉਹ ਮੇਰੇ ਨਾਲ ਹੁੰਦੇ ਸੀ ਤੇ ਉਹ ਸਿਲੈਕਟ ਹੋ ਗਏ ਉਹ ਚਲੇ ਗਏ ਪਿਛਲੇ ਤੁਹਾਡੇ ਟਾਈਮ ਪਹਿਲਾਂ ਉਹਨਾਂ ਦੀ ਸਿਲੈਕਸ਼ਨ ਹੋਈ ਆ ਬੰਬੇ ਨੇ ਉਹ ਤੇ ਅਸੀਂ ਬਹੁਤ ਇੱਕ ਦੂਜੇ ਨੂੰ ਸਪੋਰਟ ਕੀਤਾ ਸੀ ਇਕੱਠੇ ਜਰਨੀ ਸ਼ੁਰੂ ਕੀਤੀ ਐਗਜ਼ਾਮਸ ਦੀ ਉਹ ਵੀ ਇੱਕ ਪੇਪਰ ਚੋਂ ਰਹਿ ਗਏ ਸੀ ਉਸ ਤੋਂ ਬਾਅਦ ਉਹਨਾਂ ਦਾ ਹੋ ਗਿਆ ਇਸ ਵਾਰ ਕੋ ਤੇ ਫਿਰ ਉਸ ਤੋਂ ਬਾਅਦ 9 ਵਜੇ ਲਾਇਬ੍ਰੇਰੀ ਜਾ ਕੇ ਰਾਤ ਨੂੰ 12 12 ਤੇ ਜਾਂ ਆਪਣੇ ਘਰ ਦੇ ਨਾਲ ਗੱਲ ਕਰਨੀ ਕਿਸੇ ਦਾ ਫੋਨ ਨਹੀਂ ਚੱਕਣਾ ਫालतू ਕਿਸੇ ਨਾਲ ਗੱਲ ਨਹੀਂ ਕਰਨੀ ਤੇ ਆਪਣੇ ਆਪ ਨੂੰ ਪੂਰਾ ਆਪਣੇ ਗੋਲ ਦੇ ਵੱਲ ਪੂਰਾ ਡੈਡੀਕੇਟਡ ਰੱਖਣਾ ਕਿ ਬਿਲਕੁਲ ਕਿਉਂਕਿ ਉੱਥੇ ਡਿਸਟਰੈਕਸ਼ਨਸ ਬਹੁਤ ਹੁੰਦੀਆਂ ਚੰਡੀਗੜ੍ਹ ਮੈਂ ਵੈਸੇ ਚਲੋ ਰਹਿ ਚੁੱਕਾ ਹਾਂ 2015 ਤੋਂ ਹੀ ਲੈ ਕੇ ਤੇ ਮੈਨੂੰ ਪਤਾ ਸੀ ਉਹ ਡਿਸਟ੍ਰੈਕਸ਼ਨਸ ਕੀ ਹੋਣਗੇ ਗਾਣੇ ਬਹੁਤ سارے ਇੱਕ ਗਾਣਾ ਚੰਡੀਗੜ੍ਹ ਦੇ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ ਦੇ ਬਿਲਕੁਲ ਜੀ ਅੱਜ ਲੋਕ ਭੇਜਦੇ ਨਹੀਂ ਜਵਾਕਾਂ ਨੂੰ ਚੰਡੀਗੜ੍ਹ ਇਸ ਚੱਕਰ ਤੋਂ ਵੀ ਚੰਡੀਗੜ੍ਹ ਦਾ ਮਾੜੇ ਹਾਲ ਨੇ ਪਰ ਮੈਂ ਦੱਸਣਾ ਚਾਹੁੰਗਾ ਚੰਡੀਗੜ੍ਹ ਚੰਗੇ ਹਾਲਾਤ ਵੀ ਨੇ ਬਸ ਚੰਗੀਆਂ ਸਹੂਲਤਾਂ ਵੀ ਨੇ ਜੇ ਤੁਸੀਂ ਸਹੀ ਸੋਚ ਨਾਲ ਉੱਥੇ ਜਾਓਗੇ ਤਾਂ ਤੁਹਾਨੂੰ ਇੰਨੇ ਮੌਕੇ ਮਿਲਦੇ ਆ ਉੱਥੇ ਤੁਸੀਂ ਸੋਚ ਵੀ ਨਹੀਂ ਸਕਦੇ ਤੁਸੀਂ ਬਹੁਤ ਅੱਗੇ ਜਾ ਸਕਦੇ ਫਿਰ ਉੱਥੇ ਮੇਰੀ ਜਰਨੀ ਰਹੀ ਜੀ ਫਿਰ ਮੈਂ ਹਰਿਆਣਾ ਦਾ ਅਟੈਂਪਟ ਦਿੱਤਾ ਹਰਿਆਣਾ ਦੇ ਵਿੱਚ ਮੈਂ ਪ੍ਰੀ ਕਲੀਅਰ ਕੀਤਾ ਮੇਨਸ ਕਲੀਅਰ ਕੀਤਾ ਮੈਂ ਇ ਆਪਣੇ ਮੈਨੂੰ ਤਾਂ ਹੀ ਉਸ ਪੇਪਰ ਦੇ ਵਿੱਚੋਂ ਨਹੀਂ ਮੈਂ ਪਾਸ ਹੋ ਪਾਇਆ ਤਾਂ ਜੋ ਮੈਂ ਇਧਰ ਹੋਰ ਮਿਹਨਤ ਕਰਦਾ ਪੰਜਾਬ 'ਚ ਉਧਰੋਂ ਹਜੇ ਹਰਿਆਣੇ ਦਾ ਰਿਜ਼ਲਟ ਆਇਆ ਸੀ ਐਂਡ ਪੰਜਾਬ ਦੀ ਵੀ ਨੋਟੀਫਿਕੇਸ਼ਨ ਆਈ ਹੋਈ ਸੀ ਤਾਂ ਮੈਨੂੰ ਮਨ 'ਚ ਉਦੋਂ ਦੁੱਖ ਤਾਂ ਸੀ ਪਰ ਮੇਰੇ ਨਾਲ ਅਲੱਗ ਇੱਕ ਉਮੀਦ ਵੀ ਸੀ ਕਿ ਹਾਂ ਯਾਰ ਆਪਾਂ ਪੰਜਾਬ 'ਚ ਕੱਢ ਲਾ ਆਪਾਂ ਉਦੋਂ ਹਰਿਆਣੇ ਦਾ ਜਦੋਂ ਤੁਸੀਂ ਪੇਪਰ ਦਿੱਤਾ ਉਦੋਂ ਕਿੰਨੇ ਕ ਨੰਬਰਾਂ ਤੋਂ ਰਹਿ ਗਏ ਮੈਂ ਉਦੋਂ 24 ਨੰਬਰਾਂ ਤੋਂ ਰਹਿ ਗਿਆ ਸੀ ਜੀ ਇੰਟਰਵਿਊ 'ਚ ਕੁਝ ਕੱਟ ਨੰਬਰ ਲੱਗੇ ਸੀ ਉਦੋਂ ਮੇਰੀ ਇੰਟਰਵਿਊ ਲਈ ਐਨਾ ਮੈਂ ਪ੍ਰਿਪੇਅਰ ਨਹੀਂ ਸੀ ਪਹਿਲਾ ਟਾਈਮ ਸੀ ਨਰਵਸ ਸੀ ਥੋੜਾ ਜਿਆ ਤੇ ਉਹ ਤੋਂ ਬਾਅਦ ਉਸ ਨੂੰ ਮੈਂ ਸਮਝਿਆ ਕਿ ਹਾਂ ਮੇਰੀਆਂ ਕੀ ਕਮੀਆਂ ਰਹੀਆਂ ਨੇ ਹੋਰ ਮਿਹਨਤ ਕੀਤੀ ਤੇ ਦਿਲ ਨਹੀਂ ਛੱਡਿਆ ਮੈਂ ਜਿਹੜੀ ਮੇਰੀ ਸ਼ੁਰੂ ਤੋਂ ਹੀ ਰਹੀ ਹੈ ਮੇਰਾ ਮੇਰੀ ਹਿੰਦ ਰਹੀ ਕਿ ਮੈਂ ਇੱਕ ਚੀਜ਼ ਸੋਚੀ ਆ ਤਾਂ ਮੈਂ ਕਰਨੀ ਆ ਫਿਰ ਪੰਜਾਬ ਚ ਕਿਰਪਾ ਹੋਈ ਹੈ ਮਹਾਰਾਜ ਦੀ ਤੇ ਆਪਾਂ ਇਸ ਅੱਛਾ ਪਹਿਲੀ ਵਾਰ ਜਦੋਂ ਬੰਦਾ ਸੋਚਦਾ ਕਿ ਕੋਈ 10ਵੀਂ ਕਲਾਸ ਜਾਂ 12ਵੀਂ ਚ ਬੰਦੇ ਥੋੜਾ ਸੋਚਣ ਲੱਗ ਜਾਂਦੇ ਆ ਜਾਂ ਕੋਈ ਕਿਸੇ ਨੇ ਗਾਈਡ ਕੀਤਾ ਤੁਹਾਨੂੰ ਗਾਈਡੈਂਸ ਮਿਲੀ ਕਿਸੇ ਤੋਂ ਵੀ ਦਵਿੰਦਰ ਸਿੰਘ ਤੁਸੀਂ ਜੱਜ ਬਣਨ ਵਾਲੇ ਪਾਸੇ ਜਾਓ ਜੁਡੀਸ਼ਰੀ ਦੇ ਪੇਪਰ ਦੇ ਤਿਆਰੀ ਕਰੋ ਨਹੀਂ ਜੀ ਜੈ ਸਈਦ ਅਸਾਂ ਤਾਂ ਕੋਈ ਐਵੇਂ ਦਾ ਮੈਨੂੰ ਮੇਰੇ ਲਈ ਕੋਈ ਗਾਈਡ ਨਹੀਂ ਰਿਹਾ ਹੈ ਮੇਰੀ ਤਿਆਰੀ ਦੇ ਵਿੱਚ ਮੇਰੇ ਸਰਨ ਮੈਂ ਉਹਨਾਂ ਦਾ ਨਾਮ ਦੱਸਿਆ ਤੁਹਾਨੂੰ ਉਹ ਰਹੇ ਨੇ ਹਾਂ ਮੈਂ 10ਵੀਂ ਮੇਰੀ ਇੱਥੋਂ ਐਨਆਰਐਮ ਹੋਲੀਆਰਟ ਕਾਨਵੈਂਟ ਸਕੂਲ ਚੋਂ ਹੋਈ ਸੀ ਜੀ 5ਵੀਂ ਤੱਕ ਮੈਂ ਬਿਲਕੁਲ ਬੇਸਿਕ ਮੈਂ ਪੰਜਾਬੀ ਮੀਡੀਅਮ ਚ ਪੜਿਆ ਆਪਣੇ ਪਿੰਡ ਇੱਕ ਪ੍ਰਾਈਵੇਟ ਸਕੂਲ ਹੁੰਦਾ ਸੀ ਉੱਥੇ 6th ਤੋਂ ਲੈ ਕੇ 10th ਤੱਕ 10ਵੀਂ ਤੱਕ ਮੈਂ ਆਪਣੇ ਹੋਲੀਆਰਟ ਕਾਨਵੈਂਟ ਸਕੂਲ ਉਸ ਤੋਂ ਬਾਅਦ 11ਵੀਂ 12ਵੀਂ ਮੈਂ ਡੀਏਵੀ ਪਬਲਿਕ ਸਕੂਲ ਬੁੜਲਾਡਾ ਤੋਂ ਕੀਤੀ ਤੇ ਮੈਂ ਉਹ ਬੁੜਲਾਡਾ ਸਕੂਲ ਦੀ ਵੈਨ ਨਹੀਂ ਆਉਂਦੀ ਹੁੰਦੀ ਸੀ ਇੱਥੇ ਡੀਏਵੀ ਪਬਲਿਕ ਦੀ ਕਿਉਂਕਿ ਮੈਂ ਕੱਲਾ ਸੀ ਇੱਥੋਂ ਬੁੜਲਾਡਾ ਇੱਥੋਂ 25-30 ਕਿਲੋਮੀਟਰ ਪਿਆ ਜਾਂਦਾ ਆਪਣਾ ਤੇ ਮੈਂ ਰਿਉਂਦ ਤੋਂ 5 ਕਿਲੋਮੀਟਰ ਆਪਾਂ ਨੂੰ ਮੈਂ ਰੋਜ਼ ਸਵੇਰ ਸਾਈਕਲ ਚਲਾ ਕੇ ਰਿਉਂਦ ਜਾ ਕੇ ਮੈਂ ਵੈਣ ਤੇ ਚੜਦਾ ਹੁੰਦਾ ਸੀ ਤੇ ਹਾਂ ਤੇ ਇੱਥੋਂ ਮੈਨੂੰ ਡੇਢ ਪੌਣੇ 2 ਘੰਟੇ ਲੱਗ ਜਾਂਦੇ ਹੁੰਦੇ ਸੀ ਉੱਥੇ ਪਹੁੰਚਦੇ ਪਹੁੰਚਦੇ ਤੇ ਉਸ ਤੋਂ ਬਾਅਦ ਮੈਂ 11th ਤਾਈਂ ਮੈਂ ਕੀਤੀ ਨਾਨ ਮੈਡੀਕਲ ਲੈ ਲਈ ਸੀ ਮੈਂ 11th ਤੇ ਪੜ੍ਹਾਈ ਚ ਥੋੜਾ ਜਿਹਾ ਠੀਕ ਸੀ ਤਾਂ ਕਰਕੇ ਨਾਨ ਮੈਡੀਕਲ ਲੈ ਲਈ ਸੀ ਬਟ ਮੇਰਾ ਇੰਟਰਸਟ ਨਹੀਂ ਸੀ ਸਾਇੰਸ ਦੇ ਵਿੱਚ ਉਹ ਸਿਰਫ ਯਾਰਾਂ ਦੋਸਤਾਂ ਨੇ ਲੈ ਲਈ ਤਾਂ ਆਪਾਂ ਵੀ ਲੈ ਲਈ ਇੱਥੋਂ ਪਤਾ ਲੱਗਦਾ ਕਿ ਕੋਈ ਦੱਸਣ ਵਾਲਾ ਨਹੀਂ ਸੀ ਤੇ ਜੋ ਕਿਸੇ ਨੇ ਕਿਹਾ ਆਪਾਂ ਕਰ ਲਿਆ ਮਤਲਬ ਉਸ ਸਮੇਂ ਦੇ ਵਿੱਚ ਉਹਦਾ ਆਪਣ ਉਸ ਤੋਂ ਬਾਅਦ ਜਦੋਂ 12ਵੀਂ ਦੇ ਵਿੱਚ ਮੈਨੂੰ ਪਤਾ ਸੀ ਕਿ ਨਾਨ ਮੈਡੀਕਲ ਦਾ ਨੰਬਰ ਚਾਹੀਦੇ ਨੇ ਤਾਂ ਮੈਂ ਕਿਉਂਕਿ ਮੇਰਾ ਸਫਰ ਦੇ ਵਿੱਚ ਬਹੁਤ ਮੇਰੀ એનર્ਜੀ ਵੇਸਟ ਹੋ ਜਾਂਦੀ ਸੀ ਕੋਈ ਕੋਚਿੰਗ ਨਹੀਂ ਸੀ ਤਾਂ ਮੈਂ 12ਵੀਂ ਦੇ ਵਿੱਚ ਬਲੱਡਾ ਉੱਥੇ ਕਮਰਾ ਕਿਰਾਏ ਤੇ ਰਹਿ ਕੇ ਰਿਹਾ ਮੇਰੇ ਦਾਦੀ ਜੀ ਮੇਰੇ ਨਾਲ ਰਹੇ ਉੱਥੇ ਅੱਛਾ ਕਮਰੇ ਦੇ ਵਿੱਚ ਤੇ ਉੱਥੇ ਮੈਨੂੰ ਉਹ ਖਾਣਾ ਤਿਆਰ ਕਰਦੇ ਸੀ ਮੇਰੇ ਕੱਪੜੇ ਲੀੜੇ ਤਿਆਰ ਕਰਦੇ ਸੀ ਸਾਰਾ ਕੁਝ ਤੇ ਉੱਥੇ ਮੈਂ ਕੋ ਟਿਊਸ਼ਨ ਲਈ ਤਾਂ ਮੇਰੀ ਵਧੀਆ 85% ਦੇ ਨਾਲ ਅਰਾਊਂਡ ਦੇ ਨਾਲ ਮੇਰੀ +2 ਹੋ ਗਈ ਪਰ ਮੈਂ ਉਹਦੇ ਹਿਸਾਬ ਨਾਲ ਲੱ ਲਿਆ ਸੀ ਕਿ ਆਪਾਂ ਸਾਇੰਸ ਲਈ ਨਹੀਂ ਬਣੇ ਕਿ ਮੇਰਾ ਇੰਟਰਸਟ ਕੁਝ ਹੋ ਰਿਹਾ ਮੈਂ ਉਹਦੋਂ ਥੋੜਾ ਬਹੁਤ ਪਤਾ ਲੱਗਿਆ ਕਿ ਕਾਨੂੰਨ ਦੀ ਵੀ ਇੱਕ ਡਿਗਰੀ ਹੁੰਦੀ ਹੈ ਲਾਅ ਦੀ ਇੱਕ ਡਿਗਰੀ ਹੁੰਦੀ ਹੈ ਬੀਏ ਐਲएलबी ਨਾਮ ਦਾ ਇੱਕ ਕੋਰਸ ਹੈ ਤੇ ਮੈਂ ਉਹਦੇ ਬਾਰੇ ਜਦੋਂ ਪੜਿਆ ਆਨਲਾਈਨ ਥੋੜਾ ਬਹੁਤ ਦੇਖਿਆ ਤਾਂ ਮੈਂ ਮਨ ਨੂੰ ਸੋਚਿਆ ਕਿ ਮੈਂ ਇਹ ਕਰਨਾ ਚਾਹਣਾ ਤੇ ਘਰਦਿਆਂ ਦੀ ਮੈਨੂੰ ਫੁੱਲ ਸਪੋਰਟ ਰਹੀ ਹੈ ਹਮੇਸ਼ਾ ਹੀ ਉਹ ਕਹਿੰਦੇ ਪੁੱਤ ਜੋ ਮਰਜ਼ੀ ਕਰ ਉਹਨਾਂ ਨੇ ਹਮੇਸ਼ਾ ਕਿਹਾ ਕਿ ਅਸੀਂ ਤਾਂ ਖਰ ਪੈਸਾ ਲਾ ਸਕਦੇ ਹਾਂ ਮਿਹਨਤ ਅੱਗੇ ਤੇਰੀ ਹੈ ਤੇ ਉਹ ਮੈਂ ਕਰਦਾ ਰਿਹਾ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਲ ਐਡਮਿਸ਼ਨ ਹੋ ਗਈ ਸੀ ਗਵਰਨਮੈਂਟ ਮਿੰਦਰਾ ਕਾਲਜ ਪਟਿਆਲਾ ਦੇ ਵਿੱਚ 2014 ਦੇ ਵਿੱਚ ਮੇਰੀ ਪਲੱਸ 2 ਹੋਈ ਮੈਂ ਸਾਲ ਫਿਰ ਉੱਥੇ ਲਿਆ ਬਟ ਉੱਥੇ ਮੈਂ ਮੈਂ ਚਾਹੁੰਦਾ ਸੀ ਕਿ ਮੈਂ ਪੰਜਾਬ ਯੂਨੀਵਰਸਿਟੀ ਤੋਂ ਲਾਅ ਕਰਾਂ ਫਿਰ ਮੈਂ ਉੱਥੋਂ ਸਾਲ ਡ੍ਰੌਪ ਕਰਕੇ ਫਿਰ ਮੈਂ 2015 ਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਐਂਟਰੈਂਸ ਦਿੱਤਾ ਤੇ ਮੈਂ ਉੱਥੇ ਐਡਮਿਸ਼ਨ ਹੋ ਗਈ ਮੇਰੀ ਤੇ ਕਰਦਿਆਂ ਨੇ ਮੈਨੂੰ ਉੱਥੇ ਵੀ ਬੈਕ ਕੀਤਾ ਕਿ ਕੋਈ ਗੱਲ ਨਹੀਂ ਸਾਲ ਡ੍ਰੌਪ ਹੋ ਰਿਹਾ ਤੇਰੀ ਇੱਛਾ ਹੈ ਜੋ ਜੋ ਤਰ੍ਹਾਂ ਮਨ ਹੈ ਤੂੰ ਉਹ ਕਰ ਅਸੀਂ ਤੇਰੇ ਨਾਲ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਸਪੋਰਟ ਕੀਤਾ ਜੀ ਤੇ 2000 ਜਦੋਂ ਮੈਂ ਉੱਥੇ ਜਾ ਕੇ ਸਿਰਫ ਇੰਨਾ ਸੀ ਜਦੋਂ ਮੈਂ ਉੱਥੇ ਗਿਆ ਸੀ ਕਿ ਹਾਂ ਕੋਈ ਚਲੋ ਵਕੀਲ ਬਣ ਜਾਾਂਗੇ ਜਾਂ ਕੋਈ ਹੋਰ ਨਿੱਕਾ ਮੁੱਟਾ ਪੇਪਰ ਦੇ ਲਾਂਗੇ ਕੋਈ ਇੱਕ ਹੋਰ ਇੰਨੀਆਂ ਆਪਣੇ ਸਰਕਾਰੀ ਗਵਰਨਮੈਂਟ ਜੌਬਸ ਨਿਕਲਦੀਆਂ ਨੇ ਛੋਟਾ ਮੋਟਾ ਕੋਈ ਨਾ ਕੋਈ ਕਰ ਲਾਂਗੇ ਕੁਝ ਨਾ ਕਿ ਪੜ੍ਹਾਈ 'ਚ ਮੈਂ ਠੀਕ ਹੈਗਾ ਤਾਂ ਇੰਨਾ ਕੁਝ ਜ਼ਿਆਦਾ ਵੱਡਾ ਟੀਚਾ ਹਾਂ ਇੱਕ ਕਦੇ-ਕਦੇ ਮਨ ਚ ਆਉਂਦਾ ਸੀ ਯੂਪੀਐਸਸੀ ਕਰ ਲਾਂਗੇ ਸੁਣਦੇ ਹੁੰਦੇ ਸੀ ਕਿ ਹਾਂ ਇੱਕ ਆਈਪੀਐਸ ਆਈਐਸ ਨਾਮ ਦਾ ਇੱਕ ਪੇਪਰ ਹੁੰਦਾ ਉਹ ਵੀ ਦੇ ਸਕਦੇ ਆ ਆਪਾਂ ਆਪਦੇ ਆਪ ਨੂੰ ਕਹਿੰਦੇ ਹੁੰਦੇ ਸੀ ਕਿ ਮ ਪਟਾ ਉੱਥੇ ਜਾ ਕੇ ਜਦੋਂ ਵਿਚਰੇ ਜੀ ਦੁਨੀਆਦਾਰੀ ਦਾ ਪਤਾ ਲੱਗਿਆ ਉੱਥੇ ਮੈਂ ਕਹਿਣਾ ਹੁੰਦਾ ਕਿ ਯੂਨੀਵਰਸਿਟੀ 'ਚ ਬੰਦਾ ਇੱਕ 12ਵੀਂ ਕਰਕੇ ਮੁੰਡਾ ਜਾ ਜਾਂਦਾ ਤੇ ਬੰਦਾ ਬਣਾ ਦਿੰਦੀ ਹੈ ਯੂਨੀਵਰਸਿਟੀ ਆਪਾ ਤੁਸੀਂ ਵੀ ਰਹਿੰਦੇ ਹੋ ਉੱਥੇ ਵਿਚ ਦੇਖਦੇ ਹੋ ਕਿ ਉੱਥੇ ਮਾਹੌਲ ਐਵੇਂ ਦਾ ਮਿਲਦਾ ਐਨਵਾਇਰਨਮੈਂਟ ਐਵੇਂ ਦਾ ਮਿਲਦਾ ਕਿ ਤੁਸੀਂ ਇੰਨਾ ਕੁ ਚੰਗੀਆਂ ਚੀਜ਼ਾਂ ਗ੍ਰਾਸਪ ਕਰ ਸਕਦੇ ਹੋ ਉਹ ਆਪਣੇ ਤੇ ਆ ਥੋੜਾ ਜਿਹਾ ਬੰਦਾ ਆਪਦਾ ਪਸ਼ੋਕੜ ਯਾਦ ਰੱਖੇ ਕਿਥੋਂ ਕਿਉਂ ਮੈਂ ਆਇਆ ਤੇ ਮੇਰਾ ਗੋਲ ਕੀ ਆ ਬਿਲਕੁਲ ਆਪਦੇ ਪਸ਼ੋਕੜ ਨੂੰ ਨਾ ਭੁੱਲੇ ਬੰਦਾ ਤੇ ਹਵਾ ਚ ਨਾ ਉੱਥੇ ਉੱਡੇ ਕਿ ਹਾਂ ਅਸੀਂ ਲੋਕਾਂ ਦੀ ਬਰਾਬਰੀ ਕਰਨੀ ਆ ਜਾਂ ਕਈ ਵਾਰੀ ਗਲਤ ਸੰਗਤ 'ਚ ਬੰਦਾ ਪੈ ਜਾਂਦਾ ਉਸ ਤੋਂ ਥੋੜਾ ਜਿਹਾ ਆਪਣੇ ਆਪ ਨੂੰ ਬਚਾ ਕੇ ਰੱਖਣਾ ਪੈਂਦਾ ਹੋਸਟਲ ਲਾਈਫ ਐਵੇਂ ਦੀ ਹੁੰਦੀ ਆ ਬਹੁਤ ਚੰਗੇ ਐਲੀਮੈਂਟਸ ਵੀ ਉੱਥੇ ਮਿਲਦੇ ਨੇ ਮੈਂ ਖੁਸ਼ਕਿਸਮਤ ਰਿਹਾ ਮੈਨੂੰ ਚੰਗੇ ਦੋਸਤ ਮਿਲੇ ਨੇ ਉਹਨਾਂ ਨੇ ਹਮੇਸ਼ਾ ਪੈਰ ਪੈਰ ਤੇ ਮੇਰੀ ਸਪੋਰਟ ਕੀਤੀ ਆ ਕ ਮੈਨੂੰ ਕਦੇ ਦੁਖੀ ਨਹੀਂ ਹੋਣ ਦਿੱਤਾ ਸੈਡ ਨਹੀਂ ਹੋਇਆ ਤਾਂ ਇੰਨਾ ਚੰਗਾ ਸਮਾਂ ਮੇਰਾ ਉਹਨਾਂ ਨਾਲ ਬੀਤਦਾ ਕਿ ਮੈਂ ਕਦੇ-ਕਦੇ ਪੜਦਾ ਹੁੰਦਾ ਸੀ ਤੇ ਉਹਨਾਂ ਨੂੰ ਫੋਨ ਲਾ ਲੈਂਦਾ ਸੀ ਜਾਂ ਉਹ ਆ ਜਾਂਦੇ ਸੀ ਮੇਰੇ ਕੋਲੇ ਮਿਲਣ 10-15 ਮਿੰਟ ਉਹਨਾਂ ਨਾਲ ਮੈਂ ਬਤਾ ਲੈਂਦਾ ਸੀ ਮੇਰੀ ਸਾਰੀ ਸਟ्रेस ਦੂਰ ਹੋ ਜਾਂਦੀ ਸੀ ਅਹਿਮ ਦੇ ਚੰਗੇ ਮੇਰੇ ਦੋਸਤ ਰਹੇ ਨੇ ਤੇ ਉਸ ਤੋਂ ਬਾਅਦ ਉਹ ਵੀ ਮੈਨੂੰ ਮੋਟੀਵੇਟ ਕਾਫੀ ਕਰਦੇ ਰਹੇ ਤੇ ਉੱਥੇ ਜਦੋਂ ਮੈਂ 17 18 19 ਦੇ ਵਿੱਚ ਜਦੋਂ ਮੈਂ ਪੜਿਆ ਵਿਚਰਿਆ ਮੇਰੀ ਖੁਦ ਦੀ ਇੱਕ ਮੇਰਾ ਪਰਸਨੈਲਿਟੀ ਜਦੋਂ ਡਵੈਲਪ ਹੋਈ ਤਾਂ ਖੁਦ ਦੀ ਇੱਕ ਸੋਚ ਜਾਗੀ ਕਿ ਆਪਾਂ ਵੀ ਜ਼ਿੰਦਗੀ 'ਚ ਕੁਝ ਕਰ ਸਕਦੇ ਹਾਂ ਤੇ ਕਿ ਆਪਾਂ ਇਹ ਇਹ ਪੇਪਰ ਵੀ ਦੇ ਸਕਦੇ ਹਾਂ ਕਿ ਇਹ ਵੀ ਆਪਣੇ ਸਾਹਮਣੇ ਫਿਰ ਉਸ ਤੋਂ ਬਾਅਦ ਇਹ ਨਾਲ ਰਤਬਾ ਕਿੰਨਾ ਜੁੜਿਆ ਹੋਇਆ ਹੈ ਆਪਾਂ ਨੂੰ ਜ਼ਿੰਮੇਵਾਰੀ ਕੀ ਮਿਲਦੀ ਹੈ ਉਹਦੇ ਬਾਰੇ ਪਤਾ ਚੱਲਿਆ ਜਿਵੇਂ ਜਿਵੇਂ ਪੜਦਾ ਰਿਹਾ ਜਿਵੇਂ ਜਿਵੇਂ ਲੋਕਾਂ ਚ ਲੋਕਾਂ ਤੋਂ ਸਮਝਦਾ ਰਿਹਾ ਸੁਣਦਾ ਰਿਹਾ ਤਾਂ 18 ਦੇ ਵਿੱਚ ਮੈਂ 17 18 ਦੇ ਵਿੱਚ ਮੇਰਾ ਮਾਈਂਡ ਕਲੀਅਰ ਹੋ ਗਿਆ ਸੀ ਕਿ ਮੈਂ ਇੱਕ ਜੱਜ ਬਣਨਾ ਹੈ ਉਦੋਂ ਤੱਕ ਮੈਨੂੰ ਪਤਾ ਲੱਗਿਆ ਸੀ ਕਿ ਚੀਜ਼ਾਂ ਹੁੰਦੀਆਂ ਕਿਵੇਂ ਨੇ ਪੇਪਰ ਕਿਵੇਂ ਦੇਣਾ ਤੇ ਮੈਂ 2019 ਦੇ ਵਿੱਚ ਫਿਰ ਮੈਨੂੰ ਪਤਾ ਸੀ ਕਿ ਜੇ ਪੇਪਰ ਦਾ ਲੈਵਲ ਬਹੁਤ ਔਖਾ ਹੈ ਤਾਂ ਉਹਦੀ ਤਿਆਰੀ ਵੀ ਥੋੜੀ ਜੀ ਉਸ ਲੈਵਲ ਦੀ ਹੋਊਗੀ ਮੈਂਟਲੀ ਖੁਦ ਨੂੰ ਪ੍ਰਿਪੇਅਰ ਕਰਨਾ ਬਹੁਤ ਇੰਪੋਰਟੈਂਟ ਹੈ ਇਹ ਕਈ ਵਾਰ ਨਹੀਂ ਮੈਂ ਦੇਖਦਾ ਇਹ ਚੀਜ਼ਾਂ ਨੂੰ ਕਿ ਆਪਾਂ ਕੋਈ ਸੁਪਨਾ ਦੇਖਦੇ ਆਂ ਆਪਾਂ ਉਸ ਤੋਂ ਬਾਅਦ ਉਹਦੇ ਲਈ ਮਿਹਨਤ ਕਰਦੇ ਆਂ ਬਾਅਦ ਚ ਆਪਾਂ ਨੂੰ ਪਤਾ ਲੱਗਦਾ ਕਿ ਹਾਂ ਇਹਦੀਆਂ ਤਾਂ ਆ ਰਿਕੁਆਇਰਮੈਂਟਸ ਨੇ ਇਸ ਚੀਜ਼ ਦੀਆਂ ਆਪਾਂ ਨੂੰ ਪਹਿਲਾਂ ਉਸ ਰਿਕੁਆਇਰਮੈਂਟ ਦਾ ਨੀ ਬਾਰੇ ਨਹੀਂ ਸੋਚਦੇ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਮੇਰੀ ਮੈਂਟਲ ਪ੍ਰੈਪਰੇਸ਼ਨ ਜ਼ਰੂਰੀ ਹੈ ਮੈਂਟਲ ਸਟਰੈਂਥ ਬਹੁਤ ਜ਼ਰੂਰੀ ਹੈ ਮੈਂਟਲੀ ਮੈਨੂੰ ਸਟਰੋਂਗ ਹੋਣਾ ਪਊਗਾ ਤੇ ਉਹ ਮੈਂ ਆਪਣੇ ਆਪ ਨੂੰ ਤਿਆਰ ਕੀਤਾ ਕਿ ਹਾਂ ਮੈਂ ਇੱਕ ਲੰਬੀ ਜਰਨੀ ਦੇ ਵਿੱਚ ਜਾਣਾ ਤਾਂ ਕਿਤੇ ਵੀ ਅਬਸੈਂਟ ਡਾਊਨ ਸੌਣਗੇ ਮੈਂ ਆਪਦੇ ਆਪ ਨੂੰ ਡਾਊਨ ਨਹੀਂ ਹੋਣ ਫੀਲ ਹੋਣ ਦੇਣਾ ਤੇ 2019 ਦੇ ਵਿੱਚ ਫਿਰ ਮੈਨੂੰ ਪਤਾ ਸੀ ਕਿ ਆਪਾਂ ਤਿਆਰੀ ਕਰਨੀ ਹੈ ਜੀ ਤੇ 2019 ਦੇ ਵਿੱਚ ਮੈਂ ਕੋਚਿੰਗ ਲੈਣੀ ਸ਼ੁਰੂ ਕਰਤੀ ਸੀ ਤੇ 2021 ਤੱਕ ਮੈਂ ਕੋਚਿੰਗ ਲਈ ਤੇ ਉੱਥੇ ਹੀ ਮੇਰੀ ਹਰਿਆਣਾ ਦੇ ਵਿੱਚ ਮੈਂ ਜਦੋਂ ਦਿੱਤਾ ਸੀ ਪੇਪਰ ਉਸ ਤੋਂ ਬਾਅਦ ਮੇਰੀ ਹਰਿਆਣਾ ਚ ਪਰਫਾਰਮੈਂਸ ਦੇਖਣ ਤੋਂ ਬਾਅਦ ਮੇਰੇ ਸਰ ਨੇ ਉਹਨਾਂ ਨੇ ਮੈਨੂੰ ਉੱਥੇ ਐਜ਼ ਅ ਟੀਚਰ ਉਹਨਾਂ ਨੇ ਮੈਨੂੰ ਅਪਾਇੰਟ ਕਰ ਲਿਆ ਸੀ ਤੇ ਮੈਂ ਇਸ ਵਾਰ ਜਿਹੜੇ ਪੰਜਾਬ ਚ ਕੁਝ ਬੱਚੇ ਸਿਲੈਕਟ ਹੋਏ ਨੇ ਉਹਨਾਂ ਨੂੰ ਪੜਾਇਆ ਵੀ ਹੈ ਬੜੀ ਖੁਸ਼ੀ ਹੋ ਰਹੀ ਹੈ ਮੈਨੂੰ ਦੱਸਦੇ ਹੋਏ ਕਿ ਕੁਝ ਮੇਰੇ ਸਟੂਡੈਂਟ ਮੇਰੇ ਨਾਲ ਹੁਣ ਅਸੀਂ ਕਲੀਗਸ ਬਣਾਂਗੇ ਤੇ ਉਹ ਮੈਨੂੰ ਸੁਣ ਰਹੇ ਹੋਣਗੇ ਉਹ ਵੀ ਮੈਂ ਬਹੁਤ ਉਹਨਾਂ ਲਈ ਖੁਸ਼ ਹਾਂ ਮੈਨੂੰ ਬਹੁਤ ਖੁਸ਼ੀ ਉਹਨਾਂ ਲਈ ਕਿ ਉਹਨਾਂ ਦੀ ਮਿਹਨਤ ਵੀ ਰੰਗ ਲਿਆਈ ਹੈ ਤੇ ਉਸ ਤੋਂ ਬਾਅਦ ਮੈਂ ਨਾਲ ਬੱਚਿਆਂ ਨੂੰ ਪੜਾਇਆ ਵੀ ਹੈ ਜੀ ਕਿ ਮੈਂ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋ ਗਿਆ ਸੀ ਮੈਨੂੰ ਇਹ ਨਹੀਂ ਸੀ ਕਿ ਮੈਂ ਆਪਣੇ ਘਰੋਂ ਕੁਝ ਪੈਸੇ ਮੰਗਣਿਆ ਜਾਂ ਕੁਝ ਵੀ ਉਸ ਤਰੀਕੇ ਦਾ ਮੇਰੇ ਤੋਂ ਬੰਦੇ ਨੂੰ ਥੋੜਾ ਜਿਹਾ ਹੌਸਲਾ ਹੋ ਜਾਂਦਾ ਬੋਝ ਨਹੀਂ ਸੀ ਤਾਂ ਉਹ ਕਲੈਰਿਟੀ ਮੈਂ ਖੁਦ ਲੈ ਕੇ ਆਇਆ ਜੀ ਜਿਉਂ ਤੁਹਾਡਾ ਕੁਐਸਚਨ ਸੀ ਕਿ ਕਿਸੇ ਨੇ ਗਾਈਡ ਕੀਤਾ ਜਾਂ ਨਹੀਂ ਤਾਂ ਇੱਥੇ ਤੋਂ ਸਹੂਲਤਾਂ ਤੁਸੀਂ ਖੁਦ ਆਏ ਹੋ ਇੱਥੇ ਚੱਲ ਕੇ ਸਾਡੇ ਨਹੀਂ ਹੈਗੀਆਂ ਉਸ ਲੈਵਲ ਦੀਆਂ ਸਹੂਲਤਾਂ ਨਾ ਕੋਈ ਸਾਡੇ ਦੂਰ ਦਰੇਡੇ ਕੋਈ ਆਫੀਸਰ ਹੈ ਬੰਦਾ ਕਿਤੇ ਵਕੀਲ ਇੱਕ ਦੋਸੀ ਸਾਡੇ ਪਿੰਡ ਦੇ ਵਿੱਚੋਂ ਤੇ ਉਹ ਬਾਹਰ ਹੀ ਰਹਿੰਦੇ ਸੀ ਤੇ ਜੋ ਪਿੰਡ ਚ ਰਹਿਣ ਵਾਲਾ ਵਕੀਲ ਮੈਂ ਪਹਿਲਾ ਸੀ ਤੇ ਉਹਵੇਂ ਮੈਂ ਬਣਿਆ ਤੇ ਉਸ ਤੋਂ ਬਾਅਦ ਆਪਣੇ ਫਿਰ ਮੈਂ ਸੋਚਿਆ ਕਿ ਮੈਂ ਇਹ ਚੀਜ਼ ਕਰਨੀ ਆ ਤਾਂ ਖੁਦ ਮੈਂ ਫੈਸਲੇ ਲਏ ਜੀ ਤੇ ਖੁਦ ਆਪਣੀ ਮਿਹਨਤ ਦੇ ਨਾਲ ਉਸ ਨੂੰ ਸਪੋਰਟ ਕੀਤਾ ਹਾਂ ਮਹਾਰਾਜ ਦੀ ਕਿਰਪਾ ਰਹੀ ਮੈਨੂੰ ਪਰਿਵਾਰ ਨੇ ਬਹੁਤ ਤੇ ਮੇਰੇ ਅਧਿਆਪਕ ਤੇ ਮੇਰੇ ਸੱਜਣਾ ਮਿੱਤਰਾਂ ਨੇ ਬਹੁਤ ਸਪੋਰਟ ਕੀਤਾ ਅੱਛਾ ਪਰਿਵਾਰ ਦੀ ਗੱਲ ਤੇ ਵੀ ਫਿਰ ਮੈਂ ਉਹਨਾਂ ਨਾਲ ਗੱਲਬਾਤ ਵੀ ਤੁਹਾਡੇ ਮਾਤਾ ਪਿਤਾ ਹੋਣਾਂ ਨਾਲ ਵੀ ਕਰਾਂਗੇ ਜਿਨ੍ਹਾਂ ਨੇ ਤੁਹਾਨੂੰ ਬਹੁਤ ਸਪੋਰਟ ਕੀਤਾ ਮਾਪਿਆਂ ਦੀ ਸਪੋਰਟ ਬਹੁਤ ਜ਼ਰੂਰੀ ਹੁੰਦੀ ਕਿੰਨੇ ਘੰ बच्चे स्टूडेंट्स खास तौर ते जज बनना ਚਾਹੁੰਦੇ ਆ ਜਾਂ ਤਿਆਰੀ ਕਰਨਾ ਚਾਹੁੰਦੇ ਉਹਨਾਂ ਨੂੰ ਕੀ ਗਾਈਡ ਕਰੋਗੇ ਕਿੰਨੇ ਘੰਟੇ ਤੁਸੀਂ ਕਿੰਨੇ ਘੰਟੇ ਪੜ੍ਹੇ ਹੋ ਜੇ ਗਿਣਤੀ ਲਾ ਲਈਏ ਜੀ 4 ਸਾਲਾਂ ਦਾ حساب ਲਾ ਲਓ 4 ਸਾਲ 10 ਜੂਨ 2019 ਨੂੰ ਮੇਰੀ ਪਹਿਲੀ ਕਲਾਸ ਸੀ ਜਿਸ ਦਿਨ ਮੈਂ ਇਹ ਜਰਨੀ ਨੂੰ ਸ਼ੁਰੂ ਕੀਤਾ ਸੀ 4 ਸਾਲ 4 ਮਹੀਨੇ ਤੇ 1 ਦਿਨ 11 ਅਕਤੂਬਰ ਨੂੰ ਆਪਣਾ ਰਿਜ਼ਲਟ ਆਇਆ ਦਿਨ ਚ ਕਿੰਨੇ ਕਿੰਨੇ ਘੰਟੇ ਪੜ੍ਹਦੇ ਰਹੇ ਮੈਂ ਜਦੋਂ ਸ਼ੁਰੂਆਤ ਕੀਤੀ ਸੀ ਮੇਰਾ ਇੱਕ ਅਲੱਗ ਪੈਟਰਨ ਰਿਹਾ ਮੈਂ ਆਪਦੇ ਆਪ ਨੂੰ ਅਡਾਪਟ ਕੀਤਾ ਜਿਵੇਂ ਦੇ ਹਾਲਾਤ ਸੀ ਮੈਂ ਉਵੇਂ ਅਡਾਪਟ ਕਰ ਲਿਆ ਮੈਂ ਉੱਥੇ ਹੁੰਦਾ ਸੀ ਮੇਰੀਆਂ ਸਵੇਰ ਸੁਬਾ ਮੇਰਾ ਡਿਪਾਰਟਮੈਂਟ ਹੁੰਦਾ ਸੀ ਜਾਂ ਸਾਨੂੰ ਕੋਰਟ ਦੇ ਵਿੱਚ ਸਾਡੀ ਇੰਟਰਨਸ਼ਿਪ ਲੱਗਦੀ ਸੀ ਮੈਂ 2 ਤੋਂ ਮੇਰੀਆਂ 6 ਕਲਾਸਾਂ ਹੁੰਦੀਆਂ ਸੀ ਦਿਨ ਇਹ ਨਹੀਂ ਪੜ੍ਹਦਾ ਹੁੰਦਾ ਸੀ ਮੈਂ ਸੁਬਾ ਮੇਰਾ એનર્ਜੀ ਲੈਵਲ ਮੈ ਤੁਹਾਨੂੰ ਦੱਸਾਂ ਇੰਨਾ ਨਹੀਂ ਹੁੰਦਾ ਸੀ ਪਰ ਹਾਂ ਉਸ ਨੂੰ ਵੀ ਮੈਂ ਅਡਾਪਟ ਕੀਤਾ ਜਦੋਂ ਪੇਪਰ ਨੇੜੇ ਆਏ ਮੈਂ ਸੁਬਾ ਵੀ ਜਲਦੀ ਉੱਠ ਉੱਠ ਕੇ ਪੜ੍ਹਨ ਲੱਗਿਆ ਉਦੋਂ ਮੈਂ 2 ਤੋਂ 6 ਕਲਾਸਾਂ ਲਾਉਣ ਤੋਂ ਬਾਅਦ 6 ਵਜ ਉੱਥੇ ਮੇਰਾ ਉੱਥੇ ਸਟੂਡੈਂਟ ਸੈਂਟਰ ਤੁਹਾਨੂੰ ਪਤਾ ਹੀ ਹੈ ਉੱਥੇ ਉੱਥੇ ਮੈਂ ਡਿਨਰ ਕਰਨ ਤੋਂ ਬਾਅਦ 12 1 ਵਜੇ ਤੱਕ ਉੱਥੇ ਮੇਰੀ ਸੈਟਿੰਗ ਹੁੰਦੀ ਸੀ ਤਾਂ 3-4 ਘੰਟੇ ਦੀ ਮੇਰੀ ਉਦੋਂ 셀ਫ ਸਟੱਡੀ ਹੁੰਦੀ ਸੀ ਕਿਉਂਕਿ ਕਲਾਸ ਕਈ ਵਾਰੀ ਆਪਾਂ ਕਹਿੰਨੇ ਆਪਾਂ ਕਲਾਸ ਨੂੰ ਹੀ ਪੜ੍ਹਾਈ ਮੰਨ ਲੈਨੇ ਆ ਮੈਂ ਹਮੇਸ਼ਾ ਕਹਿੰਦਾ ਉਹਨਾਂ ਕਲਾਸਸ ਦਾ ਸਾਰੀ ਲਾਉਂਦੇ ਆ ਆਪਾਂ ਐਕਸਟਰਾ ਕੀ ਕਰ ਰਹੇ ਆ ਤਾਂ ਐਕਸਟਰਾ ਮੈਂ ਨਾ ਤਾਂ ਆਪਣੀ ਉਹ ਮੈਟਰ ਕਰਦੀਆ ਤਾਂ ਮੈਂ 3 ਤੋਂ 4 ਘੰਟੇ ਉਸ ਦੇ ਉੱਪਰ ਲਾਉਂਦਾ ਹੁੰਦਾ ਸੀ ਆਪਣੀ 셀ਫ ਸਟੱਡੀ ਦੇ ਉੱਪਰ ਉਸ ਤੋਂ ਬਾਅਦ ਜਦੋਂ ਮੇਰੀ ਡਿਗਰੀ ਕੰਪਲੀਟ पागला ਵਾਂਗੂ ਸਵੇਰ ਬੈਠਾਂ ਤੇ ਸ਼ਾਮ ਨੂੰ ਹੀ ਉੱਠਣਾ ਨਹੀਂ ਮੇਰੇ ਕੋਲ ਸਲੋਟ ਹੁੰਦੇ ਸੀ ਕਿ ਮੈਂ 3 ਘੰਟਿਆਂ ਦਾ ਸਲੋਟ ਹੈ ਮੈਂ 3 ਘੰਟਿਆਂ ਦੇ ਵਿੱਚ ਮੇਰਾ ਇਹ ਟਾਰਗੇਟ ਹੈ ਮੈਂ ਇਹ ਪੂਰਾ ਕਰਨਾ ਉਸ ਤੋਂ ਬਾਅਦ ਜਦੋਂ ਫਿਰ 2 ਘੰਟੇ ਦੀ ਬ੍ਰੇਕ ਲੈਣ ਤੋਂ ਬਾਅਦ ਫਿਰ ਮੇਰਾ ਇੱਕ ਟਾਰਗੇਟ ਹੁੰਦਾ ਸੀ ਤੇ ਮੈਂ ਆਪ ਕੰਪਲੀਟ ਕਰਨਾ ਜਦੋਂ ਕੰਪਲੀਟ ਹੋ ਜਾਂਦਾ ਸੀ ਨਾ ਮਨ ਨੂੰ ਬੜੀ ਸੰਤੁਸ਼ਟੀ ਹੁੰਦੀ ਸੀ ਆਪ ਦੇ ਆਪ ਮੋਟੀਵੇਸ਼ਨ ਹੁੰਦੀ ਸੀ ਕਿ ਹਾਂ ਮੈਂ ਕੱਲ ਨੂੰ ਹੋਰ ਵਧੀਆ ਤਰੀਕੇ ਨਾਲ ਹੋਰ ਮਿਹਨਤ ਕਰਨੀ ਹੈ ਤਾਂ ਉਹ ਟਾਈਮ ਸਲੋਟ ਮੈਂ ਖੁਦ ਬਣਾਉਂਦਾ ਰਿਹਾ ਤੁਹਾਨੂੰ ਜਿਵੇਂ ਮੈਂ ਦੱਸਿਆ ਕਿ ਮੇਰੇ ਸ਼ੈਡਿਊਲ ਖੁਦ ਮੈਂ ਚੇਂਜ ਕਰ ਪੀਪਰ ਦੇ ਪੈਟਰਨ ਦੇ ਸਾਹਮਣੇ ਕਿਉਂਕਿ ਬਹੁਤ ਲੰਬੀ ਪ੍ਰੋਸੈਸ ਹੈ ਪ੍ਰੀ ਮੇਨਸ ਇੰਟਰਵਿਊ ਤੁਹਾਨੂੰ ਬਹੁਤ ਤੁਹਾਡੀ ਇਹਦੀ ਰਿਕੁਆਇਰਮੈਂਟ ਬਹੁਤ ਜ਼ਬਰਦਸਤ ਹੈ ਇਸ ਪੀਪਰ ਦੀ ਤੇ ਤੁਹਾਨੂੰ ਪਹਿਲਾਂ ਮੈਂਟਲੀ ਤੁਹਾਨੂੰ ਜੱਜ ਬੰਨਾ ਪੈਂਦਾ ਹੈ ਹਾਈ ਕੋਰਟ ਨੇ ਤਾਂ ਬਸ ਮੋਹਰ ਲਾਉਣੀ ਹੈ ਕਿ ਬੰਦਾ ਜੀ ਜੱਜ ਬਣਨ ਦੇ ਕਾਬਿਲ ਹੈ ਤੇ ਉਸ ਤੋਂ ਬਾਅਦ ਜਦੋਂ ਮੈਂ ਉੱਥੇ ਹਰਿਆਣਾ ਚਲ ਜਦੋਂ ਤੋਂ ਹਰਿਆਣਾ ਦਾ ਪੀਪਰ ਦਿੱਤਾ ਜੀ ਉਦੋਂ ਵੀ ਮੈਂ 9 ਵਜੇ ਤੋਂ ਜਾ ਕੇ ਰਾਤ ਦੇ 11-11 ਵਜੇ ਤੱਕ ਮੈਂ ਲਾਇਬ੍ਰੇਰੀ ਤੋਂ ਮੁੜਦਾ ਸੀ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਇੰਨਾ ਟਾਈਮ 12 ਘੰਟੇ ਪੜ੍ਹਦਾ ਸੀ ਨਹੀਂ ਉਹ ਝੂਠ ਹੋਏਗਾ ਮੈਂ 9 ਤੋਂ ਸਵੇਰ ਬ੍ਰੇਕਫਾਸਟ ਕਰਨ ਤੋਂ ਬਾਅਦ 9 ਤੋਂ ਲੈ ਕੇ ਮੈਂ 1 ਵਜੇ ਤੱਕ ਬਹਿੰਦਾ ਸੀ 4 ਘੰਟੇ ਦੀ ਮੇਰੀ ਉਹ ਸੈਟਿੰਗ ਹੁੰਦੀ ਸੀ ਕਈ ਵਾਰੀ ਉਦੋਂ ਹੀ ਖੁੰਦਾ ਸੀ ਕਿ ਅੱਧਾ ਅੱਧਾ ਘੰਟਾ ਬੁੱਕ ਖੋਲ ਕੇ ਬੈਠਾ ਮੇਰੇ ਤੋਂ ਪੜਿਆ ਨਹੀਂ ਜਾ ਰਿਹਾ ਤੇ ਜਾਂ ਘੰਟਾ ਵੀ ਹੋ ਜਾਂਦਾ ਸੀ ਤੇ ਫਿਰ ਮਨ ਨੂੰ ਹੁੰਦਾ ਸੀ ਨਹੀਂ ਯਾਰ ਬੈਠਾ ਕੁਝ ਕਰਨਾ ਹੈ ਜਾਂ ਮਨ ਨੂੰ ਇੱਕ ਉਹ ਜੋ ਇੱਛਾ ਸੀ ਇੱਕ ਜ਼ੀਲ ਸੀ ਆਪਣੇ ਅੰਦਰ ਕੁਝ ਕਰਨ ਦੀ ਕਿ ਹਾਂ ਮੈਂ ਕਰਨਾ ਹੀ ਕਰਨਾ ਇੱਕ ਹਿੰਦ ਸੀ ਉਹ ਮੈਨੂੰ ਖਿੱਚਦੀ ਸੀ ਕਿ ਨਹੀਂ ਯਾਰ ਆਪਾਂ ਕੁਝ ਕਰਨਾ ਉਸ ਤੋਂ ਬਾਅਦ ਫਿਰ 1 ਵਜੇ ਤੋਂ ਬਾਅਦ ਮੈਂ ਲੰਚ ਕਰਦਾ ਇੱਕ ਤੋਂ ਦੋ ਮੈਂ ਬ੍ਰੇਕ ਲੈਂਦਾ ਸੀ ਉੱਥੇ ਯਾਰ ਦੋਸਤਾਂ ਦੇ ਉਹਨਾਂ ਨਾਲ ਮਿਲਦਾ ਸੀ ਗੱਲਬਾਤ ਕਰਦਾ ਸੀ ਥੋੜਾ ਬਹੁਤ ਆਪਣੇ ਆਪ ਨੂੰ ਰਿਲੈਕਸ ਕਰਨ ਤੋਂ ਬਾਅਦ 2 ਤੋਂ ਲੈ ਕੇ 6 ਵਜੇ ਤੱਕ ਮੈਂ ਫਿਰ ਬੈਠਦਾ ਸੀ ਸ਼ਾਮ ਨੂੰ ਫਿਰ ਮੈਂ ਇੱਕ ਆਪਣੀ ਟੀ ਬ੍ਰੇਕ ਲੈਂਦਾ ਸੀ ਉਦੋਂ ਚਾਹ ਕੱਪ ਪੀਂਦਾ ਪੀਂਦਾ ਮੈਂ ਘਰਦਿਆਂ ਨਾਲ ਗੱਲ ਕਰਦਾ ਹੁੰਦਾ ਸੀ ਰੋਜ਼ ਸ਼ਾਮ ਨੂੰ ਮੇਰੀ ਮੇਰਾ ਰੂਟੀਨ ਹੈ ਮੈਨੂੰ ਘਰਦਿਆਂ ਤੋਂ ਬਹੁਤ ਮੋਟੀਵੇਸ਼ਨ ਮਿਲਦੀ ਹੈ ਰੋਜ਼ ਰਾਤ ਸ਼ਾਮ ਨੂੰ ਮੈਂ ਗੱਲ ਉਹਨਾਂ ਨਾਲ ਕਰਨੀ ਕਰਨੀ ਹੈ ਇੱਕ ਬਹੁਤ ਪੋਜ਼ਿਟਿਵਿਟੀ ਦਿੰਦੇ ਨੇ ਮੈਨੂੰ ਤੇ ਉਸ ਤੋਂ ਬਾਅਦ ਫਿਰ ਮੈਂ ਰਾਤ ਨੂੰ 6:30 ਤੋਂ 7 ਵਜੇ ਤੋਂ ਬਾਅਦ 9:00 9:30 ਤੱਕ ਜਿੰਨਾਂ ਵਜੇ ਤੱਕ ਮੈਂ ਬੈਠ ਸਕਦਾ ਸੀ ਕਿਉਂਕਿ ਉਦੋਂ ਹਿੰਮਤ ਨਹੀਂ ਹੋ ਪਾਉਂਦੀ ਸੀ ਕਈ ਵਾਰੀ ਬੈਠਣ ਦੀ ਫਿਰ ਵੀ ਆਪਦੇ ਆਪ ਨੂੰ ਆਪਣੀ ਲਿਮਿਟਸ ਨੂੰ ਪੁਸ਼ ਕਰਨ ਦੀ ਕੋਸ਼ਿਸ਼ ਕਰਦਾ ਸੀ ਕਿ ਨਹੀਂ ਕਰਨਾ ਹੈ ਕਰਨਾ ਹੈ ਇੱਕ ਇੱਕ ਸੁਪਨਾ ਹੈ ਉਸ ਨੂੰ ਪੂਰਾ ਕਰਨ ਦੇ ਲਈ ਉਹ ਜੀ ਜਾਣ ਲਾਇਆ ਜੀ ਤੇ ਰਾਤ ਨੂੰ ਕਈ ਵਾਰੀ 11 11 12 12 ਵੀ ਵੱਜ ਕੇ ਤੇ ਉਹ ਆ ਜਾਂਦਾ ਸੀ ਆਪਣੇ ਅੰਦਰ ਜਦੋਂ ਉਸ ਪ੍ਰੋਸੈਸ 'ਚ ਪੈ ਜਾਂਦੇ ਹਾਂ ਨਾ ਆਪਾਂ ਤਾਂ ਫਿਰ ਆ ਜਾਂਦਾ ਫਿਰ ਪੰਜਾਬ ਦੇ ਵਿੱਚ ਵੀ ਉਹੀ ਮੇਰਾ ਸ਼ੈਡਿਊਲ ਰਿਹਾ ਐਂਡ ਜਦੋਂ ਮੈਂ ਪੜਾਉਣ ਲੱਗਿਆ ਜੀ ਉਦੋਂ ਵੀ ਮੈਂ ਆਪਣੇ ਆਪ ਨੂੰ ਐਡਾਪਟ ਕੀਤਾ ਸਵੇਰ ਮੇਰੀਆਂ 8:30 ਕਲਾਸਾਂ ਹੁੰਦੀਆਂ ਸੀ ਤੁਸੀਂ ਖੁਦ ਪੱਤਰਕਾਰੀ ਕਰ ਰਹੇ ਤੁਹਾਨੂੰ ਪਤਾ ਬੋਲਣ 'ਚ એનર્ਜੀ ਬਹੁਤ ਲੱਗਦੀ ਹੈ ਮੇਰੀਆਂ 2 ਘੰਟੇ ਦੀਆਂ 2 ਕਲਾਸਾਂ ਹੁੰਦੀਆਂ ਸੀ 8:30 ਤੋਂ 11:30 ਤੱਕ ਆਪਣਾ ਮਤਲਬ ਇਹ ਮੇਰਾ 12 1 ਵਜੇ ਤੱਕ ਦਾ स्लॉट ਕਿ ਉਦੋਂ ਮੈਂ ਪੜਾਉਣਾ ਸਿਰਫ ਉਦੋਂ ਮੈਂ ਇਹ ਬੈਚ ਨੂੰ ਇਹ ਭਰਾ ਰਿਹਾ ਸੀ ਤੇ ਮੇਰੇ ਇੱਕ ਹਰਿਆਣਾ ਦਾ ਪੇਪਰ ਆਇਆ ਸੀ ਮੈਂ ਉਹਦੇ ਲਈ ਪੜਾ ਰਿਹਾ ਸੀ ਹਰਿਆਣਾ ਸਰਕਾਰੀ ਵੀ ਕਿਉਂ ਉਹਦੇ ਬਾਰੇ ਵੀ ਇੱਕ ਗੱਲ ਤੁਹਾਨੂੰ ਦੱਸੂਗਾ ਜਰੂਰ ਜੀ ਉਹਦੇ ਲਈ ਮੈਂ ਪੜਾ ਰਿਹਾ ਸੀ ਤਾਂ 1 2 ਵਜੇ ਤੱਕ ਉਹਦੀ ਮੇਰੀ એનર્ਜੀ ਪੂਰੀ ਡレイン ਹੋ ਜਾਂਦੀ ਸੀ ਕਿ ਹੁਣ ਉਸ ਤੋਂ ਬਾਅਦ ਫਿਰ ਮੈਂ ਬ੍ਰੇਕ ਲੈਂਦਾ ਲੰਚ ਕਰਦਾ ਤਾਂ ਫਿਰ ਆਪਣੇ ਆਪ ਨੂੰ ਐਡਾਪਟ ਕੀਤਾ ਉਸ ਹਿਸਾਬ ਨਾਲ ਆਪਦੇ ਆਪ ਨੂੰ ਰੀਗਰੂਪ ਕਰਨ ਤੋਂ ਬਾਅਦ ਫਿਰ ਮੈਂ 2 ਵਜੇ ਤੋਂ ਬਾਅਦ ਫਿਰ ਰਾਤ ਦੇ 10 11 ਵਜੇ ਤੱਕ ਬੈੰਦਾ ਸੀ ਆਪਣੇ ਪੇਪਰ ਦੇ ਹਿਸਾਬ ਨਾਲ ਹਾਂ ਬਟ ਉਹ ਤੋਂ ਥੋੜਾ ਈਜ਼ੀ ਹੋ ਗਿਆ ਸੀ ਕਿਉਂਕਿ ਮੈਂ ਚੀਜ਼ਾਂ ਸਾਰੀਆਂ ਪੜ ਲੀਆਂ ਸੀ ਬਸ ਮੈਂ ਰਿਵਾਈਜ਼ ਹੀ ਕਰਨਾ ਸੀ ਆਪਣੇ ਜੋ ਕਮੀਆਂ ਪੇਸ਼ੀਆਂ ਸੀ ਉਹਨਾਂ ਨੂੰ ਦੂਰ ਕਰਨਾ ਸੀ ਕਿਉਂਕਿ ਮੈਂ ਹਰਿਆਣਾ ਦਾ ਟੈਂਪਟ ਦੇ ਚੁੱਕਾ ਸੀ ਜਿਹੜੀ ਗੱਲ ਹਰਿਆਣਾ ਦੀ ਹੈ ਜੀ ਹਰਿਆਣਾ ਉਹਦਾ ਮੀਨਸ 1 ਅਕਤੂਬਰ ਨੂੰ ਸੀ 2 ਵਜੇ ਤੇ 1 ਅਕਤੂਬਰ ਨੂੰ 2 ਵਜੇ ਹੀ ਮੇਰਾ ਪਹਿਲਾ ਇੰਟਰਵਿਊ ਮੇਰਾ ਸੀ ਅੱਛਾ ਉਸੇ ਤੋਂ ਟਾਈਮਿੰਗ ਕਲੈਸ਼ ਕਰ ਗਈਆਂ ਦੋਨੋਂ ਪੇਪਰ ਦੀਆਂ ਤਾਂ ਮੈਂ ਉਹ ਏਡੀਏ ਦਾ ਪੇਪਰ ਮੈਂ ਛੱਡਦਾ ਸੀ ਕਿ ਮੈਂ ਨਹੀਂ ਦੇਣਾ ਮੈਂ ਮੇਰਾ ਚਲੋ ਕਿਉਂਕਿ ਮੇਰਾ ਡ੍ਰੀਮ ਇਹ ਹੈ ਮੇਰਾ ਸੁਪਨਾ ਇਹ ਹੈ ਤਾਂ ਮੈਂ ਨਾ ਕੋਈ ਅਰਜ਼ੀ ਦਿੱਤੀ ਉਹਨਾਂ ਨੂੰ ਪੇਪਰ ਅੱਗੇ ਪਿੱਛੇ ਕਰਨ ਦੇ ਲਈ ਤੇ ਮੈਂ ਥੋੜਾ ਜਿਹਾ ਕੌਨਫੀਡੈਂਟ ਵੀ ਸੀ ਜੇ ਸੱਚ ਬੋਲਾਂ ਤਾਂ ਦਿਲ ਦੀ ਗੱਲ ਦੱਸਾਂ ਤਾਂ ਕਿ ਮੇਰਾ ਇਧਰ ਪੰਜਾਬ ਚ ਰੱਬ ਨੇ ਲਿਖਿਆ ਤੇ ਕਿ ਕੀ ਹੋਊਗਾ ਮੈਨੂੰ ਥੋੜਾ ਜਿਹਾ ਵਿਸ਼ਵਾਸ ਸੀ ਤੇ ਜਦੋਂ ਮੇਰਾ ਇੰਟਰਵਿਊ ਹੋਇਆ ਤੇ ਮੈਂ ਮੰਮੀ ਨੂੰ ਫੋਨ ਕਰਕੇ ਦੱਸਿਆ 2 ਵਜੇ ਇੰਟਰਵਿਊ ਸ਼ੁਰੂ ਹੋਇਆ ਸਵਾ ਦੋ ਖਤਮ ਹੋ ਗਿਆ ਸੀ 2:15 ਤੇ ਮੈਂ ਮੰਮੀ ਜੀ ਨੂੰ ਫੋਨ ਕਰਕੇ ਕਹਿੰਦੇ ਕਿਉਂਕਿ ਮੈਂ ਆਪਣੇ ਇੰਟਰਵਿਊ ਤੋਂ ਤੋ ਸੰਤੁਸ਼ਟ ਸੀ ਮੇਰਾ ਚੰਗਾ ਹੋਇਆ ਪਿਛਲੀ ਵਾਰ ਤੋਂ ਤੇ ਮੈਂ ਮੰਮੀ ਨੂੰ ਕਿਹਾ ਮੈਂ ਕਿਹਾ ਜੀ ਕਹਿੰਦੇ ਕਿਵੇਂ ਹੋਇਆ ਪੁੱਤ ਮੈਂ ਕਿਹਾ ਐਦਕੀ ਲੱਗਦਾ ਹੈ ਕਿ ਬਾਬਾ ਜੀ ਲੰਡੂ ਵੰਡਾ ਦੇਣਗੇ ਆਪਾਂ ਨੇ ਤੇ ਮੈਂ ਕਿਹਾ ਵਧੀਆ ਹੋਇਆ ਇਸ ਵਾਰ ਤੇ ਉਹ ਇੱਕ ਵਿਸ਼ਵਾਸ ਨਾਲ ਲੈ ਕੇ ਚੱਲੇ ਜੀ ਕਿ ਜਿੰਨੀ ਦਰ ਆ ਯਕੀਨ ਕਰਦੇ ਕਿ ਆਪਾਂ ਕੁਝ ਕਰ ਸਕਦੇ ਆ ਕੋਈ ਹੋਰ ਕਿਵੇਂ ਯਕੀਨ ਕਰੂਗਾ ਆਪਣੇ ਤੇ ਕੋਈ ਹੋਰ ਕਿਵੇਂ ਆਪਣੇ ਚੋਂ ਕਾਬਲੀਅਤ ਦੇਖ ਲੂਗਾ ਜਿੰਨੀ ਤਰ ਆਪਾਂ ਖੁਦ ਨਹੀਂ ਆਪਣੀ ਕਾਬਲੀਅਤ ਨੂੰ ਸਮਝਦੇ ਜੇ ਤੁਹਾਨੂੰ ਠੋਕਰਾਂ ਵੀ ਲਗਦੀਆਂ ਮੈਂ ਇਹੀ ਮਤਲਬ ਸੰਦੇਸ਼ ਦੇਣਾ ਚਾਹੂਗਾ ਕਦੇ ਠੋਕਰਾਂ ਲਗਦੀਆਂ ਕਦੇ ਖੁਦ ਦੇ ਉੱਪਰ ਸੈਲਫ ਡਾਊਟ ਨਹੀਂ ਲੈ ਕੇ ਆਉਣੇ ਕਿ ਹਾਂ ਯਾਰ ਆਪਾਂ ਤਾਂ ਇਸ ਚੀਜ਼ ਲਈ ਬਣੇ ਨਹੀਂ ਆਪਣਾ ਤਾਂ ਹੋਣਾ ਨਹੀਂ ਆਪਣੇ ਚ ਕੋਈ ਕਮੀ ਹੈ ਠੀਕ ਹੈ ਕੋਈ ਕਮੀ ਹੋਊਗੀ ਪਰ ਉਹਨੂੰ ਮਿਹਨਤ ਕਰਕੇ ਦੂਰ ਕੀਤਾ ਜਾ ਸਕਦਾ ਹੈ ਤਾਂ ਕਦੇ ਵੀ ਆਪਣੇ ਉੱਪਰ ਆਪਣੀ ਕਾਬਲੀਅਤ ਤੇ ਸ਼ੱਕ ਨਾ ਕਰੋ ਬਹੁਤ ਕਾਬਲੀਅਤ ਹੁੰਦੀ ਹੈ ਹਰ ਇੱਕ ਬੰਦੇ ਜੇ ਤੁਹਾਡਾ ਕੋਈ ਸੁਪਨਾ ਹੈ ਤੁਸੀਂ ਉਹਨੂੰ ਸਹਕਾਰ ਕਰ ਸਕਦੇ ਜਦੋਂ ਤੁਹਾਨੂੰ ਕਿਸੇ ਦੋਸਤ ਮਿੱਤਰ ਦਾ ਫੋਨ ਆ ਗਿਆ ਕਿ ਤੁਸੀਂ ਕਲियर ਹੋ ਗਿਆ ਤੁਹਾਡਾ ਪੇਪਰ ਮੈਂ ਜੀ ਜਦੋਂ ਮੈਂ ਇੱਕ ਸ਼ਾਮੀਂਗ ক্রিকেট ਦਾ ਫੈਨ ਆ ਤਾਂ ਮੈਂ ਵਰਲਡ ਕੱਪ ਦਾ ਮੈਚ ਦੇਖ ਰਿਆ ਸੀ ਉਸ ਦਿਨ ਪਰਸੋਂ ਇੰਡੀਆ ਪਾਕਿਸਤਾਨ ਅਫਗਾਨਿਸਤਾਨ ਦਾ ਮੈਚ ਚੱਲ ਰਿਹਾ ਸੀ ਤਾਂ ਉਦੋਂ ਮੈਂ ਫਾਜ਼ਲ ਸਾਹਿਬ ਨਾਲ ਬੈਠਾ ਮੈਚ ਦੇਖ ਰਿਆ ਸੀ ਰੋਟੀ ਖਾ ਰਿਆ ਸੀ ਰੋਟੀ ਖਾ ਕੇ ਮੇਰੇ ਇੱਕ ਸਟੂਡੈਂਟ ਦੀ ਕਾਲ ਆਈ ਸੀ ਮੈਂ ਉਹ ਟੈਂਡ ਕਰਨ ਲਈ ਉੱਠਿਆ ਤੇ ਮੈਂ ਬਾਹਰ ਹੀ ਆਇਆ ਤੇ ਉਹ ਨੋਟੀਫਿਕੇਸ਼ਨ ਆ ਗਈ ਫੋਨ ਦੇ ਉੱਪਰ ਤੇ ਮੈਨੂੰ ਤੇ ਮੈਂ 3 ਦਿਨਾਂ ਦਾ ਪੀਪੀਐਸਸੀ ਦੀ ਵੈਬਸਾਈਟ ਖੋਲ ਕੇ ਬੈਠਾ ਹੋਇਆ ਸੀ ਖੁਦ ਕਿ ਕਦੋਂ ਰਿਜ਼ਲਟ ਆਏਗਾ ਕਦੋਂ ਰਿਜ਼ਲਟ ਆਵੇਗਾ ਬੇਚਾਨੀ ਬਹੁਤ ਸੀ ਵੇਟ ਨਹੀਂ ਹੋ ਪਾ ਰਿਹਾ ਸੀ ਕਿਉਂਕਿ ਜਲਦੀ ਹੀ ਰਿਜ਼ਲਟ ਆ ਜਾਂਦਾ ਹੁੰਦਾ ਸਾਡਾ 8 ਅਕਤੂਬਰ ਨੂੰ ਆਪਣੇ ਇੰਟਰਵਿਊ ਖਤਮ ਹੋਏ ਸੀ ਤੇ 2-3 ਦਿਨਾਂ ਦੇ ਵਿੱਚ ਵਿੱਚ ਇਹ ਪੈਟਰਨ ਹੈ ਕਿ ਹਮੇਸ਼ਾ ਰਿਜ਼ਲਟ ਆ ਜਾਂਦਾ ਤੇ ਉਹ ਮੈਂ ਜਦੋਂ ਦੇਖਿਆ ਤਾਂ ਨੋਟੀਫਿਕੇਸ਼ਨ ਦੇ ਉੱਪਰ ਆਰਈਐਸ ਲਿਖਿਆ ਹੋਇਆ ਸੀ ਤਾਂ ਉਹ ਮਤਲਬ ਮੈਨੂੰ ਪਤਾ ਸੀ ਕਿਉਂਕਿ ਮੈਂ ਪੁਰਾਣੇ ਰਿਜ਼ਲਟ ਦੇਖੇ ਨੇ ਕਿ ਰਿਜ਼ਲਟ ਉਹ ਆਪਣਾ ਨਾਮ ਦੇਖਿਆ ਉਹਦੇ ਵਿੱਚ ਮੈਂ ਖੋਲੇ ਮੈਂ ਉਹਨਾਂ ਨੂੰ ਕਿਹਾ ਮੈਂ ਤੁਹਾਨੂੰ ਬਾਅਦ ਚ ਕਾਲ ਕਰਦਾ ਫੋਨ ਕੱਟਿਆ ਹਜੇ ਤੱਕ ਮੈਂ ਉਹਨਾਂ ਨੂੰ ਕਾਲ ਬੈਕ ਨਹੀਂ ਕਰ ਪਾਇਆ ਉਸ ਤੋਂ ਬਾਅਦ ਤੇ ਜਦੋਂ ਮੈਂ ਫੋਨ ਕੱਟਿਆ ਫਿਰ ਮੈਂ ਆਪਣਾ ਨਾਮ ਦੇਖਿਆ ਤੇ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਮੈਂ ਭੱਜ ਕੇ ਆਪਣੇ ਫਾਦਰ ਸਾਹਿਬ ਨੂੰ ਮੈਂ ਥੋੜੇ ਮੈਂ ਜ਼ੋਰ ਦੀ ਜੋ ਮੈਂ ਕਾਜੀ ਹੋ ਗਿਆ ਤਾਂ ਉਹ ਉਹ ਡਰ ਗਏ ਥੋੜਾ ਜਿਹਾ ਕਹਿੰਦੇ ਕੀ ਹੋ ਗਿਆ ਤੇ ਫਿਰ ਜਦੋਂ ਮੈਂ ਭੱਜ ਕਰਾਉਣਾ ਜੱਫੀ ਪਾਈ ਮਮੀ ਜੀ ਨੂੰ ਮਿਲਿਆ ਮੇਰੇ ਦਾਦੀ ਜੀ ਨੂੰ ਮਿਲਿਆ ਤੇ ਬਸ ਉਹਨਾਂ ਦੀ ਅੱਖਾਂ ਉਹ ਤਾਂ ਉਹਨਾਂ ਦੇ ਐਂ ਬੈਠੇ ਨੇ ਜੀ ਜਦੋਂ ਦਾ ਰਿਜ਼ਲਟ ਆਇਆ ਹੱਥ ਜੋੜੇ ਹੋਏ ਨੇ ਉਹਨਾਂ ਦੀ ਅੱਖਾਂ 'ਚ ਹੰਝੂ ਨੇ ਤੇ ਯਕੀਨ ਹੀ ਨਹੀਂ ਹੋ ਰਿਹਾ ਉਹਨਾਂ ਨੂੰ ਕਿ ਸਾਡਾ ਪੁੱਤ ਇਸ ਮੁਕਾਮ ਤੇ ਪਹੁੰਚ ਚੁੱਕਿਆ ਤੇ ਬਹੁਤ ਖੁਸ਼ੀ ਸੀ ਜੀ ਐਂ ਲੱਗਿਆ ਕਿ ਮੈਂ ਜ਼ਿੰਦਗੀ ਦੇ ਵਿੱਚ ਜੋ ਮੈਂ ਸਫਰ ਇੱਕ ਸ਼ੁਰੂ ਕੀਤਾ ਸੀ ਕਿ ਮੈਂ 4 ਸਾਲ ਪੁਰਾਣਾ ਮੁੜ ਕੇ ਜੇ ਦਵਿੰਦਰ ਸਿੰਘ ਸਿੱਧੂ ਨੂੰ ਜੇ ਮਿਲਣਾ ਚਾਹਾਂ ਕਿ ਉਹ ਬੰਦਾ ਕਿੰਨੀ ਡਾਊਟ ਚ ਹੈ ਕੋਈ ਨੂੰ ਕੋਈ ਕਲੈਰਿਟੀ ਨਹੀਂ ਹੈ ਇੱਕ ਬੰਦੇ ਦੇ ਮਨ ਚ 100 ਐ ਨੇ ਕਿ ਡਾਊਟਸ ਨੇ ਕਿ ਪਤਾ ਨਹੀਂ ਹੋਊਗਾ ਯਾਰ ਨਹੀਂ ਹੋਊਗਾ ਤਾਂ ਮੈਂ ਜਰੂਰ ਉਹ ਬੰਦੇ ਨੂੰ ਮੈਨੂੰ ਲੱਗਦਾ ਹੈ ਕਿ ਮੈਂ ਇੱਕ ਵਫਾ ਕਮਾਈ ਹੈ ਆਪਣੀ ਮਿਹਨਤ ਦੇ ਨਾਲ ਉਸ ਸੁਪਨੇ ਨਾਲ ਵਫਾ ਕਮਾਈ ਹੈ ਕਿ ਮੈਂ ਉਹ ਜਿਹੜਾ ਮੇਰਾ 4 ਸਾਲ ਪੁਰਾਣਾ ਸੁਪਨਾ ਸੀ ਜੋ 5 ਸਾਲ ਪਹਿਲਾਂ ਜੋ ਮੈਂ ਦੇਖਿਆ ਸੀ ਮੈਂ ਉਹਨੂੰ ਸਾਕਾਰ ਕੀਤਾ ਤਾਂ ਉਹ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਜੀ ਅੱਜ ਤੁਹਾਡੇ ਸਾਹਮਣੇ ਹੈ ਸਾਰਾ ਚੱਲ ਰਿਹਾ ਚਲੋ ਰੱਬ ਸਮਤ ਬਖਸ਼ੇ ਜ਼ਿੰਮੇਵਾਰੀ ਵੱਡੀ ਹੈ ਉਹਨੂੰ ਤਾਂ ਦੇ ਨਾਲ ਪੂਰੀ ਨਿਭਾਵਾਂਗੇ ਇਮਾਨਦਾਰੀ ਨਾਲ ਕੰਮ ਕਰਾਂਗੇ ਅਸੀਂ ਜਿਹੋ ਜਿਹੇ ਪਰਿਵਾਰਾਂ ਚੋਂ ਆਉਨੇ ਆਂ ਔਰ ਸਾਡੇ ਖਾਸ ਤੌਰ ਤੇ ਹੁੰਦਾ ਕਿ ਮਾਪੇ ਜਰੂਰ ਸੁਖ ਲੈਂਦੇ ਕਿ ਭਾਈ ਬਾਬਾ ਜੀ ਲੱਡੂ ਚੜਾਵਾਂਗੇ ਤੁਹਾਡੇ ਲੱਡੂ ਸੁੱਕੇ ਹੋਏ ਸੀ ਸੋ ਕਿ ਉਹ ਅਸੀਂ ਜੀ ਕਾ ਆਪਾਂ ਝੂਠ ਨਹੀਂ ਮਾਰਦੇ ਹਜੇ ਹਜੇ ਬਹੁਤ ਸੁੱਖਾ ਹਜੇ ਮੇਰਾ ਹਜੇ ਡਿਊਟੀ ਲੱਗਣੀ ਹੈ ਪੰਜਾਬ ਦਰਸ਼ਨ ਤੇ ਜਾ ਰਿਹਾ ਥੋੜੇ ਦਿਨਾਂ ਤੱਕ ਤੇ ਸਾਰੇ ਜੋ ਵੀ ਜਿੱਥੇ ਵੀ ਬਾਬਾ ਜੀ ਨੇ ਜੋ ਮੇਰੇ ਮਾਤਾ ਜੀ ਮੇਰੇ ਪਿਤਾ ਜੀ ਨੇ ਜੋ ਵੀ ਸੁਖਣਾ ਸੁਖੀਆਂ ਉੱਥੇ ਜਾ ਕੇ ਆਉਣੇ ਆ ਦਰਸ਼ਨ ਕਰਕੇ ਆਉਣੇ ਆ ਤੇ ਮੇਰੇ ਫਾਦਰ ਸਾਹਿਬ ਨੇ ਸੁਖਣਾ ਸੀ ਕਿ ਸਾਡੇ ਤੇ ਗੁਰੂ ਅਮਰਦਾਸ ਜੀ ਦੀ ਇੱਥੇ ਅਸੀਂ ਗੁਰਦੁਆਰਾ ਸਾਹਿਬ ਜਾਣਦੇ ਆ ਜੀ ਜੋ ਅਸੀਂ ਸੈਦੇਵਾਲਾ ਤੇ ਉੱਥੇ ਉਹਨਾਂ ਨੇ ਸੁੱਖਿਆ ਹੋਇਆ ਸੀ ਅਸੀਂ ਰਾਤ ਨੂੰ ਫਿਰ ਲੇਟ ਬਹੁਤ ਹੋ ਗਿਆ ਸੀ ਉਧਰ ਜਾ ਨਹੀਂ ਪਾਏ ਤਾਂ ਅਗਲੇ ਦਿਨ ਅਸੀਂ ਸਵਾ ਮਣ ਲੱਡੂ ਉੱਥੇ ਅਸੀਂ ਲੈ ਕੇ ਗਏ ਆ ਤਾਂ ਮਨ ਨੂੰ ਬੜੀ ਖੁਸ਼ੀ ਆ ਜੀ ਸੰਤੁਸ਼ਟੀ ਆ ਚਲੋ ਮਹਾਰਾਜ ਦੀ ਕਿਰਪਾ ਹੈ ਉਹਨਾਂ ਦੇ ਰੰਗ ਨੇ ਉਹਨਾਂ ਦੇ ਉਹਨਾਂ ਦੀ ਰਜ਼ਾ ਚ ਹੁਣ ਤੱਕ ਰੱਬ ਨੂੰ ਵਾਵਾ ਮੰਨਦੇ ਹੋ ਮੈਂ ਉਹ ਯਕੀਨ ਕਰਦਾ ਮੈਂ ਇੱਕ ਵਾਵਾ ਵਾਵਾ ਇੰਦਾ ਸੈਂਸ ਹੈ ਉਹ ਆਪਣਾ ਆਪਣੀ ਇੱਕ ਪ੍ਰਭਾਸ਼ਾ ਹੁੰਦੀ ਹੈ ਜੀ ਮੰਨਣ ਨੂੰ ਮੈਨੂੰ ਯਕੀਨ ਉਹ ਮੈਨੂੰ ਕੋਈ ਅੰਧਵਿਸ਼ਵਾਸ ਨਹੀਂ ਹੈ ਮੈਨੂੰ ਵਿਸ਼ਵਾਸ ਬਹੁਤ ਹੈ ਕਿ ਜੇ ਤੁਸੀਂ ਮੈਨੂੰ ਇਹ ਗੱਲ ਤੇ ਵਿਸ਼ਵਾਸ ਹੈ ਕਿ ਤੁਸੀਂ ਆਸ ਤਾਂ ਹੈ ਕਿ ਸੱਚੀ ਨੀਅਤ ਨਾਲ ਜੇ ਤੁਸੀਂ ਸਾਫ ਸੁਥਰੀ ਨੀਤ ਦੇ ਨਾਲ ਇੱਕ ਚੰਗੀ ਚੀ ਸੋਚ ਦੇ ਨਾਲ ਤੁਸੀਂ ਚੱਲ ਰਹੇ ਹੋ ਨਾ ਤਾਂ ਤੁਹਾਨੂੰ ਕੋਈ ਚੀਜ਼ ਨਾ ਮਿਲੇ ਹੋ ਨਹੀਂ ਸਕਦਾ ਤੇ ਮੈਂ ਅੱਜ ਤੱਕ ਹਮੇਸ਼ਾ ਚੀਜ਼ ਦੇਖੀ ਹੈ ਕਿ ਜੋ ਮੈਂ ਰੱਬ ਤੋਂ ਮੰਗਿਆ ਸੋ ਇੱਕ ਨਿਮਾਣੇ ਹੋ ਕੇ ਉਹਨਾਂ ਦੇ ਤੇ ਉਹਨਾਂ ਨੇ ਉਹ ਝੋਲੀ ਪਾਇਆ ਤੇ ਆ ਸਭ ਤੋਂ ਵੱਡੀ ਐਗਜ਼ਾਮਪਲ ਹੈ ਮੈਂ ਹਮੇਸ਼ਾ ਜਦੋਂ ਵੀ ਅਰਦਾਸ ਕਰਦਾ ਹਾਂ ਮੈਂ ਇਹੀ ਮੰਗਦਾ ਹਾਂ ਜਿਵੇਂ ਰੱਬਾ ਕਿਸੇ ਹੱਕ ਕਿਸੇ ਦਾ ਨਹੀਂ ਹੱਕ ਮਾਰਦਾ ਮੈਂ ਮੈਨੂੰ ਮੇਰਾ ਹੱਕ ਦੇ ਦੀ ਬਸ ਜੇ ਮੈਂ ਐਡਸਰਵਿੰਗ ਹੈਗਾ ਜੇ ਮੇਰੀ ਕਮੇਰ ਚ ਕਾਬਿਲियत ਤੁਹਾਨੂੰ ਲੱਗਦੀ ਹੈ ਕਿ ਮੇਰੀ ਮਿਹਨਤ ਉਸ ਲੈਵਲ ਦੀ ਹੈ ਕਿ ਮੈਂ ਉਸ ਕੁਰਸੀ ਤੇ ਬੈਠਣ ਦੇ ਲਾਇਕ ਹਾਂ ਤਾਂ ਮੇਰੀ ਝੋਲੀ ਉਹ ਰਿਜ਼ਲਟ ਪਾ ਦੀ ਨਹੀਂ ਤਾਂ ਕੋਈ ਗੱਲ ਨਹੀਂ ਨਹੀਂ ਤਾਂ ਤੇਰੇ ਭਾਣੇ ਚ ਮੈਂ ਮੈਂ ਕੁਝ ਹੋਰ ਚੰਗਾ ਕਰ ਲਵਾਂਗਾ ਮੈਂ ਹੋਰ ਸੋਸਾਇਟੀ ਦੇ ਲਈ ਕੁਝ ਨਾ ਕੁਝ ਕਿਉਂਕਿ ਮੈਂ ਇੱਥੇ ਰਹਿ ਕੇ ਕੀ ਕਰਨਾ ਚਾਹਣਾ ਮੈਂ ਮੈਂ ਵੀ ਇਹ ਵੀ ਦੱਸਣਾ ਚਾਹਾਂਗਾ ਕਿ 12ਵੀਂ ਤੋਂ ਬਾਅਦ ਮੈਨੂੰ ਬੜੇ ਲੋਕਾਂ ਨੇ ਸੁਜ ਦਾ 15 ਲੱਖ ਤੋਂ 14 15 14 ਚ ਦਾ 12 ਲੱਖ ਦੇ ਬੰਦਾ ਪਹੁੰਚ ਜਾਂਦਾ ਹੀ ਬਾਹਰ ਤੇ ਇਹਨਾਂ ਨੂੰ ਤੁਸੀਂ ਕਰ ਲਓਗੇ ਚ ਲੈਂਗੁਏਜ ਮੈਂ ਕਿਹਾ ਨਹੀਂ ਜੀ ਮੈਂ ਨਹੀਂ ਬਾਹਰ ਜਾਣਾ ਕਿ ਮੈਂ ਪਰਿਵਾਰ ਤੋਂ ਇੱਕ ਦਾ ਦੂਰ ਨਹੀਂ ਰਹਿ ਸਕਦਾ ਦੂਜਾ ਮੈਂ ਇੱਧਰ ਹੀ ਆਪਣੇ ਰਹਿ ਕੇ ਆਪਣੇ ਦੇਸ਼ ਦੇ ਵਿੱਚ ਆਪਣੇ ਵਤਨ ਦੇ ਵਿੱਚ ਪੰਜਾਬ ਦੇ ਵਿੱਚ ਰਹਿ ਕੇ ਕੁਝ ਕਰਨਾ ਚਾਹਣਾ ਅੱਛਾ ਤਾਂ ਉਹ ਮੇਰੇ ਚ ਤਾਂਗ ਹੈਗੀ ਸੀ ਹਾਂ ਕਰਨਾ ਕਿਵੇਂ ਇਹ ਨਹੀਂ ਸੀ ਬਸ 12ਵੀਂ કરી ਸੀ ਉਹ ਕਿੰਨੀ ਕੁ ਸੋਚ ਹੁੰਦੀ ਹੈ ਬੰਦੇ ਕਰਨਾ ਕਿਵੇਂ ਇਹ ਨਹੀਂ ਸੀ ਪਤਾ ਸੀ ਬਸ ਇਹ ਸੀ ਕੋਈ ਕੁਝ ਇੱਥੇ ਲੈ ਕੇ ਕਰਨਾ ਪਰ ਦੁਆਬੇ ਤੋਂ ਬਾਅਦ ਹੁਣ ਤਾਂ ਮਾਲਵੇ ਵਾਲਿਆਂ ਦੀ ਲਾਈਨ ਲੱਗੀ ਪਈ ਹੈ ਚੰਡੀਗੜ੍ਹ ਤੁਸੀਂ ਤਾਂ ਚਲੋ ਬੜਾਇਆ ਚੰਡੀਗੜ੍ਹ ਉੱਥੇ ਤਾਂ ਲਾਈਨਾਂ ਲੱਗੀਆਂ ਪਈਆਂ ਲੋਕਾਂ ਦੀਆਂ ਲੈ ਲੈ ਕੇ ਫਾਈਲਾਂ ਲੋਕ ਪਹੁੰਚ ਰਹੇ ਆ ਮਾਨਸੇ ਦੇ ਬਹੁਤ ਸਾਰੇ ਲੋਕ ਜਾ ਰਹੇ ਆ ਪਰ ਤੁਸੀਂ ਬਿਲਕੁਲ ਜੀ ਬਿਲਕੁਲ ਮੇਰੇ ਸਿਸਟਰ ਨੇ ਉਹ ਵੀ ਚਲੋ ਆਏ ਨੇ ਹੁਣ ਕੈਨੇਡਾ ਤੋਂ ਪੀਆਰ ਹੋ ਕੇ ਮੇਰੇ ਇੱਕ ਪੂਆਜੀ ਦੇ ਬੇਟੀ ਨੇ ਉਹ ਤੇ ਉਹਨਾਂ ਦਾ ਮੈਂ ਨਾ ਮੈਨੂੰ ਯਾਦ ਆ ਤੈਨੂੰ 4 ਸਾਲ ਪਹਿਲਾਂ ਮੈਂ ਆਲਸ ਦਾ ਪੇਪਰ ਦਵਾਉਣ ਗਿਆ ਸੀ ਚੰਡੀਗੜ੍ਹ ਤੇ ਉਹ ਜਦੋਂ ਪੇਪਰ ਦੇ ਕੇ ਆਏ ਨਾ ਤੇ ਜਦੋਂ ਮੈਂ ਉੱਥੇ ਹਜੂਮ ਦੇਖਿਆ ਲੋਕਾਂ ਦਾ ਬੱਚਿਆਂ ਦਾ ਤੇ ਮੇਰੇ ਹਾਨੀ ਸੀ ਸਾਰੇ ਤੇ ਮੈਂ ਉਹਨਾਂ ਨੂੰ ਮਜ਼ਾਕ ਚ ਹਾਸੇ ਮਜ਼ਾਕ ਚ ਗਿਆ ਮੈਂ ਕਿਹਾ ਇਸ ਹਸਾਬ ਨਾਲ ਤਾਂ ਸਾਨੂੰ ਰਿਸ਼ਤਾ ਨਹੀਂ ਹੋਣਾ ਇੱਥੇ ਕੋਈ ਤੇ ਅੱਛਾ ਉਹ ਮੈਂ ਮਜ਼ਾਕ ਚ ਗੱਲ ਕੀਤੀ ਤੇ ਬਿਲਕੁਲ ਜੀ ਸਾਡੇ ਇੱਥੇ ਇੱਕ ਬਹੁਤ ਛੋਟਾ ਜਿਹਾ ਟਾਊਨ ਹੈ 10 ਆਇਲਸ ਦੇ ਸੈਂਟ ਚ ਖੁੱਲੇ ਹੋਏ ਨੇ ਤੇ ਇੱਕ ਹਜੂਮ ਹੈ ਬੱਚਿਆਂ ਦੇ ਵਿੱਚ ਕਿ 10ਵੀਂ 12ਵੀਂ ਕਰੋ ਮਾਂ ਪਿਓ ਦੇ ਵਿੱਚ ਵੀ ਇਹ ਹੈ ਕਿ ਪੁੱਤ ਇਧਰ ਤਾਂ ਕੋਕ ਕੱਖ ਨਹੀਂ ਪਿਆ ਆ ਪੂਣਾ ਹੀ ਦਿਮਾਗ ਚ ਪਾਈ ਜੰਨੇ ਆ ਨਹੀਂ ਜੱਜ ਬਣਨ ਤੋਂ ਬਾਅਦ ਹੁਣ ਵਧਾਈਆਂ ਵਾਲਿਆਂ ਦੇ ਫੋਨ ਆ ਰਹੇ ਹੁਣ ਰਿਸ਼ਤੇ ਵਾਲਿਆਂ ਦੇ ਵੀ ਆ ਰਹੇ ਹੁਣ ਨਹੀਂ ਨਹੀਂ ਉਦੋਂ ਲੋ ਮਹਾਰਾਜੀ ਦੇ ਰੰਗ ਨੇ ਜੀ ਉਹ ਵੀ ਤੁਹਾਨੂੰ ਜਦੋਂ ਆਪਾਂ ਰੱਬ ਦੀਆਂ ਗੱਲਾਂ ਕਰਦੇ ਆ ਉਹ ਵੀ ਜਿੱਥੇ ਇੱਕ ਸੰਜੋਗ ਲਿਖੇ ਨੇ ਹੋਈ ਕੋਈ ਜਾਣਾ ਤੇ ਪਰ ਨਹੀਂ ਆਪਣਾ ਹਜੇ ਇੱਕ ਮਨ ਹਜੇ ਆਪਾਂ ਇਹੀ ਜੋ ਆਪਣਾ ਸੁਪਨਾ ਹੈ ਤਾਂ ਉਸ ਨੂੰ ਜੀ ਰਹੇ ਆ ਉਸ ਤੋਂ ਬਾਅਦ ਅੱਗੇ ਉਹ ਵੀ ਚੀਜ਼ ਜਦੋਂ ਆਏਗੀ ਹਜੇ ਆਪਣਾ ਕੋਈ ਹੋਰ ਹਜੇ ਕੋਈ ਰਿਸ਼ਤੇ ਦਾ ਮੈਂ ਕਰਦਣ ਨੂੰ ਕਿਹਾ ਹੋਇਆ ਹੈ ਕਿ ਆਪਾਂ ਜੇ ਨਹੀਂ ਕਰਾਉਣਾ ਤਾਂ ਉਹਨਾਂ ਵੱਲੋਂ ਆਪਾਂ ਨੂੰ ਸਪੋਰਟ ਰਹੀ ਹੈ ਹਮੇਸ਼ਾ ਕਹਿੰਦੇ ਪੁੱਤ ਕੋਈ ਚੱਕਰ ਨਹੀਂ ਜਦੋਂ ਤੂੰ ਕਹੇਂਗਾ ਉਦੋਂ ਕਰ ਦਾਂਗੇ ਇੱਕ ਸਿੱਧੂ ਮੂਸੇ ਵਾਲਾ ਜਿਨੇ ਦੁਨੀਆ ਦੇ ਵਿੱਚ ਤਿੱਬਿਆਂ ਦਾ ਏਰੀਆ ਜਾਣਿਆ ਜਾਂਦਾ ਥੋੜਾ ਕਿਉਂਕਿ ਮਾਨਸਾ ਨੂੰ ਪਹਿਲਾਂ ਤਾਂ ਲੋਕ ਬਹੁਤ ਬੈਕਵਰਡ ਮੰਨਦੇ ਸੀਗੇ ਔਰ ਇੱਕ ਦਵਿੰਦਰ ਸਿੰਘ ਸਿੱਧੂ ਦੇ ਵੀ ਹੁਣ ਪੰਜਾਬ ਦੇ ਵਿੱਚ ਚਰਚੇ ਹੋ ਰਹੇ ਬਿਲਕੁਲ ਜੀ ਬੜੀ ਮਾਨ ਵਾਲੀ ਗੱਲ ਹੈ ਰੱਬ ਦੀ ਕਿਰਪਾ ਹੈ ਉਹਨਾਂ ਨੇ ਵੀ ਬਹੁਤ ਇੱਕ ਮਾੜੇ ਜਿਹੇ ਪਿੰਡ ਤੋਂ ਉੱਠ ਕੇ ਉਹਨਾਂ ਦੇ ਪਿੰਡ ਉਹਨਾਂ ਦੇ ਵੀ ਇੰਟਰਵਿਊ ਸੁਣੇ ਨੇ ਬਹੁਤ ਤੇ ਉਹਨਾਂ ਦੇ ਗਾਣੇ ਵੀ ਬੜੇ ਉਹਨਾਂ ਦੇ ਮਤਲਬ ਚਲੋ ਬੰਦੇ ਨੂੰ ਮੋਟੀਵੇਟ ਕਰਨ ਵਾਲੇ ਕੋਈ ਚੰਗੇ ਗਾਣੇ ਨੇ ਬਹੁਤ ਚੰਗੇ ਉਹਨਾਂ ਦੇ ਕੁਝ ਐਂਡ ਉਹਨਾਂ ਦਾ ਵੀ ਪੰਡੈਮਿਕ ਦਾ ਸੀ ਕਿ ਉਹਨਾਂ ਦੇ ਪਿੰਡ ਨੂੰ ਬੱਸ ਨਹੀਂ ਆਉਂਦੀ ਸੀ ਤੇ ਤੁਸੀਂ ਖੁਦ ਬਹੁਤ ਕਵਰ ਕੀਤਾ ਸਾਡੇ ਪਿੰਡ ਵੀ ਬੱਸ ਨਹੀਂ ਆਉਂਦੀ ਕੋਈ ਮੈਂ ਖੁਦ ਜੇ ਜਾਣਾ ਹੋਵੇ ਰਿਸ਼ਤੇਦਾਰ ਆ ਜਾਣ ਬੱਸ 'ਚ ਚੜਾਉਣ ਲਈ ਸਾਨੂੰ ਜਾਣਾ ਪੈਂਦਾ ਹੈ 5-5 10-10 ਕਿਲੋਮੀਟਰ ਗੱਡੀ 'ਚ ਚੜਾ ਕੇ ਆਉਨੇ ਆ ਮੈਂ ਖੁਦ ਜਦੋਂ ਜਾਂਦਾ ਹੁੰਦਾ ਸੀ ਮੈਂ ਸਵੇਰ 4 ਵਜੇ ਥੋ ਬੱਸ ਲੈਂਦਾ ਹੁੰਦਾ ਸੀ ਮੇਰੇ ਡੈਡੀ ਮੈਨੂੰ 10 ਕਿਲੋਮੀਟਰ 12 ਕਿਲੋਮੀਟਰ ਰਤਿਆ ਪੈਂਦਾ ਸਾਨੂੰ ਉੱਥੋਂ ਚੜਾ ਕੇ ਆਉਂਦੇ ਸੀ ਡਾਇਰੈਕਟ ਚੰਡੀਗੜ੍ਹ ਦੀ ਬੱਸ ਜਾਂ ਜਦੋਂ ਮੈਂ ਆਉਣਾ ਹੁੰਦਾ ਸੀ ਰਾਤ ਨੂੰ ਉਧਰੋਂ ਚੜਨਾ ਕਿਉਂਕਿ ਮੈਂ ਪੜ ਕੇ ਜਾਂ ਮੈਂ ਪੜਾ ਕੇ ਚੜਨਾ ਮੈਂ 2-3 ਵਜੇ ਉੱਥੋਂ ਚੜਨਾ ਤਾਂ ਮੈਂ ਰਾਤ ਨੂੰ 7-8 ਵਜੇ ਇੱਥੇ ਪਹੁੰਚਣਾ ਤਾਂ ਮੈਨੂੰ ਇੱਥੋਂ 5-7 ਕਿਲੋਮੀਟਰ ਦੂਰ ਉੱਥੋਂ ਸੜਕ ਤੋਂ ਲੈ ਕੇ ਆਉਂਦੇ ਹੁੰਦੇ ਸੀ ਤਾਂ ਸਿੱਧੀ ਬੱਸ ਹਜੇ ਤੱਕ ਨਹੀਂ ਆਉਂਦੀ ਸਾਡੇ ਪਿੰਡ ਤੇ ਮਤਲਬ ਸਹੂਲਤਾਂ ਦੀ ਥੋੜੀ ਜਿਹੀ ਕਮੀ ਹੈ ਤੇ ਜਿਹੜੀ ਗੱਲ ਤੁਸੀਂ ਕੀਤੀ ਹੈ ਚਲੋ ਸਾਡੇ ਗੋਤ ਇੱਕੋ ਨੇ ਸਿੱਧੂ ਚਲੋ ਉਹ ਇੱਕ ਮਤਲਬ ਬੜਾ ਉਹ ਗੱਲ ਹੈ ਇੱਕ ਕੋਇਨਸੀਡੈਂਸ ਹੈ ਤੇ ਉਹਨਾਂ ਨੇ ਵੀ ਬੜੀ ਮਿਹਨਤ ਕੀਤੀ ਜੀ ਉਹਨਾਂ ਨੇ ਆਪਣਾ ਇੱਕ ਨਾਮ ਬਣਾਇਆ ਚਲੋ ਅਨਫੋਰਚਨਟਲੀ ਉਹ ਸਾਡੇ ਵਿੱਚ ਨਹੀਂ ਹੈਗੇ ਬਟ ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਜੋ ਵੀ ਬਸ ਉਹਨਾਂ ਨੇ ਇੱਕ ਸੇਧ ਦਿੱਤੀ ਜੀ ਕਿ ਜਵਾਨੀ ਨੂੰ ਕਿ ਤੁਸੀਂ ਅੱਗੇ ਜਾ ਸਕਦੇ ਮੈਂ ਵੀ ਇਹੀ ਸੰਦੇਸ਼ ਦੇਣਾ ਚਾਹੁੰਗਾ ਜਵਾਨੀ ਨੂੰ ਜਿਹੜੀ ਜੂਲੀ ਆਪਦਾ ਕੈਨੇਡਾ ਛੱਡ ਕੇ ਫਿਰ ਸਿੱਧੂ ਆਇਆ ਸੀਗਾ ਇੱਥੇ ਔਰ ਤੁਸੀਂ ਵੀ ਕਿਹਾ ਕਿ ਵੀ ਮੈਂ ਨਹੀਂ ਜਾਣਾ ਚਾਹੁੰਦਾ ਮੈਂ ਨਹੀਂ ਜਾਣਾ ਚਾਹੁੰਦਾ ਸੀ ਜੀ ਬਿਲਕੁਲ ਇਹ ਮੈਂ ਜਵਾਨੀ ਨੂੰ ਇੱਕ ਸੰਦੇਸ਼ ਦੇਣਾ ਚਾਹੁੰਗਾ ਕਿ ਤੁਸੀਂ ਇੱਕ ਇੱਕ ਵਾਰੀ ਇੱਧਰ ਅਜਮਾ ਕੇ ਤਾਂ ਦੇਖੋ ਆਪਣੇ ਆਪ ਨੂੰ ਤੁਸੀਂ ਆਪਣੇ ਕੋਈ ਕੋਸ਼ਿਸ਼ ਕਰੇ ਬਿਨਾ ਇਹ ਕਿਵੇਂ ਕਹਿ ਸਕਦੇ ਹੋ ਕਿ ਪੰਜਾਬ 'ਚ ਕੁਝ ਨਹੀਂ ਹੈਗਾ ਪੰਜਾਬ 'ਚ ਬਹੁਤ ਕੁਝ ਹੈ ਜੀ ਜਿਵੇਂ ਮਤਲਬ ਖੇਤੀ ਪੱਖੋਂ ਆਪਾਂ ਪੂਰੇ ਕਿੰਨਾ ਆਪਣੇ ਕੋਲੇ ਚੰਗਾ ਮਿੱਟੀ ਹੈ ਆਪਣੇ ਕੋਲੇ ਸਾਰਾ ਵਾਤਾਵਰਨ ਕਿੰਨਾ ਚੰਗਾ ਰਹਿਣ ਦਾ ਪਿਤਾ ਜੀ ਖੇਤੀ ਕਰਦੇ ਖੇਤੀ ਕੀਤਾ ਜੀ ਆਪਣਾ ਬਟ ਉਹਨਾਂ ਨੇ ਮੈਨੂੰ ਕਦੇ ਖੇਤੀ ਕਰਨ ਨਹੀਂ ਦਿੱਤਾ ਕਦੇ ਮੈਨੂੰ ਟਰੈਕਟਰ ਤੇ ਵੀ ਮੇਠਣ ਦਿੱਤਾ ਉਹਨਾਂ ਨੇ ਕਦੇ ਮੈਨੂੰ ਕੋਈ ਘਰ ਦਾ ਕੰਮ ਨਹੀਂ ਦੱਸਿਆ ਚਲੋ ਮੈਂ 7-8 ਸਾਲ ਹੋ ਗਏ ਰਹੀ ਬਾਹਰ ਰਿਆਂ ਤਾਂ ਜਦੋਂ ਛੁੱਟੀਆਂ 'ਚ ਵੀ ਇੱਥੇ ਆਉਂਦਾ ਰਿਆਂ ਤਾਂ ਮੈਨੂੰ ਕਦੇ ਉਹਨਾਂ ਨੇ ਮੱਜਾਂ ਨੂੰ ਪੱਠੇ ਪਾਉਣ ਨੂੰ ਨਹੀਂ ਕਿਹਾ ਉਹਨਾਂ ਨੇ ਹਮੇਸ਼ਾ ਕਿਹਾ ਪੁੱਤ ਤੂੰ ਪੜ ਕੋਈ ਚੱਕਰ ਨਹੀਂ ਘਰ ਦੀ ਟੈਨਸ਼ਨ ਛੱਡ ਦੇ ਤੂੰ ਤੈਨੂੰ ਕੋਈ ਬੋਝ ਲੈਣ ਦੀ ਲੋੜ ਨਹੀਂ ਹੈ ਤੇ ਉਹ ਰਿਹਾ ਜੀ ਤੇ ਉਹਨਾਂ ਨੇ ਪੂਰੀ ਸਪੋਰਟ ਖੇਤੀ ਵੀ ਚੰਗਾ ਕੀਤਾ ਜੇ ਤੁਸੀਂ ਮੇਰੇ ਮੇਰੇ ਚਾਚੇ ਤਾਇਆ ਦੇ ਬੇਟੇ ਨੇ ਇਹ ਕਰਦੇ ਨੇ ਖੇਤੀ ਬਹੁਤ ਚੰਗੀ ਖੇਤੀ ਕਰਦੇ ਨੇ ਨਾਲ ਆਪਣੀ ਖੇਤੀਕਾਰ ਦੇ ਨਾਲ ਠੇਕੇ ਤੇ ਲੈਂਦੇ ਨੇ ਜ਼ਮੀਨ ਬਹੁਤ ਸੋਹਣੀ ਖੇਤੀ ਤਰੀਕੇ ਨਾਲ ਕਰਦੇ ਨੇ ਤੇ ਮੈਂ ਇਹੀ ਜਵਾਨੀ ਨੂੰ ਸੰਦੇਸ਼ ਦੇਣਾ ਚਾਹੁੰਗਾ ਕਿ ਤੁਸੀਂ ਇੱਧਰ ਆਪਣੇ ਆਪ ਨੂੰ ਇੱਕ ਮੌਕਾ ਦੇ ਕੇ ਦੇਖੋ ਤੁਸੀਂ ਬਾਹਰ ਜਾ ਕੇ ਵੀ ਮਿਹਨਤੀ ਕਰਨੀ ਹੈ ਉੱਥੇ ਜਾ ਕੇ ਵੀ ਆਪਾਂ ਬਾਅਦ ਚ ਵੀਡੀਓਜ਼ ਦੇਖਦੇ ਆ ਨਾ ਕਿ ਅਸੀਂ ਵਾਪਸ ਆ ਅਸੀਂ ਵਾਪਸ ਆਉਣਾ ਚਾਹੁੰਦੇ ਆ ਅਸੀਂ ਬਹੁਤ ਅਸੀਂ ਮਾੜੇ ਹਾਲਾਤਾਂ ਦੇ ਵਿੱਚ ਆਂ ਕਈ ਵਾਰੀ ਇਹ ਹੁੰਦਾ ਕਿ ਲਾਸ਼ਾਂ ਮੁੜਦੀਆਂ ਨੇ ਕਿ ਆਖਰੀ ਬੰਦਾ ਇੱਕ ਦੂਜੇ ਨੂੰ ਅਲਵਿਦਾ ਵੀ ਨਹੀਂ ਕਰ ਪਾਉਂਦਾ ਚੰਗੀ ਤਰ੍ਹਾਂ ਇਹ ਵੀ ਹੁੰਦਾ ਕੋਈ ਇੱਧਰ ਕਿਸੇ ਦੀ ਡੈਥ ਹੋ ਗਈ ਜਾਂ ਕੁਝ ਐ ਬੰਦਾ ਪਹੁੰਚ ਹੀ ਨਹੀਂ ਪਾਉਂਦਾ ਇਹ ਵੀ ਕਿੰਨੇ ਆਪਾਂ ਇੰਸਟੈਂਸ ਸੁਣਦੇ ਆ ਤੇ ਇੱਥੇ ਤੁਸੀਂ ਪਰਿਵਾਰ ਚ ਤਾਂ ਹੋ ਆਪਨੇ ਇੱਥੇ ਹੀ ਆਪਣਾ ਤੁਸੀਂ ਜ਼ਿੰਦਗੀ ਦਾ ਆਪਣਾ ਪੱਧਰ ਉੱਚਾ ਚੱਕ ਸਕਦੇ ਹੋ ਇਹ ਤੁਸੀਂ ਇਹ ਮਨ 'ਚ ਆਪਣੇ ਸ਼ਾਇਦ ਇੱਕ ਮਾਨਸਿਕਤਾ ਆਪਣੀ ਐਵੇਂ ਦੀ ਹੋਗੀ ਕਿ ਆਪਾਂ ਨੂੰ ਲੱਗਦਾ ਕਿ ਜੋ ਹੈ ਬਸ ਬਾਹਰ ਹੀ ਹੈ ਕੈਨੇਡਾ ਹੀ ਬਾਹਰ ਹੈ ਉੱਥੇ ਇੱਧਰ ਦੇ 70 80 ਬਣ ਜਾਂਦੇ ਆ ਉਹਨਾਂ ਦਾ 1 ਡਾਲਰ ਤੇ ਨਜ਼ਾਰੇ ਆ ਤਾਂ ਠੀਕ ਆ ਤੁਸੀਂ ਉਧਰ ਮਿਹਨਤ ਕਰਕੇ ਕਮਾਉਣੇ ਹੋ ਪਰ ਤੁਸੀਂ ਇੱਧਰ ਤਾਂ ਇੱਕ ਮੌਕਾ ਦੇ ਕੇ ਦੇਖੋ ਤੁਸੀਂ ਤੁਹਾਡੀ ਪੜ੍ਹਾਈ ਕਰੋ ਮਿਹਨਤ ਕਰੋ ਕੋਈ ਵੀ ਪੇਪਰ ਦਿਓ ਜੋ ਵੀ ਤੁਹਾਡੀ ਸੋਚ ਹੈ ਜਾਂ ਇੱਕ ਹੋਰ ਗੱਲ ਹੈ ਜੇ ਤੁਸੀਂ ਬਾਹਰ ਜਾਣਾ ਕੋਈ ਸੋਚ ਲੈ ਕੇ ਜਾਓ ਕਿ ਤੁਸੀਂ ਕਿਹੜਾ ਕੋਰਸ ਕਰਨਾ ਹੈ ਉਧਰ ਜਾ ਕੇ ਕਿਹੜੀ ਪੜ੍ਹਾਈ ਕਰਨੀ ਹੈ ਉਸ ਤੋਂ ਬਾਅਦ ਕਿਸ ਲੈਵਲ ਤੇ ਜਾਣਾ ਤੁਸੀਂ ਅਪਾ ਤਾਂ ਇਹ ਸੋਚਦੇ ਆ ਮਤਲਬ ਜਿੰਨਾ ਸੁਣਦੇ ਆ ਕਿ ਬਸ ਇੱਕ ਵਾਰੀ ਕੈਨੇਡਾ ਪਹੁੰਚ ਜਾਈਏ ਉਸ ਤੋਂ ਬਾਅਦ ਦੇਖਾਂਗੇ ਕੀ ਕਰਨਾ ਇਹ ਮਾੜੀ ਜੀ ਥੋੜੀ ਜੀ ਗਲਤ ਸੋਚ ਹੈ ਮਾਨਸਿਕਤਾ ਗਲਤ ਹੈ ਕਿ ਆਪਣੇ ਆਪ ਇੱਕ ਪਲੈਨਿੰਗ ਨਾਲ ਚੱਲੋ ਕਿ ਜੇ ਤੁਸੀਂ ਡਿਸੀਜਨ ਲਿਆ ਕੋਈ ਸੁਪਨਾ ਦੇਖ ਰਹੇ ਹੋ ਕੋਈ ਤੁਹਾਡਾ ਮਕਸਦ ਹੈ ਉਹਨੂੰ ਹਮੇਸ਼ਾ ਬੈਕ ਕਰੋ ਮਿਹਨਤ ਦੇਣਾ ਤੁਸੀਂ ਹੁਣ ਤੱਕ ਮਿਹਨਤ ਕੀਤੀ ਹੁਣ ਸੈਟੀਸਫਾਈ ਹਾਈ ਗੋਲ ਸੀਗਾ ਫਿਰ ਤਾਂ ਜ਼ਿੰਦਗੀ ਦਾ ਕੀ ਫਾਇਦਾ ਜੀ ਜੇ ਅਜੇ ਇੱਥੇ ਰੁਕ ਗਏ ਆਪਾਂ ਸੰਤੁਸ਼ਟੀ ਹੈ ਇੱਕ ਸੁਪਨਾ ਸੀ ਬਟ ਉਹੀ ਜਿਵੇਂ ਹੁਣ ਤੱਕ ਸੁਪਨੇ ਦੇਖਦੇ ਰਹੇ ਉਹਨਾਂ ਲਈ ਅੱਗੇ ਕੰਮ ਕਰਦੇ ਰਹੇ ਹੁਣ ਹੋਰ ਅਗਲਾ ਦੇਖਣਾ ਹੁਣ ਅੱਗੇ ਹੋਰ ਪਲੰਗਾ ਭਰਨੀਆਂ ਨੇ ਜੀ ਹੋਰ ਅੱਗੇ ਜ਼ਿੰਦਗੀ ਦੇ ਵਿੱਚ ਹੋਰ ਉੱਚੇ ਮਕਾਮ ਤੇ ਜਾਣਾ ਜੋ ਰੱਬ ਨੇ ਜ਼ਿੰਮੇਵਾਰੀ ਦਿੱਤੀ ਹੈ ਪਹਿਲਾਂ ਤਾਂ ਪਹਿਲਾਂ ਉਸ ਦਾ ਸ਼ੁਕਰ ਹੈ ਪੋਸਟਿੰਗ ਕਦੋਂ ਮਿਲਣ ਜਾ ਰਹੀ ਫਿਰ ਦੋ ਤਿੰਨ ਮਹੀਨਿਆਂ ਦਾ ਪ੍ਰੋਸੈਸ ਹੁੰਦਾ ਜੀ ਜੇ ਤੇਜ਼ ਹੈ ਜੀ ਲੱਗ ਜਾਣਾ ਹੈ ਜੀ ਟ੍ਰੇਨਿੰਗ ਹੋਣੀ ਹੈ ਜੀ ਟ੍ਰੇਨਿੰਗ ਪੀਰੀਅਡ ਹੋਏਗਾ ਉਸ ਤੋਂ ਪਹਿਲਾਂ ਸਾਡੀ ਮੈਡੀਕਲ ਹੋਏਗਾ ਉਸ ਤੋਂ ਬਾਅਦ ਪੁਲਿਸ ਵੈਰੀਫਿਕੇਸ਼ਨ ਹੋਏਗੀ ਐਂਡ ਉਹ ਸਾਰਾ ਡਾਕੂਮੈਂਟ ਵੈਰੀਫਿਕੇਸ਼ਨ ਪਹਿਲਾਂ ਚਲੋ ਹੋ ਚੁੱਕੀ ਆ ਹੋਰ ਕੰਮ ਹੁੰਦੇ ਆ ਐਂਡ ਸਾਨੂੰ 2-3 ਮਹੀਨਾ ਤਾਂ ਮੈਨੂੰ ਲੱਗਦਾ ਜੋ ਅੰਦਾਜ਼ਾ ਹੈ ਕਿ ਉਦੋਂ ਤੱਕ ਸਾਨੂੰ ਬੁਲਾ ਲੈਣਗੇ ਐਂਡ ਫਿਰ ਸਾਡਾ ਟ੍ਰੇਨਿੰਗ ਪੀਰੀਅਡ ਸ਼ੁਰੂ ਹੋਏਗਾ ਉਸ ਤੋਂ ਬਾਅਦ ਸਾਨੂੰ ਫੀਲਡ ਦੇ ਵਿੱਚ ਅਲੋਟ ਕਰ ਦਿੱਤਾ ਜਾਂਦਾ ਠੀਕ ਐ ਸਿੱਧੂ ਸਾਹਿਬ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਤੁਹਾਡੇ ਪਰਿਵਾਰ ਨਾਲ ਵੀ ਚੱਲ ਕੇ ਕਰਾਂਗੇ ਮਿਲਾਂਗੇ ਦਵਿੰਦਰ ਸਿੰਘ ਸਿੱਧੂ ਜਜ ਬਣ ਗਏ ਆ ਔਰ ਉਹਨਾਂ ਦੇ ਘਰਾਂ ਅਸੀਂ ਗੱਲਬਾਤ ਉਹਨਾਂ ਦੇ ਨਾਲ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਪਿੰਡਾਂ ਦੇ ਵਿੱਚ ਬੱਸਾਂ ਨਹੀਂ ਆਉਂਦੀਆਂ ਇਹਨਾਂ ਪਿੰਡਾਂ ਦੇ ਵਿੱਚ ਅਖਬਾਰ ਤੱਕ ਨਹੀਂ ਆਉਂਦੇ ਇਹਨੇ ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਤਾਂ ਬਾਈ ਉਹਨਾਂ ਦੇ ਘਰ ਰੌਣਕਾਂ ਲੱਗੀਆਂ ਹੋਈਆਂ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਦੋਸਤ ਮਿੱਤਰ ਰਿਸ਼ਤੇਦਾਰ ਉਹਨਾਂ ਦੇ ਇਕੱਠੇ ਹੋਏ ਹੋਏ ਆ ਔਰ ਜਦੋਂ ਦਾ ਰਿਜ਼ਲਟ ਆਇਆ ਜੁਡੀਸ਼ੀਨੀ ਦਾ ਔਰ ਉਸ ਤੋਂ ਬਾਅਦ ਫਿਰ ਇਸੇ ਤਰੀਕੇ ਦੇ ਨਾਲ ਮੇਲਾ ਲੱਗਿਆ ਹੋਇਆ ਬਾਈ ਉਹਨਾਂ ਦੇ ਘਰ ਦਾ ਸਾਫ਼ ਤੌਰ ਤੇ ਅੰਦਾਜ਼ਾ ਲਾਇਆ ਜਾ ਸਕਦਾ 10 ਕਿੱਲੇ ਵਾਲੇ ਜੱਟ ਦਾ ਪੁੱਤ ਕਿਸਾਨ ਦਾ ਪੁੱਤ ਜੱਜ ਬਣ ਗਿਆ ਅਸੀਂ ਜਾਣਦੇ ਨਹੀਂ ਬਾਈ ਉਹਨਾਂ ਦੇ ਫੈਮਲੀ ਨੂੰ ਵੀ ਬਾਈ ਦਵਿੰਦਰ ਸਭ ਤੋਂ ਪਹਿਲਾਂ ਤਾਂ ਆਪਾਂ ਤਾਂ ਗੱਲਬਾਤ ਕਰ ਲਈ ਫਾਦਰ ਸਾਹਿਬ ਔਰ ਤੁਹਾਡੇ ਮਾਤਾ ਜੀ ਉਹਨਾਂ ਨਾਲ ਜ਼ਰੂਰ ਮੈਂ ਚਾਹੁੰਨਾ ਕਿ ਗੱਲਬਾਤ ਕਰੀਏ ਫਾਦਰ ਸਾਹਿਬ ਨੇ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਸਭ ਤੋਂ ਪਹਿਲਾਂ ਦਾ ਧੰਨਵਾਦ ਸਰ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੱਥੇ ਆਏ ਹੋ ਬਹੁਤ ਬਹੁਤ ਧੰਨਵਾਦ ਤੇ ਮਾਤਾ ਜੀ ਨੇ ਜੀ ਅੱਛਾ ਮਾਤਾ ਜੀ ਨੇ ਬਾਈ ਉਹਨਾਂ ਦੇ ਔਰ ਤੁਹਾਨੂੰ ਦੱਸਿਆ ਸਭ ਤੋਂ ਪਹਿਲਾਂ ਫਿਰ ਵੀ ਸਿਲੈਕਸ਼ਨ ਹੋ ਗਿਆ ਹੈ ਜੀ ਪਾਸ ਹੋ हां जी ਇੱਥੇ ਅੰਦਰ ਬੈਠੇ ਮੈਚ ਦੇਖ ਰਹੇ ਸੀ ਤੇ ਬਾਹਰ ਆਇਆ ਫੋਨ ਸੁਣਦਾ ਸੁਣਦਾ ਤੇ ਇੱਕ ਵਾਰ ਨੋਟੀਫਿਕੇਸ਼ਨ ਆਈ ਇਹਨੂੰ ਜਦੋਂ ਦੇਖੀ ਤਾਂ ਇੱਕਦਮ ਇਹਨੇ ਖੁਸ਼ੀ ਦੇ ਵਿੱਚ ਉੱਛਲਿਆ ਅਸੀਂ ਦੋਨੋਂ ਡਰ ਗਏ ਪਤਾ ਨਹੀਂ ਕੀ ਹੋ ਗਿਆ ਜਦੋਂ ਭੱਜ ਕੇ ਆਕੇ ਇਹਨੇ ਮੈਨੂੰ ਜੱਫੀ ਪਾ ਲਈ ਤੇ ਫਿਰ ਦੱਸਿਆ ਵੀ ਡੈਡੀ ਆਪਣਾ ਕਲੀਅਰ ਹੋ ਗਿਆ ਤਾਂ ਉਸ ਚੀਜ਼ ਦੀ ਬਹੁਤ ਹੀ ਜ਼ਿਆਦਾ ਉਹ ਪ੍ਰੂਡ ਮੂਮੈਂਟ ਸੀਗੀ ਵੀ ਮੈਂ ਉਸ ਨੂੰ ਬਿਆਨ ਨਹੀਂ ਕਰ ਸਕਦਾ ਉਸ ਚੀਜ਼ ਨੂੰ ਉਸ ਖੁਸ਼ੀ ਨੂੰ ਲਫ਼ਜ਼ਾਂ ਦੇ ਵਿੱਚ ਮੈਂ ਉਹਨੂੰ ਬਿਆਨ ਨਹੀਂ ਕਰ ਸਕਦਾ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਪਹਿਲਾਂ ਤਾਂ ਇਹ ਸੀਗਾ ਕਿ ਇੱਕ ਕਿਸਾਨ ਦਾ ਉਹ ਤਾਂ ਚੰਡੀਗੜ੍ਹ ਜਾ ਕੇ ਪੜ੍ਹ ਰਿਆ ਸੀਗਾ ਹੁਣ ਜਦੋਂ ਔਲਾਦ ਵੱਡੇ ਅਹੁਦੇ ਤੇ ਹੋ ਜਾਂਦੀ ਹੈ ਫਿਰ ਔਲਾਦ ਦੇ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਜਾਂ ਚਲੋ ਬੰਦਾ ਵੱਡੇ ਅਹੁਦੇ ਤੇ ਹੁੰਦਾ ਤਾਂ ਉਹਦੀ ਔਲਾਦ ਨੂੰ ਉਹਦੇ ਨਾਂ ਜਾਣਿਆ ਜਾਂਦਾ ਹੁਣ ਇਹ ਲੋਕ ਕਹਿੰਦੇ ਕਿ ਜੱਜ ਦਾ ਮੁੰਡਾ ਜਾ ਜੱਜ ਦੇ ਫਾਦਰ ਜਾ ਰਹੇ ਜੱਜ ਦਾ ਬਾਪੂ ਜਾ ਰਹੇ ਬਿਲਕੁਲ ਸਰ ਬਿਲਕੁਲ ਬਿਲਕੁਲ ਸਾਰੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਤੇ ਸਾਨੂੰ ਇਸ ਤੇ ਬਹੁਤ ਜ਼ਿਆਦਾ ਮਾਣ ਹੈ ਬੱਚੇ ਤੇ ਸਾਨੂੰ ਇਸ ਤੇ ਭਰੋਸਾ ਸੀ ਵੀ ਹਾਂ ਬੱਚਾ ਕੁਛ ਨਾ ਕੁਛ ਕਰੇਗਾ ਅੱਜ ਉਸਨੇ ਸਾਡੇ ਸੁਪਨੇ ਸੱਚ ਕੀਤੇ ਨੇ ਜੋ ਅਸੀਂ ਸੋਚੇ ਸੀ ਕਦੇ ਪੀ ਸਾਡੇ ਨਾਲ ਵੀ ਸਾਡਾ ਵੀ ਕਦੇ ਬੱਚਾ ਅਫਸਰ ਬਣੂਗਾ ਤਾਂ ਉਹ ਅੱਜ ਬਣ ਕੇ ਨੇ ਵਿਖਾਤਾ ਜੀ ਤੁਹਾਨੂੰ ਕਿੰਨੀ ਕੀ ਖੁਸ਼ੀ ਸੀਗੀ ਫਿਰ ਬਹੁਤ ਜ਼ਿਆਦੀ ਜੀ ਜਦੋਂ ਇਹਨਾਂ ਨੇ ਸਾਨੂੰ ਦੱਸਿਆ ਸਾਡਾ ਤਾਂ ਮੇਰੀਆਂ ਤਾਂ ਲੱਤਾਂ ਹੀ ਕੰਮਣ ਲੱਗ ਗਈਆਂ ਜੀ ਪੁੱਤਾਂ ਕਿੰਨੇ ਜੀ ਦਾਦਾ ਦਾ ਥੋੜਾ ਜਣਾ ਮੈਨੂੰ ਲੈ ਕੇ ਬੜਾ ਜਜ਼ਬਾਤੀ ਨੇ ਤੇ ਇਕਲੌਤਾ ਚਲੋ ਪੁੱਤਾਂ ਤਾਂ ਲਾੜਲੇ ਸਭ ਦੇ ਹੁੰਦੇ ਨੇ ਤਾਂ ਮੇਰੇ ਮਾਤਾ ਜੀ ਥੋੜੇ ਜਿਆਦਾ ਇਹ ਇਮੋਸ਼ਨਲ ਨੇ ਮੈਨੂੰ ਲੈ ਕੇ ਤੇ ਨਿੱਕੇ ਨਿੱਕੇ ਗੱਲ ਤੇ ਇਹ ਜੇ ਮੈਂ ਚੰਡੀਗੜ੍ਹ ਵੀ ਹੋਂਨਾ ਜੇ ਮੇਰਾ ਰਾਤ ਨੂੰ ਫੋਨ ਨਾ ਚੱਕਾਂ ਕਿਤੇ ਕਦੀ ਬਰੀ ਹੁੰਦਾ ਬੰਦਾ ਪੜ ਰਿਆ ਹੁੰਨਾ ਤਾਂ ਦੋ ਤੋਂ ਵੱਧ ਜੇ ਮੈਂ ਫੋਨ ਨਹੀਂ ਚੱਕਦਾ ਤਾਂ ਇਹਨਾਂ ਨੂੰ ਟੈਨਸ਼ਨ ਹੋਣ ਲੱਗ ਜਾਂਦੀ ਹੈ ਕਿ ਹਾਏ ਪਤਾ ਨਹੀਂ ਕੀ ਕੀ ਹੋ ਗਿਆ ਮੈਨੂੰ ਚੰਡੀਗੜ੍ਹ ਭੇਜਿਆ ਸੀ ਫੇ ਟੈਨਸ਼ਨ ਹੁੰਦੀ ਸੀ ਕਿ ਦੂਰ ਭੇਜ ਮੈਂ ਤਾਂ ਭੇਜਦੀ ਨਹੀਂ ਸੀ ਟੈਂਸ਼ਨ ਹੁੰਦੀ ਮਾੜਾ ਇਹ ਫੋਨ ਨਾ ਚੁੱਕੇ ਮੈਂ ਉਹਦੀ ਕਹਿਣ ਲੱਗ ਜਾਂਦੀ ਮੈਂ ਕਹਾ ਫੋਨ ਨਹੀਂ ਚੁੱਕਦਾ ਫੋਨ ਨਹੀਂ ਚੁੱਕਦਾ ਤੇ ਸੋਚ ਕੇ ਕੀ ਭੇਜਿਆ ਸੀਗਾ ਫਿਰ ਮੈਂ ਤਾਂ ਇਹੋ ਹੀ ਆਖਿਆ ਸੀ ਮੈਂ ਵੱਡਾ ਅਫਸਰ ਬਣੇ ਜੀ ਬਸ ਵੈਸੇ ਮੇਰੇ ਮੂੰਹੋਂ ਨਿਕਲ ਜਾਂਦੀ ਸੀ ਮੇਰਾ ਪੁੱਤ ਵੱਡਾ ਅਫਸਰ ਬਣ ਜਾ ਪਰਮਾਤਮਾ ਮਾਂ ਦੇ ਲਈ ਸਭ ਤੋਂ ਸੌਖਾ ਪਾਲ ਸਭ ਤੋਂ ਖੁਸ਼ੀ ਦਾ ਪਾਲ ਉਹੀ ਹੁੰਦਾ ਹੈ ਕਿ ਜਦੋਂ ਔਲਾਦ ਕਾਮਯਾਬ ਹੋ ਜਾਂਦੀ ਹੈ ਹਾਂਜੀ ਮੇਰੇ ਪੁੱਤ ਤੇ ਮੈਨੂੰ ਬਹੁਤ ਮਾਣ ਆ ਜੀ ਐ ਬਹੁਤ ਜਿੰਨੀ ਜੀ ਜਿੰਨੀ ਮੈਂ ਕਹਿਣਾ ਚਾਹੁੰਗਾ ਜਿੰਨੀ ਮਿਹਨਤ ਮੇਰੀ ਰਹੀ ਉਸ ਤੋਂ ਜ਼ਿਆਦਾ ਇਹਨਾਂ ਦੀ ਰਹੀ ਆ ਮੈਂ ਅੱਗੇ ਵੀ ਦੱਸਿਆ ਕਿ ਮੇਰੇ ਦਾਦੀ ਜੀ ਨੇ ਮੈਨੂੰ ਬਹੁਤ ਸਪੋਰਟ ਕੀਤਾ ਉਹ ਵੀ ਚਲੋ ਆ ਰਹੇ ਨੇ ਆ ਆ ਆ ਲੈਣ ਦੋ ਤੇ ਮੇਰੇ ਫਾਦਰ ਸਾਹਿਬ ਨੇ ਕਦੇ ਵੀ ਮੈਨੂੰ ਕਿਸੇ ਕੰਮ ਲਈ ਨਹੀਂ ਕਿਹਾ ਫਾਈਨੈਂਸ਼ੀਅਲ ਕਦੇ ਮੈਨੂੰ ਕੋਈ ਦਿੱਕਤ ਨਹੀਂ ਆਈ ਕਦੇ ਹਮੇਸ਼ਾ ਮੈਨੂੰ ਚੰਗੀਆਂ ਸਹੂਲਤਾਂ ਦਿੱਤੀਆਂ ਨੇ ਹਮੇਸ਼ਾ ਜੋ ਇਹਨਾਂ ਨੂੰ ਨਹੀਂ ਮਿਲੀਆਂ ਉਹਨਾਂ ਨੇ ਮੈਨੂੰ ਦੇਣ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਮੈਂ ਬਹੁਤ ਸੰਤੁਸ਼ਟੀ ਹੈ ਇਸ ਗੱਲ ਦੀ ਕਿ ਮੈਂ ਇਹਨਾਂ ਦੇ ਸੁਪਨੇ ਸਹਾਰ ਕੀਤੇ ਨੇ ਇਹਨਾਂ ਨੇ ਬਹੁਤ ਮੈਨੂੰ ਮਤਲਬ ਹਮੇਸ਼ਾ ਇਹਨਾਂ ਦੀ ਤਾਂ ਇੱਕ ਤਰ੍ਹਾਂ ਦੀ ਨਾਲ-ਨਾਲ ਇਹਨਾਂ ਦਾ ਰੱਬ ਦਾ ਨਾਮ ਚੱਲਦਾ ਸਮਾਧੀ ਵੀ ਮੈਂ ਕਹਿੰਦਾ ਹੁਣਾਂ ਕਿ ਮੰਮੀ ਦੀ ਸਮਾਧੀ ਲੱਗੀ ਹੋਈ ਅੱਜ ਤੇ ਇੱਕ ਇਹ ਬੜਾ ਰੱਬ ਦਾ ਨਾਮ ਲੈਂਦੇ ਨੇ ਕਿ ਮੇਰੇ ਪੁੱਤ ਦਾ ਤੇ ਮੈਨੂੰ ਵੀ ਉਸ ਚੀਜ਼ ਤੋਂ ਮੈਂ ਇੱਕ ਖੁਦ ਅਟੈਚਡ ਹਾਂ ਉਸ ਚੀਜ਼ਾਂ ਨੂੰ ਲੈ ਕੇ ਕਿ ਮੈਂ ਬੜਾ ਉਸ ਚੀਜ਼ ਤੋਂ ਮੋਟੀਵੇਟ ਹੋਣਾ ਕਿ ਮੇਰੇ ਨਾਲ ਇਹਨਾਂ ਇਹ ਜੁੜੇ ਹੋਏ ਨੇ ਇਹਨਾਂ ਦੇ ਇੰਨੇ ਪਵਿੱਤਰ ਸੁਪਨੇ ਨੇ ਤੇ ਮੈਂ ਉਹਦੇ ਲਈ ਮਿਹਨਤ ਕਰਾਂ ਤੇ ਇਹ ਬੜਾ ਮੈਨੂੰ ਜਦੋਂ ਇੱਥੇ ਕੋਵਿਡ ਦੇ ਵਿੱਚ ਵੀ ਰਿਹਾ ਤਾਂ ਮੈਨ ਦੇਣਾ ਸਵੇਰ ਬ੍ਰੇਕਫਾਸਟ ਲੰਚ ਡਿਨਰ ਵਧੀਆ ਤੇ ਜਦੋਂ ਉੱਥੇ ਵੀ ਮਗਰ ਸਵੇਰ ਵੀ ਜੇ 4-4 ਵਜੇ ਮੈਂ ਤੁਹਾਨੂੰ ਦੱਸਿਆ ਮੈਂ ਬਸ ਜਾ ਕੇ ਚੜਦਾ ਹੁੰਦਾ ਸੀ ਤਾਂ ਮੇਰੇ ਤੋਂ ਘੰਟਾ ਪਹਿਲਾਂ ਇਹਨਾਂ ਨੇ ਉੱਠਣਾ ਹੁੰਦਾ ਸੀ ਤੇ 3 ਵਜੇ ਉੱਠ ਕੇ ਮੇਰਾ ਮੇਰਾ ਖਾਣਾ ਤਿਆਰ ਕਰਦੇ ਹਾਂ ਮੈਂ ਬਾਈ ਹੁਣਾਂ ਨਾਲ ਵੀ ਗੱਲ ਕੀਤੀ ਪਹਿਲਾਂ ਮੈਂ ਕਿਹਾ ਮਾਵਾ ਨੂੰ ਇਹ ਵੀ ਫਿਕਰ ਹੁੰਦਾ ਵੀ ਪੁੱਤ ਹੁਣ ਤੇਰਾ ਵਿਆਹ ਕਰ ਦਈਏ ਉਹ ਵੀ ਕਰਨਾ ਜੀ ਆਪਾਂ ਕਿ ਕੰਟਰੋਲ ਹੀ ਰੱਖਿਆ ਸੀ ਹਜੇ ਕੁਝ ਬਣ ਜੇ ਫਿਰ ਉਹਦੋਂ ਬਾਅਦ ਸੋਚਾਂਗੇ ਇਹੋ ਹੀ ਸੋਚਿਆ ਸੀ ਵੀ ਕੋਈ ਬਣ ਜੇ ਫਿਰ ਆਪਾਂ ਵਿਆਹ ਕਰਾਂਗੇ ਪਹਿਲਾਂ ਵਿਆਹ ਕਰ ਲਈਏ ਫਿਰ ਪੜ੍ਹਾਈ ਨਹੀਂ ਹੁੰਦੀ ਜੀ ਹਾਂ ਜੀ ਤੇ ਇੱਕ ਚੀਜ਼ ਹੋਰ ਗਾਣੇ ਗੁਣੇ ਸੁਣਦੇ ਤੁਸੀਂ ਕਿਉਂਕਿ ਚੰਡੀਗੜ੍ਹ ਨੂੰ ਤਾਂ ਹੀ ਭੰਡਿਆ ਜਾਂਦਾ ਵੀ ਚੰਡੀਗੜ੍ਹ ਦੇ ਤਾਂ ਪਤਾ ਨਹੀਂ ਕਿੰਨੇ ਕਿ ਬੜੇ ਵੱਡੇ ਅਮੀਰਾਂ ਦੀ ਕੱਕੇ ਜਾਂਦੇ ਆ ਇਕੱਲੇ ਔਰ ਵਿਗੜ-ਵੁਗੜ ਕੇ ਘੁੰਮਦੇ ਆ ਉੱਥੇ ਨਹੀਂ ਜੀ ਉਹ ਤਾਂ ਮੈਨੂੰ ਇਹਦੇ ਤੇ ਮਾਨ ਸੀਗਾ ਬਸ ਯੂਨੀਵਰਸਿਟੀ ਜੋ ਕਮਰੇ ਚ ਕਮਰੇ ਚ ਯੂਨੀਵਰਸਿਟੀ ਜੀ ਹਾਂ ਜੀ ਨਾ ਕੋਈ ਵਿਆਹ ਨਾ ਕੋਈ ਸ਼ਾਦੀ ਜੀ ਅੱਛਾ ਕੋਈ ਵਿਆਹ ਨਹੀਂ ਮੈਨੂੰ ਬਾਈ ਹੁਣੀ ਦੱਸ ਰਹੇ ਸੀਗੇ ਕਹਿੰਦੇ ਕੋਈ ਰਿਸ਼ਤੇਦਾਰੀ ਚ ਵਿਆਹ ਵੀ ਅਟੈਂਡ ਨਹੀਂ ਕਰਿਆ ਹਾਂ ਜੀ ਇਹਨੇ ਉਹਦੀ ਆਖਣਾ ਮੈਂ ਆਖਣਾ ਐਤਕੀ ਆਪਣੇ ਵਿਆਹ ਆਇਆ ਜ਼ਰੂਰ ਆਉਣਾ ਨਹੀਂ ਮੰਮੀ ਟਾਈਮ ਨਹੀਂ ਹੈ ਦੇਸੀ ਵੀ ਹੁਣ ਕਿੱਥੇ ਆ ਤੇ ਹੁਣ ਕਿੱਥੇ ਪੂਰੀ ਜੀ ਪੂਰੀ ਮੈਂ ਉਹਨਾਂ ਇਹਦਾ ਡੈਡੀ ਨਹੀਂ ਸੀ ਲੈਂਦਾ ਮੈਂ ਤਾਂ ਮਿੰਟ ਮਿੰਟ ਬਾਅਦ ਪੂਰੀ ਰਿਪੋਰਟ ਲੈਂਦੇ ਪੂਰੀ ਜੀ ਪੂਰੀ ਵਰਤਾਈ ਪੂਰੀ ਕਰ ਰખી ਪੂਰੀ ਜੀ ਮੈਂ ਤਾਂ ਮਾੜੇ ਮਾੜੇ ਗੱਲ ਤੇ ਵੀ ਸਮਝਾਉਣਾ ਪੁੱਤ ਵੇਖ ਲਾ ਮੈਂ ਤਾਂ ਤੇਰੇ ਆਸਰੇ ਆਂ ਤੇ ਠੀਕ ਹੈ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਖੁਸ਼ੀ ਦਾ ਵੇਲਾ ਔਰ ਭਾਈ ਹੁਣੀ ਵੀ ਔਰ ਦਾਦੀ ਜੀ ਵੀ ਨੇ ਔਰ ਰਿਸ਼ਤੇਦਾਰਾਂ ਨੂੰ ਵੀ ਚਾਹ ਬਹੁਤ ਹੁੰਦਾ ਬਹੁਤ ਜੀ ਬਹੁਤ 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 ਚਾਹ ਹੈ ਫੁੱਲ ਰੱਜ ਕੇ ਜੀ ਹਾਂ ਸਾਡਾ ਭਰਾ ਸਾਡਾ ਪਿੰਡ ਦਾ ਮਾਣ ਵਧਿਆ ਨਾ ਮਾਨ ਸਜਲੇ ਦਾ ਮਾਣ ਵਧਿਆ ਬਹੁਤ ਵਧੀਆ ਬਹੁ ਨਗਰ ਨੇ ਖੁਸ਼ੀ ਕਰੀ ਆ ਇੰਨੀ ਖੁਸ਼ੀ ਮਾਲਕ ਕਰੀ ਆ ਵੀ ਸਾਡੇ ਸਾਡਾ ਨਾ ਬੀਰੀਆਲ ਦਾ ਵੈਸੇ ਮੁਕੱਦਰ ਹੀ ਆ ਪਾਣੀ ਆ ਉਦੋਂ ਵੀ ਸ਼ਹੀਦ ਗੁਰਤੇਜ ਸਿੰਘ ਸ਼ਹੀਦ ਹੋਇਆ ਉਦੋਂ ਵੀ ਤਾਂ ਜਿਆ ਸਾਡਾ ਸ਼ੇਰ ਬੱਗਾ ਨਾ ਲਾਹੌਰੀਆਂ ਦਾ ਮੁੰਡਾ ਬਹੁਤ ਵਧੀਆ ਕੰਮ ਕਰਿਆ ਜੀ ਇਹਨੇ ਹਾਂ ਖੁਸ਼ੀ ਕਿ ਬਈ ਦੀ ਦਾਦੀ ਜੀ ਐਸਾ ਥੋੜੇ ਦਾਦੀ ਜੀ ਨੇ ਦਾਦੀ ਜੀ ਨੇ ਜੀ ਬੀਬੀ ਜੀ ਠੀਕ ਠਾਕ ਹੋ ਤੁਸੀਂ ਠੀਕ ਨੇ ਬਟਾ ਪੂਰੇ ਠੀਕ ਨੇ ਕੱਲ ਦਾ ਮੇਰੇ ਸਾਰੇ ਦੁੱਖ ਟੁੱਟ ਗਏ ਨੇ ਤੁਹਾਨੂੰ ਕੀ ਪਤਾ ਲੱਗਿਆ ਕਦੋਂ ਪਤਾ ਲੱਗਿਆ ਵੀ ਕੀ ਹੋ ਗਿਆ ਮੈਂ ਇੱਥੇ ਹੀ ਬੈਠੀ ਥਾ ਅੱਛਾ ਜਦੋਂ ਇੱਕੇ ਰੀਕ ਮਾਰ ਕੇ ਭੱਜਿਆ ਬਣ ਗਿਆ ਓਏ ਕੀ ਆ ਕੇ ਕੀ ਹੋਇਆ ਫਿਰ ਉਹਨਾਂ ਨੇ ਕਿ ਬਣ ਗਿਆ ਤੇ ਵੇਖ ਕੇ ਫੇਰ ਉਹਨਾਂ ਦਾ ਬਣ ਗਿਆ ਫਿਰ ਜੱਪੀਆਂ ਪਾਈਆਂ ਅੱਛਾ ਫਿਰ ਖੁਸ਼ੀ ਹੋ ਗਏ ਮੋਰਚਾ ਮਾਰ ਕੇ ਫੜੇ ਕਰ ਬਸਾ ਸਾਡੀ ਰਾਸ ਦੇ ਰਾ ਚੱਲਦੀਆਂ ਸੀ ਦਾਸਾਂ ਹਰ ਇੱਕ ਤਾਂ ਤੇ ਸਾਡੀਆਂ ਸਦਾ ਸਾਂ ਚੱਲਦੀਆਂ ਸੀ ਸਾਡਾ ਪੁੱਤਰ ਜੱਜ ਬਣਿਆ ਸਾਡੇ ਪੁੱਤ ਜੱਜ ਬੰਦੇ ਸਾਡੇ ਮੂੰਹ ਚਾਇ ਹੋਈ ਚਾਰ ਵੇਲੇ ਫਿਰ ਇਹਨੇ ਜਾਣਾ ਤਾਂ ਵੀ ਫੋਨ ਕਰਨਾ ਪੁੱਤ ਕਿੱਥੇ ਆ ਇਹਨੇ ਟੰਡ ਮਿੰਟ ਮਿੰਟ ਚ ਬੋਟ ਸਾਨੂੰ ਦੇਣੀ ਮੈਂ ਇੱਥੇ ਪੜਿਆ ਮੇਰੇ ਯਾਰ ਦੋਸਤ ਲੈ ਗਏ ਨੇ ਕੋਈ ਸਵਾਰੀ ਨਹੀਂ ਰੱਖੀ ਯਾਰ ਦੋਸਤ ਮੇਰੇ ਪੂਰਾ ਸੀ ਉਹ ਲੈ ਕੇ ਜਾਂਦੇ ਸੀ ਅਸੀਂ ਹੁਣ ਬੋਟ ਲੈ ਕੇ ਇਹਨੇ ਲਿਆ ਕੋਈ ਤੁਸੀਂ ਦਾਦੀ ਦੇ ਦਾਦੀ ਪੋਤੇ ਦਾ ਵੀ ਰਿਸ਼ਤਾ ਬਹੁਤ ਨੇੜੇ ਹੁੰਦਾ ਕਹਿੰਦੇ ਪੁੱਤ ਵਿਗੜ ਨਾ ਜਾਈ ਪੁੱਤ ਇਹ ਨਾ ਹੋਈ ਦਾਦੀ ਨੂੰ ਬਹੁਤ ਫਿਕਰ ਹੁੰਦਾ ਬਹੁਤ ਮੇਰੇ ਪੁੱਤਰ ਨੇ ਮੇਰੇ ਪੁੱਤਰਾਂ ਦੇ ਮੁੱਢਲੀ ਕੋਈ ਨਹੀਂ ਐਨਾ ਕੋਈ ਮਿਲਾਂ ਮਲਵਾਇਆ ਨਹੀਂ ਬੱਸ ਆਪਾਂ ਨੂੰ ਇਹਨਾਂ ਦੇ ਪਰੋਸਾ ਹੈ ਆਪਦੇ ਪੌੜੀ ਆਪੇ ਚੜੇ ਨੇ ਅਸੀਂ ਇਹ ਕਰ ਮੇਰਾ ਬੇਟਾ ਭਰਾਖ ਪਰ ਖਿਆਡਾ ਮੁੜ ਕੇ ਨੇ ਵੇਖਿਆ ਨੀ ਚੰਡੀਗੜ੍ਹ ਦਾ ਮੂੰਹ ਸਾਨੂੰ ਇਹਦੇ ਤੇ ਤਬਾਰ ਤਸੱਲੀ ਹੈ ਸਾਡਾ ਪੁੱਤਰ ਨਾ ਜਮਾਨੀ ਗਏ ਥਾਣੂ ਤਸੱਲੀ 8 ਸਾਲ ਹੋ ਗਏ ਕਦੇ ਚੰਡੀਗੜ੍ਹ ਨਹੀਂ ਗਏ ਉਸ ਤੋਂ ਬਾਅਦ ਘੇੜਾ ਨਹੀਂ ਮਾਰ ਤੇ ਹੁਣ ਮੈਂ ਇਹਨਾਂ ਨੂੰ ਲੈ ਕੇ ਜਾਊਂਗਾ ਕੀ ਹੁਣ ਤੁਹਾਨੂੰ ਚੰਡੀਗੜ੍ਹ ਘਮਾਉਣਾ ਇਹਨਾਂ ਨੂੰ ਖੁਸ਼ੀ ਨਾਲ ਇਹੋ ਹੀ ਮੰਗਦੇ ਸ੍ਰੀ ਰੱਬ ਤੋਂ ਜਿਹੜੀ ਦੇਤ ਹੀ ਮਾਲਕ ਨੇ ਸਾਨੂੰ ਬਹੁਤ ਖੁਸ਼ੀ ਦਿੱਤੀ ਹੈ ਤਨ ਮਾਰਕੋਸ ਮਾਰਕ ਡਾਜੀ ਨੇ ਧੰਨਵਾਦ ਜੀ ਚੰਨ ਧੰਨਵਾਦ ਭਾਈ ਜੀ ਬਹੁਤ ਬਹੁਤ ਤੁਹਾਡੇ ਸਾਰੇ ਪਰਿਵਾਰ ਦਾ ਬਹੁਤ ਬਹੁਤ ਦਾਦਾ ਜੀ ਦਾ ਨਰਿੰਦਰ ਸਿੰਘ ਲੌਰਗੇ ਦਾ ਨਾਂ ਰੋਸ਼ਨ ਕਰਤਾ ਚਲੋ ਬਹੁਤ ਵਧੀਆ ਇਹ ਪੜਪੋਤਾ ਨਰਿੰਦਰ ਸਿੰਘ ਲੌਰਗੇ ਦਾ ਕਿਹਰੇ ਸੀਗੇ ਤੁਸੀਂ ਅਸੀਂ ਤੁਹਾਡਾ ਪ੍ਰੋ ਪੰਜਾਬ ਦਾ ਇੱਥੇ ਆਉਣ ਤੇ ਧੰਨਵਾਦ ਕਰਨਾ ਚਾਹੁੰਦੇ ਆ ਜੀ ਤਾਂ ਕਿ ਤੁਸੀਂ ਦੱਬਲੇ ਕੁਚਰੇ ਲੋਕਾਂ ਦੀ ਤੁਸੀਂ ਆਵਾਜ਼ ਉਠਾਉਣੀ ਹੋ ਤੁਸੀਂ ਫਲੱਡ ਦੇ ਵਿੱਚ ਵੀ ਸਾਡੀ ਬਹੁਤ ਹੈਲਪ ਕੀਤੀ ਇੱਥੇ ਸਾਡੀ ਆਵਾਜ਼ ਨੂੰ ਉੱਪਰ ਤੱਕ ਪਹੁੰਚਾਇਆ ਅੱਜ ਸਾਡੇ ਕੋਲੇ ਖੁਸ਼ੀਆਂ ਆਈਆਂ ਨੇ ਤਾਂ ਤੁਸੀਂ ਸਾਡੀਆਂ ਖੁਸ਼ੀਆਂ ਦੇ ਵਿੱਚ ਵੀ ਅੱਜ ਸ਼੍ਰੀਕ ਹੋਏ ਹੋ ਬਹੁਤ ਬਹੁਤ ਸਮਾਂ ਦਿੱਤਾ ਅੱਜ ਤੁਸੀਂ ਹਾਂਜੀ ਮੈਂ ਇਹਨਾਂ ਦੀ ਭੈਣ ਐ ਕੋਈ ਕਹਿਣਾ ਤਾਂ ਸੋ ਬੜੀ ਖੁਸ਼ੀ ਹੋਈ ਆ ਹਾਂਜੀ ਸੋ ਬੜੀ ਖੁਸ਼ੀ ਹੁੰਦੀ ਆ ਭਰਾਵਾਂ ਦਾ ਤਾਂ ਵੈਸੇ ਹੀ ਬਹੁਤ ਵੱਡਾ ਆਸਰਾ ਹੁੰਦਾ ਤੇ ਹੁਣ ਜੱਜ ਬਣ ਗਿਆ ਸੋ ਹੌਸਲਾ ਹੋਰ ਵੀ ਇਹਨਾਂ ਦਾ ਜ਼ਿਕਰ ਕਰ ਰਹੇ ਸੀ ਇੰਟਰਵਿਊ ਕਰਾਣਾ ਤਾਂ ਆਏਗੇ ਤੇ ਇਹਨਾਂ ਦਾ ਵੀ ਮੈਂ ਗੱਲ ਦੱਸਣੀ ਚਾਹਾਂਗਾ ਜਿਹੜੀ ਮੈਂ ਬਾਹਰ ਜਾਣ ਤੋਂ ਰੋਕਦਾ ਨਾ ਚਲੋ ਕੁਝ ਮਜਬੂਰੀਆਂ ਕਰਕੇ ਇਹਨਾਂ ਨੂੰ ਜਾਣਾ ਪਿਆ ਪਰ ਇਹਨਾਂ ਦੀ ਸੋਚ ਇਹ ਐ ਕਿ ਕੁਝ ਟਾਈਮ ਉੱਥੋਂ ਪੈਸਾ ਕਮਾ ਕੇ ਤੇ ਇਹਨਾਂ ਦਾ ਪੱਕਾ ਇਰਾਦਾ ਐ ਇਹ ਨਹੀਂ ਗੱਲਾਂ ਨਹੀਂ ਹੈਗੀਆਂ ਕਿ ਵਾਪਸ ਆਉਣਾ ਇਹ ਪੱਕਾ ਹੋਣਗੇ ਵਾਪਸ ਇਹਨਾਂ ਨੇ ਵਾਪਸ ਆਉਣਾ ਪਹਿਲੀ ਸ਼ੁਰੂਤੀ ਅਪਾ ਇੱਥੇ ਹਨਾ ਇੰਨਾ ਨਹੀਂ ਹੁੰਦਾਗਾ ਪਰ ਉਦਰਲੀ ਕਰੰਸੀ ਇਧਰ ਵਰਕ ਬਹੁਤ ਕਰਦੀ ਆ ਹਨਾ ਡਬਲ ਤੋਂ ਵੀ ਪਤਾ ਨਹੀਂ ਕਿੰਨੇ 60 ਟਾਈਮਸ ਜ਼ਿਆਦਾ ਹੋ ਜਾਂਦੀ ਆ ਸੋ ਉਹ ਡਿਫਰੈਂਸ ਜੇ ਸਾਰੇ ਅੰਡਰਸਟੈਂਡ ਕਰ ਲੈਣ ਤਾਂ ਹੋਰ ਵੀ ਜ਼ਿਆਦਾ ਵਧੀਆ ਗੱਲ ਆ ਆਪਣੇ ਪੰਜਾਬ ਦੀ ਇੰਪਰੂਵਮੈਂਟ ਹੋਊਗੀ ਹੋਰ ਵੀ ਜ਼ਿਆਦਾ ਤੇ ਦਵਿੰਦਰ ਲਈ ਮੈਂ ਇਹ ਕਹੂੰਗੀ ਕਿ ਜਿੱਦਾਂ ਬੰਦੇ ਦੀ ਇੰਡੀਵਿਜੂਅਲ ਅਬਿਲਿਟੀਆਂ ਹੁੰਦੀਆਂ ਸ਼ੁਰੂ ਤੋਂ ਹੀ ਹਨਾ ਤਾਂ ਇਹਨਾਂ ਦਾ ਇੱਕ ਵੱਖਰਾ ਜਿਹਾ ਸੁਭਾਅ ਹੁੰਦਾ ਸੀਗਾ ਇਹ ਨਹੀਂ ਸੀਗਾ ਕਿ ਆਪ ਜਿੱਦਾਂ ਟੂ ਦਾ ਪੁਆਇੰਟ ਜ਼ਿਆਦਾ ਰਹਿੰਦੇ ਹੁੰਦੇ ਸੀਗੇ ਤੇ ਪਰ ਉਹਦੇ ਨਾਲ ਨਾਲ ਵੀ ਇਹਨਾਂ ਦਾ ਗੱਲਬਾਤ ਓਨੀ ਕੀ ਕਰਦੇ ਸੀ ਜਿੰਨੀ ਇਹਨਾਂ ਨੂੰ ਜਰੂਰ ਹੁੰਦੀ ਸੀਗੀ ਹੈਨਾ ਤੇ ਮੈਂ ਇਹ ਕਹੂੰਗੀ ਕਿ ਇਹਨਾਂ ਦਾ ਹੁਣ ਨਾ ਉਹਨਾਂ ਅਬਿਲਿਟੀਜ਼ ਤੋਂ ਪੜਦਾ ਚੁੱਕਿਆ ਗਿਆ ਸੋ ਇਹ ਜਿਹੋ ਜਿਹਾ ਇਹਨਾਂ ਦੇ ਵਿੱਚੋਂ ਗੁਣ ਸੀ ਉਹ ਹੁਣ ਸਾਰਿਆਂ ਦੇ ਸਾਹਮਣੇ ਪ੍ਰਤੱਖ ਹੋਣ ਹੋਏ ਆ ਸੋ ਵਧਾਈਆਂ ਸਾਡੇ ਭਰਾ ਨੂੰ ਬਹੁਤ ਬਹੁਤ ਜਿਹਦੀ ਮਿਹਨਤ ਨੂੰ ਫਲ ਲੱਗਾ ਤੇ ਸ਼ੁਕਰ ਪ੍ਰਮਾਤਮਾ ਦਾ ਜਿਨੇ ਮਿਹਨਤ ਨੂੰ ਫਲ ਦਿੱਤਾ ਥੈਂਕ ਯੂ ਈਵਨ ਥੈਂਕ ਯੂ ਬਹੁਤ ਬਹੁਤ ਧੰਨਵਾਦ ਇਹ ਬਾਈ ਦਵਿੰਦਰ ਉਹਨਾਂ ਦਾ ਪੂਰਾ ਪਰਿਵਾਰ ਇੱਥੇ ਖੜਾ ਹੈ ਔਰ ਕਿਉਂਕਿ ਖਾਸ ਤੌਰ ਤੇ ਫਲੱਡ ਜਦੋਂ ਆਇਆ ਰੀਸੈਂਟਲੀ ਤਾਂ ਅਸੀਂ ਇਸ ਪੂਰੇ ਇਲਾਕੇ ਨੂੰ ਬਹੁਤ ਪੂਰੇ ਇਲਾਕੇ ਨੂੰ ਪੂਰੇ ਪੰਜਾਬ ਨੂੰ ਬਹੁਤ ਨੈਟਕੇ ਕਵਰ ਕੀਤਾ ਤਾਂ ਬਾਈ ਹੁਣਾਂ ਨੇ ਕਿਹਾ ਕਿ ਭਰਾ ਸਾਡਾ ਭਰਾ ਸਾਡਾ ਕਹਿੰਦੇ ਸਿਲੈਕਟ ਹਾਂ ਜੀ ਪੀਆਰਡੀਸੀ ਵਾਲੇ ਆਏ ਨੇ ਅੱਛਾ ਅੱਛਾ ਬਾਈ ਬਾਈ ਹੁਣੀ ਇਧਰ ਸਨਮਾਨ ਕਰਨ ਵਾਸਤੇ ਵੀ ਆਏ ਹੋਏ ਆ ਬਾਈ ਹੁਣਾਂ ਦਾ ਤਾਂ ਇਸੇ ਤਰੀਕੇ ਨਾਲ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਲੱਗਿਆ ਹੋਇਆ ਤਾਂ ਪੂਰੇ ਪਰਿਵਾਰ ਰਿਸ਼ਤੇਦਾਰ ਲੱਗੇ ਹੋਏ ਆ ਪਹੁੰਚ ਰਹੇ ਆ ਤੇ ਵਧਾਈਆਂ मिल ਰਹੀਆਂ ਨੇ ਪੂਰੇ ਪਰਿਵਾਰ ਨੂੰ ਤਾਂ ਖਾਸ ਤੌਰ ਤੇ ਜਦੋਂ ਕੋਈ ਬੰਦਾ ਮਿਹਨਤ ਕਰਦਾ ਹੈ ਤਾਂ ਉਦੋਂ ਉਸ ਮਿਹਨਤ ਨੂੰ ਫਲ لازمی ਲੱਗਦਾ ਹੈ ਪਰ ਉਹ ਮਿਹਨਤ ਬਹੁਤ ਨਿਠ ਕੇ ਕਰਨੀ ਪੈਂਦੀ ਹੈ ਤਾਂ ਸੁਪਨੇ ਹਰ ਕਿਸੇ ਦੇ ਸੱਚ ਹੁੰਦੇ ਆ ਪਰ ਉਹਨਾਂ ਸੁਪਨਿਆਂ ਦੇ ਲਈ ਮਿਹਨਤ ਬਹੁਤ ਕਰਨੀ ਪੈਂਦੀ ਹੈ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਮਾਨਸ